AI ਹੈ ਆਹ ਰੇਡੀਓਲੋਜੀ ਦੇ ਡਾਕਟਰ ਦੀ ਜੋਬ ਰਿਪਲੇਸ ਕਰ ਦੋ ਮਸ਼ੀਨਾਂ ਦੇ ਵਿੱਚ ਹੀ ਇਹ ਜੀ ਟੈਕਨੋਲੋਜੀ ਆ ਜੂ AI ਦੇ ਨਾਲ ਕਿ ਮਸ਼ੀਨ ਹੀ ਡਾਇਗਨੋਸਿਸ ਕਰੂਗੀ ਇਹ ਬੰਦੇ ਨੂੰ ਆਹ ਬਿਮਾਰੀ ਸੀ ਉਹਦੀ ਦੱਸ ਦਿਓ ਯਾਤਰੀਆਂ ਨੂੰ ਬੜਾ ਡਾਊਟ ਹੁੰਦਾ ਕਿ ਰਸਤਾ ਆਹ ਪੌੜੀਆਂ ਵਾਲਾ ਲਿੱਤਾ ਜਾਵੇ ਕਾਹ ਵਾਲਾ ਲਿੱਤਾ ਜਾਵੇ ਹਰੇਕ ਬੰਦਾ ਸੋਚਦਾ ਪੌੜੀਆਂ ਵਾਲਾ ਯਾਰ ਨੇੜੇ ਦਿਸਦਾ ਰਸਤਾ ਉਹ ਪਰ ਉਹ ਦੂਰ ਦੀ ਦਿਸਦਾ ਕਿਹੜੇ ਵਾਲਾ ਰਸਤਾ ਲਿੱਤਾ ਜਾਵੇ ਇੱਕ ਮੈਂ ਦੱਸਦਾ ਕਿ ਪੌੜੀਆਂ ਵਾਲੇ ਰਸਤੇ ਨਾਲ ਕੀ ਹੁੰਦਾ ਪੱਟਣ ਦੀ ਜਾਨ ਜ਼ਿਆਦਾ ਲੱਗਦੀ ਆ ਬੰਦਾ ਜ਼ਿਆਦਾ ਥੱਕਦਾ ਉਹਦੇ ਨਾਲ ਹੌਲੀ ਹੌਲੀ ਲੰਬਾ ਤਾਂ ਪੈਂਦਾ ਪਰ ਬੰਦਾ ਆਰਾਮ ਨਾਲ ਪਹੁੰਚ ਜਾਂਦਾ ਮੇਰੇ ਹਿਸਾਬ ਨਾਲ ਜੇ ਜਵਾਨ ਮੁੰਡੇ ਹੈਗੇ ਹੋ ਫਿਰ ਤਾਂ ਇੱਧਰੋਂ ਖਿੱਚ ਦਿਓ ਜੇ ਨੋਰਮਲ ਪਹਿਲਾਂ ਹੀ ਸਾਹ ਫੁੱਲੀ ਪਈ ਹੈ ਫਿਰ ਪੌੜੀਆਂ ਵਾਲਾ ਰਸਤਾ ਨਾਲ ਬਾਈਕ ਹੀ ਚੱਲਣਾ ਬੰਦ ਹੋ ਗਿਆ ਫਿਰ ਚਲੋ ਉਹ ਠੀਕ ਠੂਕ ਕਰਾਉਣ ਲੱਗ ਗਏ ਫਿਰ ਥੋੜ੍ਹਾ ਹੋਰ ਅੱਗੇ ਚੱਲੇ ਬਾਈਕ ਦਾ ਪੈਂਚਰ ਹੋ ਗਿਆ ਐਂ ਲਾ ਲਓ ਦੋ ਤਿੰਨ ਘੰਟਿਆਂ 'ਚ ਇੰਨੀ ਦਿੱਕਤ ਆ ਗਈਆਂ ਹਜੇ ਅੰਮ੍ਰਿਤਸਰ ਤੋਂ ਅਸੀਂ ਪਠਾਨਕੋਟ ਤੱਕ ਹੀ ਨਿਕਲੇ ਸੀ ਇੰਨੀਆਂ ਦਿੱਕਤ ਆ ਗਈਆਂ ਨੋਰਮਲ ਬੰਦਾ ਸਮਝਦਾ ਕਿ 10 ਦਿਨ ਦੇ ਟ੍ਰਿਪ ਨੂੰ ਜਾ ਰਿਹਾ ਕਿ ਰੱਬ ਕਹਿੰਦਾ ਕਿ ਨਾ ਜਾ ਔਂਕੜ ਆ ਰਹੀਆਂ ਨੇ ਬਟ ਇਹ ਚੀਜ਼ ਨੂੰ ਜੇ ਆਪਾਂ ਪੋਜ਼ਿਟਿਵਿਟੀ 'ਚ ਲੈ ਕੇ ਚੱਲੀਏ ਕਿ ਰੱਬ ਨੇ ਔਂਕੜਾਂ ਪਹਿਲਾਂ ਹੀ ਖਤਮ ਕਰ ਦਿੱਤੀਆਂ ਕਿ ਮੰਨ ਲਓ ਪੈਂਚਰ ਉੱਥੇ ਲੇਹ ਲਦਾਖ 'ਚ ਹੁੰਦਾ ਕਿੱਥੇ ਮਕੈਨਿਕ ਵੀ ਨਹੀਂ ਹੈਗਾ ਉੱਥੇ ਕੀ ਬਣਦਾ ਬਿਲਕੁਲ ਕਿੱਥੇ ਲੈ ਕੇ ਜਾਂਦੇ ਇੱਥੇ ਤਾਂ ਚਾਹੇ ਪਠਾਨਕੋਟ ਕਿੱਥੇ ਮਰਜ਼ੀ ਥੋੜ੍ਹਾ ਰੋਡ 'ਚ ਲੈ ਕੇ ਜਾਓ ਪੈਂਚਰ ਲਵਾ ਲਾਂਗੇ ਇਹ ਕਰ ਲਾਂਗੇ ਇਹ ਚੀਜ਼ਾਂ ਇਹਨੂੰ ਕੀ ਹੋਇਆ ਸੀਗਾ ਹੁਣੀ ਸਰਪਾਸ ਦਾ ਟਰੈਕ ਲਾ ਕੇ ਆਏ ਸੀਗੇ ਇਹ ਸਨੋਅ ਦਾ ਟਰੈਕ ਹੈ ਪੂਰਾ ਲਗਭਗ ਇਹਦੇ ਵਿੱਚ ਕੀ ਹੁੰਦਾ 4 ਦਿਨ ਦੇ ਵਿੱਚ 35 ਕਿਲੋਮੀਟਰ ਕਰਨਾ ਬਈ ਅਬ ਤੋ ਇਤਨੀ ਜ਼ਿਆਦਾ ਸਨੋਫਾਲ ਔਰ ਬਾਰਿਸ਼ ਹੋਣੀ ਲੱਗੀ ਕਿ ਰੇਨਕੋਟ ਵਗੈਰਾ ਡਾਲਨੇ ਪੜ ਗਏ ਅਬ ਮੇਰੇ ਕੋ ਐਸੇ ਬਸ ਬੈਗ ਹੈ ਨਾ ਵੋ ਵਾਟਰ ਪ੍ਰੂਫ ਨਹੀਂ ਹੈ ਬੈਗ ਨਾ ਗਿੱਲਾ ਹੋ ਜਾਏ ਸਾਰੇ ਕੱਪੜੇ ਵਗੈਰਾ ਗਿੱਲੇ ਹੋ ਜਾਏਗੇ ਔਖਾ ਹੋ ਜਾਏਗਾ ਕੰਮ ਬਸ ਫਟਾਫਟ ਬਾਰਿਸ਼ ਸੀ ਇਹ ਫਟ ਜਾਏ ਯਾਰ ਮੰਨ ਲਓ ਕੋਈ ਦਿੱਕਤ ਆ ਗਈ ਉਹਨਾਂ ਨੇ ਮਾਊਂਟਰਿੰਗ ਦਾ ਕੋਰਸ ਕੀਤਾ ਹੋਇਆ ਮਨਾਲੀ ਹੁੰਦਾ ਅਤੇ ਕਾਫੀ ਜਗ੍ਹਾ 'ਤੇ ਮਿਲ ਗਏ ਗੁਲਮਰਗ ਵੀ ਹੁੰਦਾ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਡ ਕੀਤਾ ਜਾਂਦਾ ਜੇ ਮੰਨ ਲਓ ਕੋਈ ਦਿੱਕਤ ਆਉਂਦੀ ਆ ਬੰਦੇ ਨੂੰ ਕਿਵੇਂ ਬੰਨ ਕੇ ਪਿੱਠ 'ਤੇ ਲੈ ਕੇ ਕੁਛ ਟਾਈਮ ਦੇ ਵਿੱਚ ਸਭ ਤੋਂ ਨੀਅਰੈਸਟ ਲਓ ਜੀ ਬਈ ਦਿਨ ਕੀ ਸ਼ੁਰੂਆਤ ਚਾਏ ਬਣਾ ਕਰ ਕਰਤੇ ਹੈ ਦੂਧ ਚਾਏ ਪੱਤੀ ਮਿੱਠਾ ਸਾਰਾ ਸਮਾਨ ਸਾਥ ਮੇਂ ਉਠਾਇਆ ਹੋਇਆ ਅਬ ਮਜ਼ਾ ਆਏਗਾ ਸੁਬਹ ਚਾਏ ਪੀ ਕਰ ਪੂਰੀ ਐਨਰਜੀ ਆ ਜਾਏਗੀ ਫਿਰ ਖਾਣੇ ਕੇ ਲਈ ਵੀ ਕੁਛ ਬਣਾਤੇ ਹੈ ਐਸੀ ਸਰਵਾਈਵਲ ਹੋਤਾ ਹੈ ਪਹੁੰਚ ਜੇ ਬੰਦਾ ਰੁਕ ਵੀ ਨਹੀਂ ਸਕਦਾ ਬਾਰਿਸ਼ ਹੋ ਰਹੀ ਹੈ ਚੱਲੂਗਾ ਤਾਂ ਠੰਡ ਲੱਗ ਰਹੀ ਹੈ ਬੰਦਾ ਉਲਝਿਆ ਪਿਆ ਰਸਤੇ ਦੇ ਵਿੱਚ ਕੋਈ ਹੈਲਪ ਕਰਨ ਵਾਲਾ ਕੋਈ ਨਹੀਂ ਹੈਗਾ ਬਾਰਿਸ਼ ਸੀਗੀ ਕੋਈ ਆਸ ਪਾਸ ਉਹ ਆ ਨਹੀਂ ਰਿਹਾ ਉਹ ਕੀ ਆਪਣੇ ਰੋੜਾਂ ਹੁੰਦੀਆਂ ਨੇ ਆਪਣੀਆਂ ਸੜਕਾਂ ਹੁੰਦੀਆਂ ਨੇ ਉਹ ਸੜਕ ਵੀ ਨਹੀਂ ਹੈਗੀ ਸਿਰ ਪੱਥਰੀ ਪੱਥਰ ਨੇ ਦੂਰ ਦੂਰ ਤੱਕ ਅਤੇ ਉਹਦੇ ਵਿੱਚ ਕੀ ਹੋਇਆ ਜੀ ਉੱਥੇ ਜਾ ਕੇ ਐਂ ਤਾਂ ਲੱਗਿਆ ਕਿ ਸ਼ਾਇਦ ਬਈ ਅੱਜ ਪਤਾ ਨਹੀਂ ਬਚਿਆ ਜਾਊ ਪਤਾ ਹੀ ਨਹੀਂ ਐਵੇਂ ਮਾੜਾ ਤਜਰਬਾ ਹੋਇਆ ਉਸ ਟਾਈਮ ਥੋੜ੍ਹਾ ਡਰ ਲੱਗਦਾ ਯਾਰ ਕਿੱਥੇ ਫਸ ਗਏ ਪਰ ਉਹੀ ਐਡਵੈਂਚਰ ਵਾਲੀ ਚੀਜ਼ ਆ ਜਾਂਦੀ ਉਦੋਂ ਵੀ ਡਰ ਤਾਂ ਲੱਗ ਰਿਹਾ ਹੁੰਦਾ ਪਰ ਨਾਲ ਨਾਲ ਥੋੜ੍ਹਾ ਥੋੜ੍ਹਾ ਮਜ਼ਾ ਵੀ ਆ ਰਿਹਾ ਹੁੰਦਾ ਯਾਰ ਦੇਖੀ ਜਾਊਗੀ ਵੈਲਕਮ ਟੂ ਕੁਸ਼ਮ ਕਿਚਨ ਅੱਜ ਬਣਾ ਰਿਹਾ ਚਾਵਲ ਅਭੀ ਤਾਂ ਪਿਆਜ ਪਿਊਜ ਕੱਟ ਲਿਆ ਟੋਫੂ ਪਨੀਰ ਵੀ ਉਠਾ ਲਿਆ ਤਾਂ ਚਾਵਲ ਚੋਲ ਵੀ ਉਠਾ ਲਈ ਮੈਂ ਕਿਹਾ ਬਸ ਪੂਰਾ ਮਸਤ ਖਾਣੇ ਮੇਂ ਕੋਈ ਕਮੀ ਨਹੀਂ ਰਹਿਣੀ ਚਾਹੀਏ ਅਭੀ ਇਹ ਸਟੋਵ ਤੋਂ ਵੀ ਬੜਾ ਕੰਮ ਕਾ ਚੀਜ਼ ਹੋਵੇ ਸਟੋਵ ਮੇਰੇ ਕੋ ਐਸੇ ਨਹੀਂ ਲੱਗਾ ਥਾ ਕਿ ਇਤਨਾ ਕੰਮ ਆਏਗਾ ਸਟੋਵ ਇਤਨਾ ਕੁਛ ਬਣੇਗਾ ਕਾਫੀ ਸਹੀ ਬਣ ਰਿਹਾ ਅਭੀ ਖਾਤੇ ਹਾਂ ਔਰ ਆਪਕੋ ਦਿਖਾਤੇ ਹਾਂ ਔਰ ਉਸਕੋ ਮਚਾਤੇ ਹੈ ਕੈਸਾ ਬਣੇਗਾ ਟੇਸਟ ਕੈਬਿਨੇਟ ਮੇਂ ਇਤਨਾ ਅੱਛਾ ਟੇਸਟ ਬਣ ਰਿਹਾ ਹੈ ਲੋ ਬਈ ਜਾਤੇ ਜਾਤੇ ਅਭੀ ਚਾਏ ਕਾ ਮੂਡ ਕਰ ਗਿਆ ਪਹਾੜੋਂ ਮੇਂ ਕਿਸਕਾ ਨਹੀਂ ਮੂਡ ਕਰਤਾ ਚਾਏ ਕਾ ਅਭੀ ਇਹ ਨਿਕਾਲ ਲਿਆ ਆਪਣਾ ਸਟੋਵ ਔਰ ਆਪਣਾ ਚਾਏ ਵਗੈਰਾ ਜੋ ਆਪਣਾ ਸਾਰਾ ਸਮਾਨ ਹੈ ਦੂਧ ਵਗੈਰਾ ਅਭੀ ਬਸ ਚਾਏ ਵਗੈਰਾ ਬਣਾਤੇ ਹਾਂ ਸਟੋਵ ਪੇ ਔਰ ਆਗੇ ਨਿਕਲਤੇ ਹੈ ਮੇਰੇ ਹਿਸਾਬ ਸੇ ਆ ਰੋਡ ਤੱਕ ਪਹੁੰਚ ਹੀ ਜਾਏਂਗੇ ਲੱਗ ਰਿਹਾ ਜਿਸ ਹਿਸਾਬ ਸੇ ਮੈਂ ਜਾ ਰਹਾ ਹੂੰ ਬਾਕੀ ਦੇਖੋ ਨਗਰ ਨਹੀਂ ਪਹੁੰਚਿਆ ਗਿਆ ਕਰ ਲਏਂਗੇ ਕਹੀਂ ਤੋਂ ਕਹੀਂ ਕੈਂਪਿੰਗ ਫਕੀਰ ਆਦਮੀ ਹਮ ਤੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਆਪਣੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਜਿਹੜੇ ਆਪਣੇ ਮੁੱਖ ਮਹਿਮਾਨ ਨੇ ਜੀ ਡਾਕਟਰ ਕੁਸ਼ਮ ਸਰਾਓ ਇੱਕ ਛੋਟੀ ਉਮਰ ਦੇ ਵਿੱਚ MBBS ਦੀ ਪੜ੍ਹਾਈ ਕਰ ਰਹੇ ਨੇ ਅਤੇ ਨਾਲ ਇਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਜਿਹੜੇ ਕਿ ਟਰੈਕਿੰਗ ਵੀ ਕਰਦੇ ਹੈ ਵੱਖ ਵੱਖ ਦੇਸ਼ਾਂ ਦੇ ਵਿੱਚ ਲਗਭਗ ਸਾਰੇ ਹੀ ਭਾਰਤ ਦੇ ਵਿੱਚ ਘੁੰਮ ਚੁੱਕੇ ਹੈ ਅੱਜ ਦੀ ਜਿਹੜੀ ਪੌਡਕਾਸਟ ਹੋਣ ਵਾਲੀ ਹੈ ਉਹਨਾਂ ਦੇ ਡਾਕਟਰੀ ਦੇ ਸਫ਼ਰ ਬਾਰੇ ਅਤੇ ਉਹਨਾਂ ਨੂੰ ਘੁੰਮਣ ਫਿਰਨ ਦਾ ਸ਼ੌਂਕ ਕਿਵੇਂ ਪਿਆ ਅਤੇ ਕਿੱਥੇ ਕਿੱਥੇ ਉਹ ਜਾ ਚੁੱਕੇ ਹੈ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਗੱਲਬਾਤ ਰਹਿਣ ਵਾਲੀ ਹੈ ਜੀ ਅਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਪਣੇ ਸਟੂਡੀਓ ਦੇ ਵਿੱਚ ਕੁਸ਼ਮ ਸਰਾਓ ਦਾ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੁਸ਼ਮ ਜੀ ਆਪਣਾ ਨਾਮ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਮੇਰਾ ਨਾਮ ਜੀ ਡਾਕਟਰ ਕੁਸ਼ਮ ਸਰਾਓ ਹੈ ਮੈਂ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਪਹਿਲਾਂ ਪਿੰਡ ਰਹਿੰਦੇ ਸੀਗੇ ਅਤੇ ਹੁਣ ਤਾਂ 14 ਸਾਲ ਤੋਂ ਸ਼ਹਿਰ 'ਚ ਹੀ ਰਹਿ ਰਿਹਾ ਸੰਗਰੂਰ ਦੇ ਵਿੱਚ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਢੀਂਡਸ ਹੈ ਢੀਂਡਸਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਸੀ ਲਹਿਰਗਾ ਅੱਗੇ ਕੋਲ ਪਿੰਡ ਹੈ ਮੋਣ ਕਲਵੇ ਜੀ ਅਤੇ ਫੈਮਿਲੀ ਬੈਕਗਰਾਉਂਡ ਬਾਰੇ ਵੀ ਦੱਸੋ ਫੈਮਿਲੀ ਬੈਕਗਰਾਉਂਡ ਜੀ ਦਾਦਾ ਜੀ ਫੌਜੀ ਸੀਗੇ ਅਤੇ ਫਾਦਰ ਸਾਹਿਬ ਪੁਲਿਸ ਦੇ ਵਿੱਚ ਨੇ ਸਬ ਇੰਸਪੈਕਟਰ ਨੇ ਹੁਣ ਹਾਂਜੀ ਅਤੇ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਦੇ ਵਿੱਚ ਦਾਦਾ ਦਾਦੀ ਨੇ ਸਿਸਟਰ ਨੇ ਅਤੇ ਮੈਂ ਹਾਂ ਅਤੇ ਮੰਮੀ ਨੇ ਅਤੇ ਤੁਸੀਂ ਆਪਣੀ ਸਟੱਡੀ ਬਾਰੇ ਜ਼ਰੂਰ ਦੱਸੋ ਦਰਸ਼ਕ ਹਾਂਜੀ ਸਟੱਡੀ ਮੈਂ ਹੁਣ ਰੀਸੈਂਟਲੀ MBBS ਕੰਪਲੀਟ ਕੀਤੀ ਹੈ ਅਤੇ ਸਟੱਡੀ ਕੰਪਲੀਟ ਕਰਕੇ ਹੁਣ ਇੰਟਰਨਸ਼ਿਪ ਚੱਲ ਰਹੀ MBBS ਦੀ
ਅਤੇ ਬਾਕੀ ਹੁਣ ਲਗਭਗ ਅੱਗੇ ਵੀ ਸਟੱਡੀ ਤੁਹਾਨੂੰ ਪਤਾ ਡਾਕਟਰੀ ਸਟੱਡੀ ਕਾਫੀ ਲੰਬੀ ਹੁੰਦੀ ਹੈ ਅੱਗੇ ਵੀ ਹੁਣ ਸੋਚਣਾ ਪਊਗਾ ਕੁਛ ਨਾ ਕੁਛ ਕਰਨ ਦਾ ਹਾਂਜੀ ਮਤਲਬ ਕਦੋਂ ਅਹਿਸਾਸ ਹੋਇਆ ਵੀ ਮੈਨੂੰ ਡਾਕਟਰੀ ਲਾਈਨ ਦੇ ਵਿੱਚ ਜਾਣਾ ਚਾਹੀਦਾ ਫੈਮਿਲੀ ਨੇ ਇਸ ਚੀਜ਼ ਬਾਰੇ ਪ੍ਰੈਸ਼ਰ ਕੀਤਾ ਜਾਂ ਤੁਹਾਡਾ ਖੁਦ ਦਾ ਵਿਜ਼ਨ ਸੀ ਕਿ ਮੈਂ ਡਾਕਟਰ ਬਣਨਾ ਐਕਚੁਲੀ ਬਾਈ ਮੈਂ ਸੀਗਾ ਕਿ ਆਪਾਂ ਦੇਖਿਆ ਜਾਵੇ ਚਲੋ ਪੜ੍ਹਾਈ ਤਾਂ ਪਹਿਲਾਂ ਤਾਂ ਛੋਟੇ ਹੁੰਦੇ ਆਪਾਂ ਸਟਾਰਟਿੰਗ ਤੋਂ ਗੱਲ ਕੀਤੀ ਜਾਵੇ ਕਦੋਂ ਮੈਂ ਛੇਵੀਂ ਸੱਤਵੀਂ ਤੱਕ ਸੀਗਾ ਉਹ ਤਾਂ ਐਂ ਨਾਲੋਂ ਨਲਾਇਕ ਆ ਜਾਵਾਂ ਸਾਫ ਸੀਗਾ ਕੋਈ ਪੜ੍ਹਾਈ ਨਹੀਂ ਕੋਈ ਕੁਛ ਨਹੀਂ ਫਿਰ ਉਸ ਤੋਂ ਬਾਅਦ ਹੌਲੀ 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 ਪੜ੍ਹਾਈ 'ਚ ਇੰਟਰਸਟ ਪੈਂਦਾ ਗਿਆ ਨੌਵੀਂ ਦਸਵੀਂ ਤੱਕ ਥੋੜ੍ਹਾ ਥੋੜ੍ਹਾ ਪੜ੍ਹਾਈ 'ਚ ਇੰਟਰਸਟ ਪੈਂਦਾ ਗਿਆ ਨਾਲ ਮੈਂ ਸਕੇਟਿੰਗ ਦਾ ਪਲੇਅਰ ਹਾਂ ਨੈਸ਼ਨਲ ਮੈਡਲਿਸਟ ਆ ਸਕੇਟਿੰਗ ਦਾ ਅਤੇ ਨਾਲ ਨਾਲ ਗੇਮਾਂ ਗੁੰਮਾਂ ਵੀ ਖੇਡਦੇ ਹੁੰਦੇ ਸੀਗੇ ਫਿਰ ਹੌਲੀ ਹੌਲੀ ਬਸ ਐਂ ਹੋ ਗਿਆ ਕਿ ਚਲੋ ਘਰਦਿਆਂ ਦਾ ਪ੍ਰੈਸ਼ਰ ਹੈ ਕਿ ਸਾਇੰਸ ਕਰਨੀ ਹੈ ਚਾਹੇ ਮੈਡੀਕਲ ਕਰ ਲਓ ਚਾਹੇ ਨੋਨ ਮੈਡੀਕਲ ਕਰ ਲਓ ਫਿਰ ਬੰਦਾ ਇਹ ਸੋਚਣ ਲੱਗ ਜਾਂਦਾ ਕਿ ਮੈਂ ਆਪਣੇ ਲਾ ਲਓ ਪੰਜਾਬ 'ਚ ਮੰਨ ਲਓ ਬੰਦੇ ਜੋਬ ਕਰਨੇ ਆਪਣੀ ਮੈਂਟੈਲਿਟੀ ਹੁੰਦੀ ਹੈ ਕਿ ਮੈਂ ਇੰਜੀਨੀਅਰਿੰਗ ਲੱਗਣਾ ਜਾਂ ਕੋਈ ਹੋਰ ਲੱਗਣੀ ਕਿ ਪੰਜਾਬ 'ਚ ਜੋਬ ਮਿਲਦੀ ਨਹੀਂ ਹੈਗੀ ਬੀ ਟੈਕ ਕਰਕੇ ਕਿਤੇ ਬੰਗਲੌਰ ਜਾਂ ਗੁੜਗਾਓਂ ਜਾਂ ਇੱਥੇ ਮਿਲਦੀਆਂ ਨੇ ਜੇ ਆਪਾਂ ਮੈਡੀਕਲ ਕਰਾਂਗੇ ਕੋਈ ਵੀ ਕਰ ਲਾਂਗੇ ਇੱਥੇ ਮਿਲ ਜੂ ਅਤੇ ਉਸ ਤੋਂ ਬਾਅਦ ਹੋਰ ਦਿਮਾਗ 'ਚ ਇਹ ਸੀਗਾ ਜੀ ਕਿ ਮੈਡੀਕਲ ਦੇ ਵਿੱਚ ਕਿਵੇਂ ਬੀ ਫਾਰਮੇਸੀ ਗੱਲ 'ਚ ਡਾਕਟਰੀ 'ਚ ਨਹੀਂ ਬਣਦਾ ਨਰਸਿੰਗ ਕਰ ਲਓ ਮਤਲਬ ਲਾਈਨਾਂ ਕਾਫੀ ਹੈਗੀਆਂ ਉਦੋਂ ਐਂ ਲੱਗਦਾ ਸੀ ਲਾਈਨਾਂ ਕਾਫੀ ਨੇ ਅਤੇ ਬਸ ਹੌਲੀ ਹੌਲੀ ਇਹ ਵਿਚਾਰ ਬਣਦਾ ਗਿਆ ਚੱਲ ਮੈਡੀਕਲ ਕਰ ਲੈਣੇ ਪਰ ਉਦੋਂ ਕਦੇ ਐਂ ਸੋਚਿਆ ਨਹੀਂ ਸੀ ਕਿ ਡਾਕਟਰ ਵੀ ਬਣਾਂਗੇ ਦਿਮਾਗ 'ਚ ਕਦੇ ਆਇਆ ਵੀ ਨਹੀਂ ਸੀਗਾ ਕਿ ਕਦੇ ਡਾਕਟਰ ਵੀ ਬਣਿਆ ਜਾਊਗਾ ਨੀਟ ਦਾ ਪੇਪਰ ਕਲੀਅਰ ਹੋਊਗਾ ਬਾਕੀ ਫਿਰ ਚਲੋ ਸਕੇਟਿੰਗ ਦੇ ਸਪੋਰਟਸ ਕੋਟੇ ਦੇ ਵਿੱਚ ਮੇਰੀ ਐਡਮਿਸ਼ਨ ਹੋਈ ਸਕੇਟਿੰਗ ਦੇ ਵਿੱਚ ਨੈਸ਼ਨਲ ਸਿਲਵਰ ਮੈਡਲ ਸੀਗਾ ਸਪੋਰਟਸ ਕੋਟੇ ਦਾ ਵਧੀਆ ਸਾਥ ਮਿਲਿਆ ਅਤੇ ਹੌਲੀ ਹੌਲੀ ਐਮ ਬੀ ਬੀ ਐਸ ਦੇ ਵਿੱਚ ਐਡਮਿਸ਼ਨ ਮਿਲ ਗਈ ਬਟ ਇੱਕ ਵਾਰ ਡਿਗਰੀ ਦੇ ਵਿੱਚ ਆ ਕੇ ਖੁਦ ਪੜ੍ਹਾਈ ਦਾ ਇੰਨਾ ਬੋਝ ਆਪਾਂ ਦੇਖਦੇ ਹਾਂ ਕਿ ਨੀਟ ਹੈ ਨੀਟ ਕਲੀਅਰ ਕਰ ਲਿਆ ਸਾਰਾ ਕੁਛ ਪਰ ਨੀਟ ਦੀ ਪੜ੍ਹਾਈ ਹੈ ਕਿਹੜੀ ਪਲੱਸ ਟੂ ਦੀ ਪੜ੍ਹਾਈ ਅਤੇ ਐਮ ਬੀ ਬੀ ਐਸ ਦੀ ਪੜ੍ਹਾਈ ਬਹੁਤ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ ਬਾਈ ਅਤੇ ਕੀ ਹੋਇਆ ਜੀ ਵੜ ਕੇ ਐਂ ਲੱਗਿਆ ਕਿ ਇੱਥੇ ਦਾ ਬਾਈ ਗਲਤ ਡਿਸੀਜ਼ਨ ਲੈ ਲਿਆ ਹੌਲੀ 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 ਚਲੋ ਸਭ ਵੀ ਹੁੰਦੇ ਗਏ ਹੁਣ ਲੱਗਦਾ ਚਲੋ ਠੀਕ ਹੈ ਹੁਣ ਕਿੱਧਰ ਬੜੇ ਹੋਏ ਹਾਂ ਠੀਕ ਹੈ ਪਰ ਇੱਕ ਵਾਰ ਐਂ ਲੱਗਦਾ ਸੀ ਕਿ ਬਾਈ ਉਹ ਹੈ ਅਤੇ ਮਤਲਬ ਲਾ ਲਓ ਚਲੋ ਨੈਗੇਟਿਵਿਟੀ ਇਹਦੀ ਗੱਲ ਕਰਾਂ ਬਸ ਪੜ੍ਹਾਈ ਇਹ ਲੰਬੀ ਹੈ ਪਰ ਪੜ੍ਹਾਈ ਦੇ ਨਾਲ ਨਾਲ ਇੰਜੋਏ ਐਸ਼ ਬਹੁਤ ਜ਼ਿਆਦਾ ਆ ਬਹੁਤ ਇਹ ਚੀਜ਼ ਆ ਆਪਾਂ ਦੇਖਦੇ ਹਾਂ ਨਾ ਕਿਵੇਂ ਮੂਵੀ 'ਚ ਲਾਈਫ ਉਵੇਂ ਇੱਥੇ ਕਾਲਜ ਦੀ ਲਾਈਫ ਹੈ ਪੂਰੀ ਇੱਥੇ ਕਾਲਜ ਦੇ ਕਿਹੜੇ ਕਾਲਜ 'ਚ ਲਾਈਫ ਹੁੰਦੀ ਮੈਡੀਕਲ ਕਾਲਜਾਂ ਦੇ ਤੁਸੀਂ ਕਿਹੜੇ ਕਾਲਜ ਦੇ ਵਿੱਚ ਕਰ ਰਹੇ ਹੋ ਸਟੱਡੀ ਮੈਂ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਕਰ ਰਿਹਾ ਓਕੇ ਹਾਂਜੀ ਅਤੇ ਹੁਣ ਜੋਬ ਵੀ ਤੁਹਾਡੀ ਇੰਟਰਨਸ਼ਿਪ ਵੀ ਉੱਥੀ ਹੈ ਉੱਥੀ ਹੈ ਮੇਰੀ ਇੰਟਰਨਸ਼ਿਪ ਮੇਰੇ 2019 ਬੈਚ ਹੈ ਅਤੇ ਜਿਵੇਂ ਤੁਸੀਂ ਦੱਸਿਆ ਵੀ ਸਟੱਡੀ ਦੇ ਵਿੱਚ ਤੁਸੀਂ ਪਹਿਲਾਂ ਠੀਕ ਠਾਕ ਸੀਗੇ ਉਸ ਤੋਂ ਬਾਅਦ ਤੁਹਾਨੂੰ ਸਾਇੰਸ ਦਵਾਤੀ ਹੈ ਨਾ ਕਰਦੇ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੇ ਆਰਟਸ ਵਾਲੇ ਹੁੰਦੇ ਆ ਉਹ ਜ਼ਿਆਦਾ ਹੁੰਦੇ ਆ ਨਾ ਸਪੋਰਟਸਮੈਨ ਤਾਂ ਤੁਸੀਂ ਸਪੋਰਟਸਮੈਨ ਵਾਲਾ ਜਿਹੜਾ ਤੁਹਾਨੂੰ ਕਦੋਂ ਤੋਂ ਲੱਗਿਆ ਵੀ ਮੈਂ ਐਜ਼ ਏ ਕੋਈ ਗੇਮ ਸਿਲੈਕਟ ਕਰਨੀ ਹੈ ਜਾਂ ਸਾਇੰਸ ਦੀ ਪੜ੍ਹਾਈ ਦੇ ਨਾਲ ਔਖੀ ਪੜ੍ਹਾਈ ਆਪਾਂ ਕਹਿ ਸਕਦੇ ਹਾਂ ਕਿਸ ਤਰ੍ਹਾਂ ਮੈਨੇਜ ਕੀਤਾ ਕਿਹੜੀ ਗੇਮ ਚੂਜ਼ ਕੀਤੀ ਮੈਂ ਤੁਹਾਨੂੰ ਦੱਸਦਾ ਪੜ੍ਹਾਈ ਦੇ ਵਿੱਚ ਚੱਲਣ ਦਾ ਕਾਰਨ ਮੇਰਾ ਮੈਂ ਸਕੇਟਿੰਗ ਨੂੰ ਕ੍ਰੈਡਿਟ ਦੂੰਗਾ ਸਪੋਰਟਸ ਨੂੰ ਜੀ ਗੱਲ ਕੀ ਹੈ ਸਪੋਰਟਸ ਐ ਨਹੀਂ ਹੈਗਾ ਕਿ ਬੰਦਾ ਅਕਸਰ ਦਿਮਾਗਾਂ 'ਚ ਇਹ ਹੁੰਦਾ ਕਿ ਸਪੋਰਟਸ ਕਰਦਾ ਬੰਦਾ ਪੜ੍ਹਾਈਏ ਤੋਂ ਇਹ ਛੁੱਟ ਜੂਗਾ ਬੰਦਾ ਪਰ ਇਹ ਦਿਮਾਗ ਉਹਦਾ ਤੇਜ਼ ਹੁੰਦਾ ਸਪੋਰਟਸ ਨਾਲ ਕਿ ਬਾਹਰ ਫਿਜ਼ੀਕਲ ਐਕਟੀਵਿਟੀ ਕਰਦਾ ਘੁੰਮਦਾ ਫਿਰਦਾ ਉਹ ਚੀਜ਼ ਹੈ ਗੱਲ ਮੈਂ ਸਕੇਟਿੰਗ ਸਟਾਰਟ ਕੀਤੀ ਸੀ ਪੰਜਵੀਂ ਦੇ ਵਿੱਚ ਹੀ ਕਿਹੜਾ ਸਰਬੀ ਬਾਈ ਸੀਗਾ ਆਪਣਾ ਉਹ ਕਰਦਾ ਹੁੰਦਾ ਸੀਗਾ ਉਹਨੂੰ ਮੈਂ ਦੇਖਣ ਚੱਲ ਜਾਂਦਾ ਦੇਖਣ ਜਦ ਮੈਂ ਜਾਂਦਾ ਮੈਂ ਲੱਗਦਾ ਯਾਰ ਚੀਜ਼ ਘੈਂਟ ਹੈ ਸਾਲ ਕੁ ਤਾਂ ਚੱਲ ਅਸੀਂ ਕੀਤੀ ਸ਼ੌਂਕ ਸ਼ੌਂਕ ਨੂੰ ਫਿਰ ਬਸ ਫਿਰ ਕੋਈ ਵੀ ਗੇਮ ਆਪਾਂ ਫੜ ਲਈਏ ਉਹਦਾ ਸ਼ੌਂਕ ਪੈ ਜਾਂਦਾ ਕੀੜਾ ਪੈ ਜਾਂਦਾ ਜਨੂਨ ਪੈ ਜਾਂਦਾ ਬਸ ਉਹੀ ਹੁੰਦਾ ਹੁੰਦਾ ਗਿਆ ਫਿਰ ਹੌਲੀ ਹੌਲੀ ਕੰਪੀਟੀਸ਼ਨ ਖੇਡੇ ਅਤੇ ਜਦ ਕੰਪੀਟੀਸ਼ਨ ਖੇਡੇ ਮੈਡਲ ਮੁਡ ਲਾਏ ਫਿਰ ਹੋਰ ਸ਼ੌਂਕ ਹੋ ਗਿਆ ਕਿ ਯਾਰ ਮੈਡਲ ਆ ਰਹੇ ਨੇ ਖੇਡਿਆ ਜਾਵੇ ਫਿਰ ਐਵੇਂ ਹੈ ਉਹਦੇ ਨਾਲ ਬਹੁਤ ਡਿਵੈਲਪਮੈਂਟ ਹੋਈ ਪਹਿਲਾਂ ਬਈ ਮੈਂ ਥੋੜ੍ਹਾ ਮੋਟਾ ਵੀ ਸੀ ਹੈਲਥ ਜ਼ਿਆਦਾ ਵੀ ਥੋੜ੍ਹਾ ਥੋੜ੍ਹਾ ਹੈਗਿਆ ਸੀ ਉਹਨੇ ਪਹਿਲਾਂ ਤਾਂ ਫਿੱਟ ਕੀਤਾ ਫਿਰ ਉਸ ਤੋਂ ਬਾਅਦ ਬਈ ਕੀਤਾ ਇਹਨੇ ਸਿਸਟਮ ਪੜ੍ਹਾਈ ਦੇ ਵਿੱਚ ਦਿਮਾਗ ਤੇਜ਼ ਕੀਤਾ ਹੋਰ ਕਿਵੇਂ ਪਹਿਲਾਂ ਮੈਂ ਸੰਗ ਤਾਂ ਬਹੁਤ ਸੀਗਾ ਸੰਗ ਹਟਾਈ ਤੇ ਮੈਂ ਤਾਂ ਹਰੇਕ ਇੱਕ ਬੰਦੇ ਨੂੰ ਸਲਾਹ ਦਿੰਦਾ ਕਿ ਮੰਨ ਲਓ ਕਿ ਨਾ ਜਵਾਕ ਛੋਟੇ ਨੇ ਚੌਥੀ ਪੰਜਵੀਂ ਹੈ ਦੂਜੀ ਤੀਜੀ 'ਚ ਹੈ ਬਈ ਗੇਮ ਕੋਈ ਮਰਜ਼ੀ ਚਾਹੇ ਸਕੇਟਿੰਗ ਹੈ ਚਾਹੇ ਫੈਂਸਿੰਗ ਹੈ ਸਕੇਟ ਕੋਈ ਵੀ ਹੈ ਕੋਈ ਫੁੱਟਬਾਲ ਹੈ ਕੋਈ ਵੀ ਗੇਮ 'ਚ ਪ੍ਰੋਫੈਸ਼ਨਲ ਹੀ ਲਾ ਦਿਉ ਐਂ ਨਹੀਂ ਹੈਗਾ ਪਿੰਡ 'ਚ ਜਾ ਕੇ ਉਹ ਬੰਦਾ ਖੇਡਿਆ ਉਹਦਾ ਫਾਇਦਾ ਨਹੀਂ ਕਿਸੇ ਕੋਚ ਅੰਡਰ ਪ੍ਰੋਫੈਸ਼ਨਲ ਲਾ ਦਿਉ 100% 'ਚ ਮੈਡਲ ਨਾ ਆਵੇ ਫਾਇਦਾ ਨਾ ਮਿਲੇ ਪਰ ਦਿਮਾਗ ਦੀ ਇੰਪਰੂਵਮੈਂਟ 100% ਹੋਣੀ ਹੈ ਬਿਲਕੁਲ ਜਿਵੇਂ ਹੁਣ ਇਸ ਵਾਰ ਦੇਖਿਆ ਆਪਾਂ ਨੇ ਓਲੰਪਿਕ ਖੇਡਾਂ ਦੇ ਵਿੱਚ ਕਿੰਨੇ ਮੈਡਲ ਆਏ ਤਾਂ ਉਹਦੇ ਨਾਲ ਬੜੀ ਮੋਟੀਵੇਟ ਵੀ ਮਿਲਦੀ ਹੈ ਲੋਕਾਂ ਨੂੰ ਜਿਵੇਂ ਆਰਚਰੀ ਦੇ ਵਿੱਚ ਕਹਿ ਲਓ ਜਾਂ ਜੈਵਲਿਨ ਥਰੋ ਲੋਕਾਂ ਨੂੰ ਜਿਹੜੀਆਂ ਗੇਮਾਂ ਬਾਰੇ ਪਤਾ ਵੀ ਨਹੀਂ ਸੀ ਓਲੰਪਿਕ ਦੇ ਵਿੱਚ ਮੈਡਲ ਆਉਣ ਤੋਂ ਬਾਅਦ ਲੋਕਾਂ ਨੂੰ ਇੰਟਰਸਟ ਹੋਇਆ ਵੀ ਆਪਾਂ ਉਹ ਚੀਜ਼ਾਂ ਦੂਰ ਨਾ ਜਾਓ ਮੇਰਾ ਖੁਦ ਦਾ ਦੋਸਤ ਹੈ ਸਕੇਟਿੰਗ ਦਾ ਨੈਸ਼ਨਲ ਗੋਲਡ ਮੈਡਲਿਸਟ ਹੈ ਮੇਰੇ ਨਾਲ ਹੀ ਖੇਡਦਾ ਸੀ ਮਨੂ ਬੱਕਰ ਦੇ ਦੋ ਸ਼ੂਟਿੰਗ 'ਚ ਗੋਲਡ ਆਏ ਨੇ ਸਕੇਟਿੰਗ ਛੱਡ ਕੇ ਸ਼ੂਟਿੰਗ ਕਰਨ ਲੱਗ ਗਿਆ ਜੀ ਦੇਖ ਲਓ ਕਿੰਨਾ ਮੋਟੀਵੇਟ ਕਰ ਦਿੰਦਾ ਇੱਕ ਓਲੰਪਿਕ ਦਾ ਮੈਡਲ ਜੇ ਮੰਨ ਲਓ ਹੋਰ ਮੈਡਲ ਆਉਣਗੇ ਹੋਰ ਗੇਮਾਂ 'ਚ ਮੈਡਲ ਆਉਣਗੇ ਕਿੰਨੇ ਹੋਰ ਕਰਨਗੇ ਬਿਲਕੁਲ ਹਾਂਜੀ ਅਤੇ ਜਿਵੇਂ ਆਪਾਂ ਐਮ ਬੀ ਬੀ ਐਸ ਦੀ ਪੜ੍ਹਾਈ ਦੀ ਗੱਲ ਕਰੀਏ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਡਿਫੀਕਲਟ ਹੈ
ਹਫ਼ਤਾ ਹੀ ਹੋਇਆ ਸੀ ਹਜੇ ਐਮਬੀਬੀਐਸ ਬੜੇ ਨੂੰ, ਉੱਥੇ ਮਾਹੌਲ ਜੀ ਲਾ ਲਓ ਆਪਣਾ ਤਾਂ ਇੱਥੇ ਘਰ ਬਾਰ 'ਚ ਰਹਿੰਦੇ ਸੀਗੇ, ਟੋਕਸੀਸਿਟੀ ਕਹਿ ਦਿੰਦੇ ਆਪਾਂ ਇੱਕ ਕਿਵੇਂ ਸਾੜਾ ਕਹਿ ਦਿਓ, ਟੋਕਸੀਸਿਟੀ ਕਹਿ ਦਿਓ, ਕਿਵੇਂ ਬਈ ਟੋਕਸੀਸਿਟੀ ਦੀ ਆਪਾਂ ਗੱਲ ਕੀਤੀ, ਐਮਬੀਬੀਐਸ ਦੇ ਵਿੱਚ ਬਹੁਤ ਜ਼ਿਆਦਾ ਟੋਕਸੀਸਿਟੀ ਹੈ, ਅਤੇ ਹਫ਼ਤੇ ਬਾਅਦ ਹੀ ਇਹ ਚੀਜ਼ ਆਉਣ ਲੱਗੀ ਜੀ ਯਾਰ ਗਲਤ ਡਿਸੀਜ਼ਨ ਲੈ ਲਿਆ, ਇੱਥੇ ਆਉਣਾ ਚਾਹੀਦਾ ਨਹੀਂ ਸੀਗਾ। ਟੋਕਸੀਸਿਟੀ ਮਤਲਬ ਕਿਵੇਂ, ਵੀ ਪੜ੍ਹਾਈ ਦਾ ਪ੍ਰੈਸ਼ਰ ਜਾਂ ਜਿਵੇਂ ਕੋਈ ਸੀਨੀਅਰਸ ਹੁੰਦੇ ਆ ਉਹਨਾਂ ਵੱਲੋਂ ਰੈਗਿੰਗ, ਜਾਂ ਕਿ ਇਹਨੂੰ ਥੋੜ੍ਹਾ ਐਕਸਪਲੇਨ ਕਰੋ। ਰੈਗਿੰਗ ਤਾਂ ਦੇਖੋ ਜੀ ਮੇਰੇ ਅਕੋਰਡਿੰਗ ਜ਼ਰੂਰੀ ਹੈ, ਰੈਗਿੰਗ ਨੂੰ ਮੈਂ ਟੋਕਸੀਸਿਟੀ ਦੇ ਵਿੱਚ ਲੈ ਕੇ ਨਹੀਂ ਆਊਂਗਾ, ਕਿਉਂਕਿ ਜ਼ਿਆਦਾ ਬਹੁਤ ਪੜ੍ਹਨ ਵਾਲੇ ਬੰਦੇ ਹੁੰਦੇ ਨੇ ਅਤੇ ਉਹਨਾਂ ਨੂੰ ਆਸ ਪਾਸ ਦੁਨੀਆਦਾਰੀ ਬਾਰੇ ਕੁਛ ਨਹੀਂ ਪਤਾ ਹੁੰਦਾ, ਅਤੇ ਰੈਗਿੰਗ ਹੈ ਕਿਹੜੀ ਉਹ ਇੰਟਰੈਕਸ਼ਨ ਬੌਂਡਿੰਗ ਕਾਫ਼ੀ ਕੁਛ ਚੀਜ਼ਾਂ ਸਿਖਾਉਂਦੀਆਂ। ਹੁਣ ਅੱਜ ਕੱਲ੍ਹ ਤਾਂ ਰੈਗਿੰਗ ਐਂ ਲਾ ਲਓ 1% ਰਹਿ ਗਈ, ਕਿਹੜੇ ਸਾਡੇ ਪ੍ਰੋਫੈਸਰ ਸੀਗੇ ਅੱਜ ਤੋਂ 15-20 ਸਾਲ ਪਹਿਲਾਂ, ਉਹਨਾਂ ਟਾਈਮ ਬਹੁਤ ਵਧੀਆ ਰੈਗਿੰਗ ਹੁੰਦੀ ਸੀ, ਅਤੇ ਮੇਰੇ ਹਿਸਾਬ ਨਾਲ ਤਾਂ ਜੇ ਰੈਗਿੰਗ ਉਸ ਲੈਵਲ ਦੀ ਹੁਣ ਵੀ ਹੋਵੇ ਵਧੀਆ ਗੱਲ ਹੈ। ਅਤੇ ਟੋਕਸੀਸਿਟੀ ਕਿਵੇਂ ਹੈ ਜੀ, ਦੋਸਤੀ ਉੱਤੋਂ ਉੱਤੋਂ ਹੈ, ਕੋਈ ਐਂ ਨਹੀਂ ਹੈਗੀ ਕਿ ਥੱਲੋਂ, ਕਿਵੇਂ ਆਪਣੇ ਪਿੰਡਾਂ 'ਚ ਆ ਜਾਂ ਡੂੰਘਾਈ ਵਾਲੀ ਦੋਸਤੀ ਹੁੰਦੀ ਹੈ, ਦੋਸਤ ਹੈ ਦੋਸਤ ਹੈ, ਬਸ ਕੰਮ ਨੂੰ ਹੈ ਦੋਸਤੀ, ਕੰਮ ਹੈ ਉਹ ਕੰਪਲੀਟ ਕੀਤਾ, ਇਹ ਚੀਜ਼ ਹੈ। ਆਹ ਚੀਜ਼ਾਂ ਬੰਦਾ ਕਦੋਂ ਥੋੜ੍ਹਾ ਘਰ ਤੋਂ ਵੀ ਬਾਹਰ ਰਹਿੰਦਾ ਇਹ ਚੀਜ਼ ਦਿੱਕਤ ਆਉਂਦੀ ਹੈ, ਫਿਰ ਉਸ ਤੋਂ ਬਾਅਦ ਆਹ ਚੀਜ਼ਾਂ ਤਾਂ ਹੁੰਦੀਆਂ, ਫਿਰ ਉਸ ਤੋਂ ਬਾਅਦ ਪੜ੍ਹਾਈ ਦਾ ਪ੍ਰੈਸ਼ਰ ਜੀ, ਪੜ੍ਹਾਈ ਕਿਉਂਕਿ ਲੈਵਲ ਬਹੁਤ ਜ਼ਿਆਦਾ, ਅਟੈਂਡੈਂਸ ਆ, ਕਲਾਸਾਂ ਲਗਾਉਣੀਆਂ ਸਾਰੀਆਂ, ਹੁਣ ਕਿਵੇਂ ਮੰਨ ਲਓ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕਲਾਸਾਂ ਸਾਰਾ ਦਿਨ ਲਗਾਈ ਜਾਂਦੇ, ਵਿੱਚ ਛੋਟੀ ਬ੍ਰੇਕ ਮਿਲਣੀ, ਉਹ ਚੀਜ਼ਾਂ ਖਰਾਬ ਕਰ ਦਿੰਦੇ ਨੇ ਬੰਦੇ ਨੂੰ। ਅਤੇ ਹੁਣ ਮੰਨ ਲਓ 1 ਸਾਲ ਬਾਅਦ ਐਮਬੀਬੀਐਸ ਹੁੰਦੇ ਨੇ ਪੇਪਰ, ਕਿਵੇਂ ਬਾਕੀ ਹੋਰ ਕੋਰਸਾਂ ਦੇ ਵਿੱਚ 6-6 ਮਹੀਨੇ ਬਾਅਦ ਸਿਸਟਮ ਹੁੰਦਾ, ਇੱਥੇ ਐਨੂਅਲ ਸਿਸਟਮ ਹੁੰਦਾ, ਅਤੇ ਉਹਦਾ ਲੈਵਲ ਜੀ ਪੂਰਾ ਐਂ ਲਾ ਲਓ ਦਿਮਾਗ ਖਰਾਬ ਕਰ ਦਿੰਦਾ। ਮੰਨ ਲਓ ਬੰਦਾ ਥੋੜ੍ਹਾ ਥੋੜ੍ਹਾ ਤਾਂ ਪਹਿਲਾਂ ਪੜ੍ਹਦਾ ਰਹੇ, ਉਹ 3-4 ਮਹੀਨੇ ਰਹਿ ਜਾਂਦੇ ਨੇ, ਉਦੋਂ ਐਂ ਲਾ ਲਓ ਬੰਦੇ ਨੂੰ ਨਾ ਸੌਣ ਦਾ ਟਾਈਮ, ਨਾ ਬੰਦੇ ਨੂੰ ਖਾਣ ਦਾ ਟਾਈਮ, ਪੜ੍ਹਦੇ ਹੋਏ ਕਿਤਾਬ ਅੱਗੇ ਹੋ ਰਹੀ ਹੈ ਉਦੋਂ ਖਾ ਰਿਹਾ ਬੰਦਾ, ਅਤੇ ਬਸ ਫਟਾਫਟ ਸ਼ਾਵਰ ਲੈ ਕੇ ਆਇਆ, ਨਹਾਇਆ ਫਟਾਫਟ, ਫਿਰ ਕਿਤਾਬ, 4-5-6 ਘੰਟੇ ਸੁੱਤਾ, ਫਿਰ ਸਾਰਾ ਦਿਨ ਸਵੇਰ ਤੋਂ ਮੰਨ ਲਓ ਸ਼ਡਿਊਲ ਮੇਰਾ ਪੇਪਰ ਆ ਜਾਂਦੇ, ਸੁਦੋਂ ਰਹਿੰਦਾ ਸੀਗਾ 8 ਵਜੇ ਉੱਠਿਆ, 8:30 ਨੂੰ ਲਾਇਬ੍ਰੇਰੀ, ਉਸ ਤੋਂ ਬਾਅਦ 1:30 ਵਜੇ ਤੱਕ ਬੈਠਿਆ ਲਾਇਬ੍ਰੇਰੀ, 1:30 ਤੋਂ 2 ਵਜੇ ਤੱਕ ਲੰਚ ਕੀਤਾ, ਫਿਰ ਉਸ ਤੋਂ ਬਾਅਦ 2 ਤੋਂ ਲੈ ਕੇ 5 ਵਜੇ ਤੱਕ ਫੇਰ ਪੜ੍ਹਿਆ, 5:30 ਤੋਂ 5:30 ਤੱਕ ਟੀ ਬ੍ਰੇਕ ਲੈ ਲਈ, 5:30 ਤੋਂ 8 ਵਜੇ ਤੱਕ ਫੇਰ, 8 ਤੋਂ 9 ਡਿਨਰ ਕੀਤਾ, 9 ਤੋਂ ਲੈ ਕੇ 12 ਵਜੇ ਤੱਕ ਫੇਰ। ਇਹ ਮਤਲਬ ਇੱਕ ਜਿਹੜਾ ਸਟਰਗਲ ਪੀਰੀਅਡ ਹੁੰਦਾ ਕਿਸੇ ਦੀ ਲਾਈਫ ਦਾ ਜਾਂ ਸਟ੍ਰੈਸ ਲਾ ਲਓ, ਉਹਦੇ ਨਾਲ ਜਿਹੜਾ ਆਪਣਾ ਦਿਮਾਗ ਹੈ ਉਹ ਥੋੜ੍ਹਾ ਜਿਹਾ ਜ਼ਿਆਦਾ ਕੰਮ ਕਰਦਾ, ਮਤਲਬ ਕਿ ਜ਼ਿਆਦਾ ਕੈਪੇਬਲ ਹੁੰਦਾ। ਕੀ ਕੁਸਮ ਉਸ ਚੀਜ਼ਾਂ ਨੂੰ ਪੋਜ਼ਿਟਿਵ ਲੈਂਦਾ ਆਪਣੀ ਲਾਈਫ 'ਚ, ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ, ਆਉਣ ਵਾਲੀਆਂ ਮੁਸ਼ਕਲਾਂ ਨੂੰ ਮੈਂ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦਾ, ਜਾਂ ਕਿਸ ਤਰੀਕੇ ਨਾਲ ਲੈਂਦੇ ਹੋ ਉਸ ਸੰਘਰਸ਼ ਨੂੰ? ਬਈ ਉਦੋਂ ਉਸ ਟਾਈਮ ਉਦੋਂ ਪੜ੍ਹਦੇ ਸੀ ਉਹ ਤਾਂ ਲੱਗਦਾ ਸੀ ਕਿ ਯਾਰ ਬਹੁਤ ਔਖਿਆ, ਪਰ ਹੁਣ ਉਹ ਚੀਜ਼ਾਂ ਯਾਦ ਆਉਂਦੀਆਂ ਨੇ, ਮਜ਼ਾ ਬਹੁਤ ਆਉਂਦਾ ਕਿ ਯਾਰ ਬਹੁਤ ਵਧੀਆ ਸੀਗਾ, ਕਿ ਕਿੰਨਾ ਕੁਛ ਸਿੱਖਿਆ, ਕਿੰਨਾ ਕੁਛ ਪੜ੍ਹਿਆ, ਬਹੁਤ ਪੋਜ਼ਿਟਿਵ ਲਾ ਲਓ, ਬਹੁਤ ਮਜ਼ਾ ਆਉਂਦਾ ਕਿ ਯਾਰ ਆਹ ਚੀਜ਼ਾਂ ਆਪਾਂ ਇੰਨਾ ਪੜ੍ਹੇ ਸੀ, ਇੰਨਾ ਸਟਰਗਲ ਕੀਤਾ, ਅਤੇ ਹੁਣ ਹੈਗਿਆ। ਇਹਨੂੰ ਵਧੀਆ ਫੀਲ ਆਉਂਦੀ ਹੈ, ਇਹ ਸੋਚ ਸੋਚ ਕੇ, ਕਿ ਨੋਸਟੈਲਜੀ ਆਪਾਂ ਕਹਿ ਦੇਣਾ ਅੰਗਰੇਜ਼ੀ ਦਾ ਸ਼ਬਦ, ਐਂ ਫੀਲ ਆਉਂਦਾ ਵਧੀਆ। ਠੀਕ ਹੈ, ਹੁਣ ਐਮਬੀਬੀਐਸ ਦੀ ਪੜ੍ਹਾਈ ਤੋਂ ਬਾਅਦ ਜਿਵੇਂ ਡਾਕਟਰ ਹੁੰਦੇ ਇੱਕ ਪਰਟੀਕੁਲਰ, ਵੀ ਕੋਈ ਅੱਖਾਂ ਦਾ ਮਾਹਿਰ, ਚਮੜੀ ਦਾ ਮਾਹਿਰ, ਦੰਦਾਂ ਦਾ ਡਾਕਟਰ, ਕੁਸਮ ਨੇ ਕੀ ਸੋਚਿਆ ਵੀ ਮੈਂ ਕਿਸ ਚੀਜ਼ ਵੱਲ ਜਾਣਾ ਅੱਗੇ? ਅਕਸਰ ਬਈ ਕੀ ਹੁੰਦਾ ਐਮਬੀਬੀਐਸ ਤੋਂ ਬਾਅਦ ਇੱਕ ਪੇਪਰ ਹੁੰਦਾ ਨੀਟ ਪੀਜੀ ਦਾ, ਕਿਵੇਂ ਨੀਟ ਯੂਜੀ ਦਾ ਹੁੰਦਾ, ਕਿਹੜਾ ਆਪਾਂ ਤਾਂ ਸੁਣਿਆ ਹੋਣਾ, ਉਹਦੇ ਵਿੱਚ ਉਹ ਪੇਪਰ ਦੇ ਹਿਸਾਬ ਨਾਲ ਆਪਾਂ ਕਰਦੇ ਹਾਂ ਕਿ ਅੱਖਾਂ ਦਾ ਡਾਕਟਰ ਇਹ ਐਮਡੀ ਦੀ ਸੀਟ ਚੱਕਣ ਜਾਂ ਐਮਐਸ ਦੀ ਸੀਟ ਚੱਕਣ ਵਾਸਤੇ ਉਹ ਪੇਪਰ ਹੁੰਦਾ, ਉਹ ਪੇਪਰ ਬਹੁਤ ਹਾਰਡ ਹੈ, ਉਹਦੇ ਲਈ ਲਾ ਲਓ ਸਾਲ ਲੱਗ ਜਾਂਦਾ, ਕਈ ਫਰੈਸ਼ਰ ਵੀ ਕੱਢ ਜਾਂਦੇ ਨੇ, ਹੈਗੀ ਹੈ ਵਿਚਾਰ ਤਾਂ ਹੈ ਕਿ ਉਹੀ ਪੇਪਰ ਦੀ ਤਿਆਰੀ ਕਰਕੇ ਕਿਵੇਂ ਅੱਗੇ ਅੱਖਾਂ ਦਾ ਡਾਕਟਰ ਜਾਂ ਕੰਨਾਂ ਡਾਕਟਰ ਜਾਂ ਸਰਜਰੀ ਮੈਡੀਸਨ ਕਾਸੇ ਬਣੇ ਜਾਵੇ, ਬਟ ਕਦੇ ਵਿਚਾਰ ਆਉਂਦਾ ਕਿ ਡਾਕਟਰੀ ਲਾਈਨ ਦੇ ਵਿੱਚ ਇੱਕ ਸੇਵਾ ਹੀ ਹੈ, ਪੈਸਾ ਵੀ ਹੈਗਾ ਚਲੋ, ਬਟ ਪੈਸਾ ਉਹ ਬੰਦੇ ਵਾਸਤੇ ਕਿਹਨੇ ਲੁੱਟਣਾ, ਮੇਰਾ ਇਹ ਹੈ ਕਿ ਵਿਚਾਰ ਕਿ ਯਾਰ ਇੰਨੀ ਮਿਹਨਤ ਕੀਤੀ ਕਿ ਪੈਸਾ ਕਮਾਉਣਾ ਕੀ ਹੁੰਦੀ ਹੈ, ਹਰੇਕ ਬੰਦੇ ਦੇਖ ਕੇ ਇਹ ਹੁੰਦਾ, ਉਹਦੇ ਹਿਸਾਬ ਨਾਲ ਕਦੇ ਲੱਗਦਾ ਕਿ ਕਿਸੇ ਨਾ ਕਿਸੇ ਬਿਜ਼ਨਸ ਵਗੈਰਾ ਦੇ ਵਿੱਚ ਬੜਿਆ ਜਾਵੇ ਤਾਂ ਵਧੀਆ ਗੱਲ ਹੈ। ਹੁਣ ਕਿਵੇਂ ਹੁਣੇ ਮੈਂ ਰੀਸੈਂਟਲੀ ਇੱਕ ਬਿਜ਼ਨਸ 'ਤੇ ਕੰਮ ਕਰ ਰਿਹਾ, ਉਹਦੇ ਵਿੱਚ ਕਿਵੇਂ ਆਪਾਂ ਦੇਖਿਆ ਜਾਵੇ ਬਾਹਰ ਲਾ ਲਓ ਅਫਰੀਕਾ ਦੇ ਵਿੱਚ ਲਾ ਲਓ, ਕੰਟਰੀਆਂ ਦੇ ਵਿੱਚ ਟ੍ਰੀਟਮੈਂਟ ਅਵੇਲੇਬਲ ਹੀ ਨਹੀਂ ਹੈ, ਕੋਈ ਮੈਡੀਕਲ ਕਿਸੇ ਨੇ ਬੰਦੇ ਨੇ ਸਰਜਰੀ ਕਰਾਉਣੀ ਹੈ ਕੁਛ ਕਰਾਉਣਾ, ਅਵੇਲੇਬਲ ਹੀ ਨਹੀਂ ਹੈਗਾ ਟ੍ਰੀਟਮੈਂਟ, ਅਤੇ ਅਮਰੀਕਾ ਦੇ ਵਿੱਚ, ਯੂਰੋਪ ਦੇ ਵਿੱਚ ਲਾ ਲਓ ਟ੍ਰੀਟਮੈਂਟ ਅਵੇਲੇਬਲ ਹੈ, ਕਿਹਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਦੰਦਾਂ ਦੇ ਟ੍ਰੀਟਮੈਂਟ ਲਾ ਲਓ, ਕਿੰਨਾ ਮਹਿੰਗਾ ਟ੍ਰੀਟਮੈਂਟ ਹੈ ਕਿ ਉਹ ਇੰਡੀਆ ਆ ਕੇ ਟ੍ਰੀਟਮੈਂਟ ਕਰਾਉਂਦੇ ਨੇ, ਮੰਨ ਲਓ ਕਿਹਦੇ ਰਿਸ਼ਤੇਦਾਰ ਹੀ ਹੈ ਉਹ ਤਾਂ ਇੰਡੀਆ ਆ ਕੇ ਕਰਵਾ ਕੇ ਰਿਸ਼ਤੇਦਾਰ ਕੋਲ ਰਹਿ ਕੇ ਵਗ ਜਾਂਦਾ ਫਲਾਈਟ ਫਲੂਟ ਕਰਾ ਕੇ, ਕਿਹਦਾ ਇੰਡੀਆ 'ਚ ਕੁਛ ਨਹੀਂ ਹੈਗਾ, ਉਹ ਬੰਦਾ ਵਾਸਤੇ ਆਪਾਂ ਸੋਚਿਆ ਸੀ ਕਿਵੇਂ ਆਪਾਂ, ਮੰਨ ਲਓ ਉਹਨਾਂ ਨੂੰ ਪੈਕੇਜ ਦੇਤਾ, ਮੰਨ ਲਓ ਬਾਈਪਾਸ ਸਰਜਰੀ ਹੈ, 5 ਲੱਖ ਰੁਪਏ ਦਾ ਉਹਨਾਂ ਨੂੰ ਪੈਕੇਜ ਦੇਤਾ, ਬਈ ਅਸੀਂ ਤੁਹਾਡੀ ਫਲਾਈਟ ਟਿਕਟਾਂ ਕਰਾਵਾਂਗੇ, ਅਸੀਂ ਤੁਹਾਡੇ ਓਪਰੇਸ਼ਨ ਤੋਂ ਬਾਅਦ ਕਿੰਨੇ ਵੀ ਰਹਿਣ ਸਹਿਣ ਦਾ ਖਰਚਾ, ਨਾਲ ਤੁਹਾਡਾ ਕੋਈ ਰਿਸ਼ਤੇਦਾਰ ਅਟੈਂਡੈਂਟ ਆਉਂਦਾ ਉਹਦਾ ਹੀ ਖਰਚਾ, ਉਹਦਾ ਵੀ ਸਾਰਾ ਅਸੀਂ ਸਾਵਾਂਗੇ, ਅਤੇ ਕੋਈ ਵੀ ਸਿਸਟਮ ਹੈ ਅਸੀਂ ਸਾਰਾ ਏਅਰਪੋਰਟ ਤੋਂ ਲੈ ਕੇ ਏਅਰਪੋਰਟ ਤੱਕ ਅਸੀਂ ਸਾਰਾ ਅਰੇਂਜਮੈਂਟ ਕਰਾਂਗੇ, ਖਾਣ ਪੀਣ ਤੋਂ ਲੈ ਕੇ ਸਾਰਾ ਕੁਛ, ਕਿ ਆਹ ਪੈਕੇਜ ਸਾਡੇ
ਇਹ ਮੇਰੀ ਇਹ ਤੇ ਵਰਕ ਕਰ ਰਿਹਾ ਮੈਂ ਇਹਦੇ ਵਿੱਚ ਥੋੜੀਆਂ ਹਜੇ ਦਿੱਕਤਾਂ ਕਾਫੀ ਹੈ ਸਟਾਰਟਿੰਗ ਦੇ ਵਿੱਚ ਆ ਰਹੀਆਂ ਨੇ ਅਫਰੀਕਾ ਦੇ ਵਿੱਚ ਵਿਦਆਊਟ ਬਜਟ ਕਿਵੇਂ ਆਪਾਂ ਐਡਵਰਟਾਈਜਮੈਂਟ ਕਰੀਏ ਪੇਸ਼ੈਂਟ ਨੂੰ ਕਿਵੇਂ ਲੈ ਕੇ ਆਈਏ ਹੁਣ ਪੇਸ਼ੈਂਟ ਤੱਕ ਆਹ ਸਹੂਲਤ ਕਿਵੇਂ ਪਹੁੰਚਾਈਏ ਉਹਦੇ 'ਤੇ ਕੰਮ ਕਰ ਰਿਹਾ ਮਤਲਬ ਹਜੇ ਤੱਕ ਤਾਂ ਇਹ ਪਲੈਨਿੰਗ ਹੈ ਕਿ ਇਸ ਸਾਲ ਮੈਂ ਰਿਸਰਚ ਕਰ ਰਿਹਾ ਜੇ ਐਂ ਲੱਗਿਆ ਕਿ ਕੰਮ ਦੀ ਚੀਜ਼ ਆ ਕਿ ਵਧੀਆ ਲੱਗਿਆ ਫਿਰ ਤਾਂ ਇੱਧਰ ਹੀ ਵੱਧ ਜਾਣਾ ਨਹੀਂ ਤਾਂ ਬਈ ਕਿਵੇਂ ਟ੍ਰੈਡੀਸ਼ਨਲੀ ਸਿਸਟਮ ਚੱਲਦਾ ਐਮਡੀ ਕਰੋ ਅੱਗੇ ਫੈਲੋਸ਼ਿਪ ਇਹ ਕਰੋ ਉਹੀ ਸਿਸਟਮ ਦੇ ਵਿੱਚ ਵੜਦੇ ਰਹਿਣਾ ਤੇ ਨਾਲ ਬਈ ਇੱਕ ਹੋਰ ਸੀ ਮੇਰਾ ਸਿਸਟਮ ਇਹ ਲਾਈਨ 'ਚ ਵੜਨ ਦਾ ਕਾਰਨ ਮੈਨੂੰ ਹੈ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਜੇ ਮੰਨ ਲਓ ਐੱਮ ਡੀ ਦੀ ਲਾਈਫ ਆਈ ਜੀ ਹੁੰਦੀ ਆ ਉਹਨੂੰ ਰੈਜੀਡੈਂਸੀ ਕਹਿ ਦਿੰਦੇ ਨੇ ਬੰਦਾ ਸਵੇਰ ਤੋਂ ਰਾਤ ਤੱਕ ਟਾਈਮ ਹੀ ਨਹੀਂ ਮਿਲਦਾ ਡਾਕਟਰ ਦੀ ਲਾਈਫ ਵੀ ਉਹ ਵੀ ਲਾ ਲਓ ਸੰਡੇ ਤੋਂ ਇਲਾਵਾ ਕੋਈ ਛੁੱਟੀ ਦਾ ਦਿਨ ਹੁੰਦਾ ਹੀ ਨਹੀਂ ਕੋਈ ਵੀ ਡਾਕਟਰ ਲਾ ਲਓ ਹੈ ਨਾ ਕਿਵੇਂ ਪ੍ਰਾਈਵੇਟ ਕਲੀਨਿਕ ਖੋਲ੍ਹਿਆ ਮੇਰਾ ਹੈ ਕਿ ਇਹ ਹੈ ਕੋਈ ਕੰਮ ਤੋਰਾ ਮੈਂ ਚਾਹੇ ਮੈਂ ਇੱਥੇ ਬੈਠਾਂ ਚਾਹੇ ਮੈਂ ਪਹਾੜਾਂ ਦੇ ਵਿੱਚ ਹਿਮਾਚਲ 'ਚ ਬੈਠਾਂ ਚਾਹੇ ਅਮਰੀਕਾ ਬੈਠਾਂ ਚਾਹੇ ਕੋਈ ਯੂਰੋਪ ਦੇ ਜੰਗਲਾਂ ਦੇ ਵਿੱਚ ਬੈਠਾਂ ਮੇਰਾ ਕੰਮ ਚੱਲ ਰਿਹਾ ਤਾਂ ਕਰਕੇ ਮੇਰਾ ਕੁਛ ਕਾਰਨ ਸੀਗਾ ਕਿ ਕੋਈ ਨਾ ਕੋਈ ਔਨਲਾਈਨ ਕੰਮ ਤੋਰਿਆ ਜਾਵੇ ਇੱਕ ਇਹ ਕਾਰਨ ਵੀ ਆ ਮੇਰਾ ਜਿਹੜਾ ਮਤਲਬ ਕਿ ਡਾਕਟਰ ਬਣਨਾ ਇਹ ਤੁਹਾਡੇ ਇੰਟਰਸਟ 'ਤੇ ਡਿਪੈਂਡ ਕਰਦਾ ਕਿ ਇਹਦੇ ਜਿਹੜਾ ਤੁਸੀਂ ਪੇਪਰ ਦਿੰਦੇ ਹੋ ਉਹਦੀ ਮਾਰਕਿੰਗ ਦੀ ਵੀ ਕੋਈ ਵੈਲਿਊ ਹੁੰਦੀ ਹੈ ਬਈ ਅਸਲ ਕਰਦਾ ਤਾਂ ਡਿਪੈਂਡ ਚਲੋ ਇੰਟਰਸਟ ਦੀ ਹੈ ਕਿ ਬੰਦੇ ਨੇ ਇੰਟਰਸਟ ਮੰਨ ਲਓ ਬੰਦਾ ਸਰਜਰੀ ਸਰਜਨ ਬਣਦਾ ਕਿ ਉਹਨੇ ਬੰਦੇ ਨੇ ਸਰਜਰੀ ਚੱਕਣੀ ਹੈ ਚਾਹੇ ਉਹ ਬੰਦੇ ਦਾ ਰੈਂਕ ਪਹਿਲੇ 'ਤੇ ਆ ਗਿਆ ਪਰ ਜ਼ਿਆਦਾਤਰ ਅੱਜ ਕੱਲ੍ਹ ਜਿਹੜੀ ਮੋਸਟਲੀ ਮੇਰੇ ਨਾਲ ਦੇ ਮੁੰਡੇ ਹੈਗੇ ਨੇ ਉਹ ਕੀ ਕਰਦੇ ਨੇ ਕਿਵੇਂ ਮੰਨ ਲਓ ਡਰਮਾ ਬ੍ਰਾਂਚ ਆ ਗਈ ਜੀ ਰੇਡੀਓਲੋਜੀ ਬ੍ਰਾਂਚ ਆ ਗਈ ਇਹ ਬ੍ਰਾਂਚਾਂ ਦੇ ਵਿੱਚ ਕੰਮ ਘੱਟ ਹੈ ਪਰ ਪੈਸਾ ਬਹੁਤ ਜ਼ਿਆਦਾ ਹੈ ਕਿਉਂਕਿ ਡਾਕਟਰ ਘੱਟ ਹੋਣ ਦੇ ਕਾਰਨ ਕਿਹਦੇ ਮੰਨ ਲਓ ਨੀਟ ਪੀ ਜੀ ਦੇ ਵਿੱਚ ਸਕੋਰ ਵਧੀਆ ਹੁੰਦਾ ਉਹ ਕੋਸ਼ਿਸ਼ ਕਰਦਾ ਕਿ ਇੰਟਰਸਟ ਚਲੋ ਛੱਡ ਦਿਉ ਪੈਸਾ ਕਮਾਉਣਾ ਇੱਜ਼ਤ ਕਮਾਉਣੀ ਆਰਾਮ ਨਾਲ ਜੋਬ ਹੈ ਕੋਈ ਐਮਰਜੈਂਸੀ ਜੋਬ ਨਹੀਂ ਸਰਜਰੀ 'ਚ ਐਮਰਜੈਂਸੀ ਕਿੰਨੀ ਹੁੰਦੀ ਹੈ ਕਿ ਆਰਾਮ ਨਾਲ ਆਹ ਬ੍ਰਾਂਚਾਂ ਚੱਕਦੇ ਹਾਂ ਅੱਜ ਕੱਲ੍ਹ ਇਹ ਜ਼ਿਆਦਾ ਸਿਸਟਮ ਚੱਲ ਰਿਹਾ ਕਿਵੇਂ ਮੰਨ ਲਓ ਪਹਿਲ 'ਤੇ ਬੰਦਾ ਚੱਕ ਲੈਂਦਾ ਰੇਡੀਓ ਡਰਮਾ ਚੱਕ ਲੈਂਦਾ ਉਸ ਤੋਂ ਬਾਅਦ ਮੈਡੀਸਨ ਸਰਜਰੀ ਥੋੜ੍ਹੀ ਪਿੱਛੇ ਜਾਂਦੇ ਕਿਉਂਕਿ ਸਰਜਰੀ ਦੇ ਵਿੱਚ ਬਹੁਤ ਲੰਬੀ ਪੜ੍ਹਾਈ ਰੇਡੀਓ ਟਰਮਾ ਦੇ ਵਿੱਚ ਕੀ ਚੀਜ਼ ਆਉਂਦੀ ਹੈਗੀ ਡਰਮਾ ਦੇ ਵਿੱਚ ਤਾਂ ਗਈ ਸਕਿਨ ਦੇ ਕਿਹੜੇ ਸਾਰੀਆਂ ਬਿਮਾਰੀਆਂ ਚਮੜੇ ਦੀਆਂ ਅਤੇ ਰੇਡੀਓ ਦੇ ਵਿੱਚ ਆ ਗਈ ਚੀਜ਼ ਕਿਹੜੇ ਐੱਮ ਆਰ ਆਈ ਸੀ ਟੀ ਸਕੈਨ ਇਹ ਸਾਰੀ ਦੀ ਆਪਾਂ ਮਸ਼ੀਨਾਂ ਤਾਂ ਕਰਦੀਆਂ ਨੇ ਮਸ਼ੀਨਾਂ ਤੋਂ ਬਾਅਦ ਡਾਕਟਰ ਨੇ ਇੰਟਰਪ੍ਰੇਟ ਕਰਨ 'ਚ ਦਿੱਕਤ ਕੀ ਸੀਗੀ ਪੇਸ਼ੈਂਟ ਨੂੰ ਦਿੱਕਤ ਕੀ ਹੈ ਹੁਣ ਮੰਨ ਲਓ ਲਾ ਲਈਏ ਜੀ ਆਪਾਂ ਕਹਿ ਦਿੰਦੇ ਹੋਸਪਿਟਲ ਬੰਦਾ ਖੋਲ੍ਹ ਲਓ ਪਰ ਹੋਸਪਿਟਲ ਖੋਲ੍ਹਣ ਦਾ ਖਰਚਾ ਬਹੁਤ ਜ਼ਿਆਦਾ ਹੈ ਇੱਕ ਕਿਹੜੀ ਐੱਮ ਆਰ ਆਈ ਦੀ ਮਸ਼ੀਨ ਹੁੰਦੀ ਹੈ ਜੀ ਗੈਸ ਕਰੋ ਕਿੰਨੇ ਕੁ ਦੀ ਮੈਕਸੀਮਮ ਕਿੰਨੇ ਕੁ ਦੀ ਹੋ ਸਕਦੀ ਹੈ ਮੰਨ ਲਓ 20-30 ਲੱਖ ਦੀ ਜਾਂ 50 ਲੱਖ ਦੀ ਨਹੀਂ ਜੀ 7-7 ਕਰੋੜ ਦੀ ਇੱਕ ਇੱਕ ਮਸ਼ੀਨ ਇੰਨੀ ਨਹੀਂ ਮਹਿੰਗੀ ਮਸ਼ੀਨ ਹੈ ਇੰਨੀ ਇਨਵੈਸਟਮੈਂਟ ਇੱਕ ਮਸ਼ੀਨ ਦੀ ਉਹ ਇੰਨੀ ਮਸ਼ੀਨ ਨੂੰ ਓਪਰੇਟ ਕਰਨ ਵਾਲਾ ਫਿਰ ਉਹ ਵੀ ਪੇ ਜ਼ਿਆਦਾ ਲੈਂਦਾ ਜੀ ਤਾਂ ਕਰਕੇ ਉਹ ਫਿਰ ਡਿਮਾਂਡ ਇਹਦੀ ਜ਼ਿਆਦਾ ਹੈ ਅੱਜ ਕੱਲ੍ਹ ਆਪਾਂ ਜੇ ਏ ਆਈ ਦੀ ਗੱਲ ਕੀਤੀ ਜਾਵੇ ਏ ਆਈ ਦਾ ਕਿੰਨਾ ਟ੍ਰੈਂਡ ਚੱਲ ਰਿਹਾ ਹੁਣ ਕੁਛ ਬੰਦੇ ਰੇਡੀਓਲੋਜੀ ਆ ਕਿਹੜੀ ਆਹ ਬ੍ਰਾਂਚ ਨੂੰ ਪਿੱਛੇ ਹਟਣ ਲੱਗੇ ਕਿਉਂਕਿ ਸੁਣਨ 'ਚ ਆ ਰਿਹਾ ਕਿ ਚਲੋ ਕਿਹੜੇ ਗੱਲ ਕਰਦੇ ਨੇ ਕਿ ਏ ਆਈ ਹੈ ਆਹ ਰੇਡੀਓਲੋਜੀ ਦੇ ਡਾਕਟਰ ਦੀ ਜੋਬ ਰਿਪਲੇਸ ਕਰ ਦੂ ਮਸ਼ੀਨਾਂ ਦੇ ਵਿੱਚ ਹੀ ਆਈ ਜੀ ਟੈਕਨੋਲੋਜੀ ਆ ਜੂ ਏ ਆਈ ਦੇ ਨਾਲ ਕਿ ਮਸ਼ੀਨ ਹੀ ਡਾਇਗਨੋਸਿਸ ਕਰੂਗੀ ਇਹ ਬੰਦੇ ਨੂੰ ਆਹ ਬਿਮਾਰੀ ਸੀ ਉਹਦੀ ਦੱਸ ਦੂ ਸਾਰਾ ਕੁਛ ਤਾਂ ਮਤਲਬ ਕਿ ਜਿਹੜੇ ਏ ਆਈ ਹੈ ਜਾਂ ਕਈ ਡਾਕਟਰ ਇਨ ਫਿਊਚਰ ਨੂੰ ਧਿਆਨ 'ਚ ਰੱਖ ਕੇ ਵੀ ਆਪਣੀ ਜੋਬ ਸੇਫ ਹੈ ਵੀ ਜਿਹਦੇ 'ਚ ਮਕੈਨੀਕਲ ਵਰਕ ਜ਼ਿਆਦਾ ਹੈ ਵੀ ਐਜ਼ ਏ ਕਈ ਰਿਪੋਰਟ ਪੜ੍ਹਨ ਦੀ ਬਜਾਏ ਤਾਂ ਉਸ ਚੀਜ਼ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਵੀ ਤਾਂ ਜੋ ਆਪਣੀ ਜਿਹੜੀ ਜੋਬ ਹੈ ਉਹਨੂੰ ਰਿਪਲੇਸ ਕਰਨਾ ਏ ਆਈ ਵਾਸਤੇ ਵੀ ਔਖਾ ਹੋਵੇ ਹਾਂਜੀ ਬਾਕੀ ਐਵੇਂ ਆ ਕੁਛ ਟੈਕਨੋਲੋਜੀ ਕਿਵੇਂ ਵਧੀ ਜਾਂਦੀ ਹੈ ਹੁਣ ਕਿਵੇਂ ਸਰਜਰੀਆਂ ਨੇ ਆਪਾਂ ਦੇਖਿਆ ਹੁਣ ਲੈਪਰੋਸਕੋਪਿਕ ਸਰਜਰੀ ਜਾਂ ਮਸ਼ੀਨ ਰਿਬੋਟਰੀ ਸਰਜਰੀ ਆਪਾਂ ਸੁਣਿਆ ਹੋਣਾ ਹੁਣ ਟੈਕਨੋਲੋਜੀ ਇੰਨੀ ਵਧੀ ਜਾਂਦੀ ਹੈ ਡਾਕਟਰਾਂ ਨੂੰ ਵੀ ਮੇਰੇ ਹਿਸਾਬ ਨਾਲ ਕਿਹੜੇ ਵੱਡੇ ਨੇ ਚਲੋ ਆਪਾਂ ਤਾਂ ਬਹੁਤ ਜੂਨੀਅਰ ਹਾਂ ਉਹ ਵੱਢ ਰਹੇ ਨੇ ਜੀ ਏ ਆਈ ਦੇ ਵਿੱਚ ਉਹ ਸਿੱਖੀ ਏ ਆਈ ਰਹੇ ਨੇ ਸਿਸਟਮ ਅਸੀਂ ਏ ਆਈ ਦੇ ਇਹਦੇ ਕੰਪਿਊਟਰਾਈਜ਼ ਸਿਸਟਮ ਦੇ ਵਿੱਚ ਅਸੀਂ ਵੜ ਕੇ ਫਿਰ ਅੱਗੇ ਕਿਵੇਂ ਫਿਊਚਰ ਹੀ ਇਹਦਾ ਕਿ ਅਸੀਂ ਰਿਬੋਟ ਨੂੰ ਚਲਾਉਣਾ ਸਿੱਖਗੇ ਇੱਕ ਵਾਰ ਉਹਦੇ ਨਾਲ ਅਸੀਂ ਸਰਜਰੀਆਂ ਕਰੀ ਜਾਵਾਂਗੇ ਅੱਜ ਕੱਲ੍ਹ ਉਹ ਵੀ ਵੱਢ ਰਹੇ ਨੇ ਕਿ ਐਂ ਹੁੰਦਾ ਹਰੇਕ ਬਿਜ਼ਨਸ ਲਾ ਲਓ ਕਿ ਕੁਛ ਵੀ ਲਾ ਲਓ ਚਾਹੇ ਤੁਹਾਡਾ ਹੀ ਕੰਮ ਲਾ ਲਓ ਕੋਈ ਵੀ ਕਿ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪਊਗਾ ਜੇ ਮਾਰਕੀਟ ਦੇ ਵਿੱਚ ਰਹਿਣਾ ਆਪਾਂ ਚਲੋ ਜਿਹੜੇ ਨਵੇਂ ਬੱਚੇ ਹੈ ਜਿਹੜੇ ਸੋਚਦੇ ਵੀ ਅਸੀਂ ਡਾਕਟਰ ਹਰ ਬੱਚੇ ਦਾ ਇੱਕ ਸੁਪਨਾ ਹੁੰਦਾ ਮੈਂ ਡਾਕਟਰ ਬਣਾਂ ਕਿੰਨਾ ਕੁ ਫਾਈਨੈਂਸ਼ੀਅਲੀ ਕਿੰਨਾ ਕੁ ਸਟਰੋਂਗ ਹੋਣਾ ਚਾਹੀਦਾ ਬੱਚਾ ਕਿੰਨਾ ਕੁ ਖਰਚਾ ਆ ਜਾਂਦਾ ਇਹ ਚੀਜ਼ ਦੀ ਵੀ ਆਪਾਂ ਗੱਲ ਕੀਤੀ ਜਾਵੇ ਆਪਾਂ ਲਾ ਲਓ ਜੀ ਪੰਜਾਬ ਦੇ ਵਿੱਚ ਜੇ ਆਪਾਂ ਨੂੰ ਪੰਜਾਬ ਦੇ ਵਿੱਚ ਸੀਟ ਲੈਣੀ ਹੈ ਅੱਜ ਦੀ ਡੇਟ ਦੇ ਵਿੱਚ ਗੌਰਮੈਂਟ ਜਮਾਂ ਗੌਰਮੈਂਟ ਸੀਟ ਕਹਿਣਾ ਜੀ ਜ਼ਿਆਦਾ ਦੂਰ ਨਹੀਂ ਮੰਨ ਲਓ ਗਰੀਬ ਬੰਦੇ ਨੇ ਪੜ੍ਹ ਪੁੜ ਕੇ ਸਾਰਾ ਕੁਛ ਕੱਢ ਵੀ ਲਿਆ ਨੀਟ ਦੱਸ 1,80,000 ਰੁਪਇਆ ਫੀਸ ਹੈ ਜੀ ਇੱਕ ਸਾਲ ਦੀ ਜਮਾਂ ਸਰਕਾਰੀ ਦੀ ਕਿੰਨੇ 4 ਸਾਲ ਦਾ ਹੁੰਦਾ ਇਹ 4 ਸਾਲ ਦਾ ਹੁੰਦਾ ਹਰੇਕ ਸਾਲ 10% ਫੀਸ ਵੱਧਦੀ ਉਹ ਫੀਸ ਹੈ ਪਰ ਨਾਲ ਜਿਵੇਂ ਰਹਿਣ ਦਾ ਖਰਚਾ ਖਾਣ ਦਾ ਉਹ ਸਾਰਾ ਅਲੱਗ ਹੈ 50,000 ਵਾਂਗੂ ਰਹਿਣ ਦਾ ਖਰਚਾ ਹੁੰਦਾ ਬਾਕੀ ਏਸੀ ਦਾ ਖਰਚਾ ਮੈਸ ਦਾ ਖਰਚਾ ਐਮ ਬੀ ਬੀ ਐਸ ਦੀਆਂ ਕਿਤਾਬਾਂ ਵੀ ਬਹੁਤ ਜ਼ਿਆਦਾ ਮਹਿੰਗੀਆਂ ਨੇ ਮਤਲਬ ਗਰੀਬ ਤੋਂ ਗਰੀਬ ਬੰਦਾ ਵੀ 20 ਲੱਖ ਰੁਪਇਆ ਆਪਾਂ ਮੰਨੀਏ ਖਰਚਾ 20 ਲੱਖ ਆਰਾਮ ਨਾਲ
ਜੇ ਮੈਂ ਟਰਸ਼ਰੀ ਹੋਸਪਿਟਲ 'ਚ ਆਈ ਉੱਥੇ ਆਪਣੇ ਤਿੰਨ ਵੱਡੇ ਟਰਸ਼ਰੀ ਹੋਸਪਿਟਲ ਨੇ, ਇੱਕ ਤਾਂ ਆਪਣਾ ਰਜਿੰਦਰਾ ਪਟਿਆਲਾ ਆ ਗਿਆ, ਫਰੀਦਕੋਟ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਅਤੇ ਗੁਰੂ ਨਾਨਕ ਹਸਪਤਾਲ ਆ ਗਿਆ ਜੀ ਆਪਣਾ ਅੰਮ੍ਰਿਤਸਰ। ਇੱਥੇ ਮੰਨ ਲਓ ਐਮਰਜੈਂਸੀ ਕਦੇ ਬੰਦਾ ਪੇਸ਼ੈਂਟ ਆ ਵੀ ਗਿਆ, ਉੱਥੇ ਤੁਸੀਂ ਲਾਓ ਬੰਦੇ ਦਾ 1,000 ਰੁਪਇਆ ਵਿਦਿਨ ਇੱਕ ਘੰਟੇ ਦੇ ਵਿੱਚ ਨਿਕਲ ਜਾਂਦਾ। ਪਹਿਲਾਂ ਤਾਂ ਲਾ ਲਓ ਐਡਮਿਟ ਕਰ ਲਿਆ ਐਮਰਜੈਂਸੀ ਬੰਦਾ ਪੇਸ਼ੈਂਟ, 400 ਰੁਪਇਆ ਫਾਈਲ ਦਾ ਖਰਚਾ, 400 ਰੁਪਇਆ ਫਾਈਲ ਦੇ ਖਰਚੇ ਤੋਂ ਬਾਅਦ ਫਿਰ ਉਸ ਤੋਂ ਬਾਅਦ ਟੈਸਟ ਨੇ 220 ਰੁਪਏ ਦੇ ਲਗਭਗ, ਸੀ ਬੀ ਸੀ ਆਹ ਵਾਇਰਲ ਮਾਰਕਰ ਵਗੈਰਾ 220 ਰੁਪਏ ਦੇ ਟੈਸਟ ਨੇ, ਅਤੇ ਹੋਰ ਦਵਾਈਆਂ ਦਵਾਈਆਂ ਨਾਲ ਦੀਆਂ ਲਿਆਉਣੀਆਂ ਪੈਂਦੀਆਂ ਨੇ, 1,000 ਰੁਪਏ ਇੱਕ ਘੰਟੇ ਦੇ ਐਨ ਲੱਗ ਜਾਂਦਾ। ਸਰਕਾਰੀ ਹਸਪਤਾਲ 3 ਨੇ, ਉਹਨਾਂ ਦਾ ਇਹ ਹਾਲ ਲਾ ਲਓ, ਇੰਨੀਆਂ ਮਹਿੰਗੀਆਂ। ਹੋਰ ਦਵਾਈਆਂ, ਆਯੁਸ਼ਮਾਨ ਕਾਰਡ ਹੈ ਕਹਿੰਦੇ, ਆਯੁਸ਼ਮਾਨ ਕਾਰਡ ਨਾਲ ਲੈ ਲਓ, ਆਯੁਸ਼ਮਾਨ ਕਾਰਡ ਪਹਿਲੇ ਦਿਨ ਹੀ ਚੱਲਦਾ, ਅਗਲੇ ਦਿਨ ਚੱਲਦਾ। ਚਲੋ ਆਪਾਂ ਜਿਵੇਂ ਡਾਕਟਰੀ ਦੀਆਂ MBBS ਦੀਆਂ ਤੁਹਾਡੀ ਸਟੱਡੀ ਨਾਲ ਰਿਲੇਟਡ ਬਹੁਤ ਸਾਰੀਆਂ ਗੱਲਾਂ ਕੀਤੀਆਂ, ਹੁਣ ਆਪਾਂ ਗੱਲ ਕਰਦੇ ਹਾਂ ਵੀ ਘੁੰਮਣ ਫਿਰਨ ਨੂੰ ਲੈ ਕੇ। ਤੁਸੀਂ ਜਿਵੇਂ ਕਿੰਨੀਆਂ ਕੰਟਰੀਆਂ ਘੁੰਮ ਚੁੱਕੇ ਹੋਗੇ? ਬਈ ਮੇਰੀ ਹੋ ਗਈ ਜੀ ਦੁਬਈ ਹੋ ਗਈ, ਥਾਈਲੈਂਡ ਹੋ ਗਈ, ਅਤੇ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਰਾਹੀਂ ਗਿਆ ਸੀ ਮੈਂ। ਅਤੇ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਜਾ ਚੁੱਕੇ ਹੋ ਤੁਸੀਂ? ਇੰਡੀਆ ਦੇ ਵਿੱਚ ਬਈ ਮੇਰੀਆਂ ਰਹਿ ਗਈਆਂ 13 ਸਟੇਟਾਂ, ਲਗਭਗ ਸਾਰੀਆਂ ਸਟੇਟਾਂ ਬਾਕੀ ਕਵਰਡ ਹੋ ਗਈਆਂ, ਹੁਣ ਮੈਨੂੰ ਕਾਊਂਟਿੰਗ ਮੈਂ ਭੁੱਲੀ ਬੈਠਾ। ਠੀਕ ਹੈ, ਤੁਹਾਨੂੰ ਯਾਦ ਹੋਣਾ, ਮੰਨ ਲਓ 16-17 ਸਟੇਟਾਂ ਤੁਸੀਂ ਜਾ। ਮੈਂ ਨੋਟ ਕੀਤਾ ਹੋਇਆ ਸੀ ਕਿੰਨੀਆਂ ਰਹਿ ਗਈਆਂ, ਓਕੇ ਟੋਟਲ ਮੈਨੂੰ ਹੁਣ ਯਾਦ ਨਹੀਂ ਹੈਗਾ, 34 ਨੇ ਸ਼ਾਇਦ। ਠੀਕ ਹੈ, 28 ਯੂਨੀਅਨ ਟੈਰੀਟਰੀ ਮਿਕਸ ਕਰਕੇ 34 ਨੇ ਸ਼ਾਇਦ, ਤੇ ਮੇਰੇ 13 ਰਹਿੰਦੀਆਂ ਯੂਨੀਅਨ ਟੈਰੀਟਰੀ ਪਲੱਸ ਸਟੇਟਾਂ ਮਿਲਾ ਕੇ। ਘੁੰਮਣ ਫਿਰਨ ਦਾ ਜਿਹੜਾ ਸ਼ੌਂਕ ਹੈ ਉਹ ਤੁਹਾਨੂੰ ਕਦੋਂ ਤੋਂ ਲੱਗਿਆ ਵੀ ਮੈਂ ਘੁੰਮਣਾ ਫਿਰਨਾ? ਇਹ ਵੀ ਬਈ ਆਪਾਂ ਗੱਲ ਕੀਤੀ ਹੈ ਸਕੇਟਿੰਗ ਦੀ, ਇਹਦਾ ਵੀ ਸਪੋਰਟਸ ਨੇ ਬਣਾਇਆ। ਪਹਿਲਾਂ ਤਾਂ ਬਈ 2014 ਦੇ ਵਿੱਚ ਪਹਿਲੀ ਵਾਰ ਮੈਂ ਕਦੋਂ ਘਰੋਂ ਬਾਹਰ ਗਿਆ ਸੀ ਬਿਨਾਂ ਘਰਦਿਆਂ ਤੋਂ, ਉਹਦਾ ਗੇਮਾਂ ਗੁੰਮਾਂ ਇੱਧਰ ਹੁੰਦੀਆਂ ਨੇ, ਬੰਬੇ ਗੇਮ ਸੀ, ਇੱਥੇ ਗੇਮ ਸੀਗੀ, ਟੀਮ ਨਾਲ ਜਾਂਦੇ ਸੀਗੇ ਖੇਡ ਕੇ, 4 ਦਿਨ ਜੇ ਮੰਨ ਲਓ 5 ਦਿਨ ਦਾ ਕੰਪਟੀਸ਼ਨ, 5 ਦਿਨ ਲਈ ਗਏ, 4 ਦਿਨ ਦਾ ਕੰਪਟੀਸ਼ਨ, 1 ਦਿਨ ਕਿਤੇ ਮੈਚ ਮੂਚ ਨਾ, ਉਹ ਦਿਨ ਘੁੰਮ ਫਿਰ ਆਏ। ਇਹੀ ਸੀ, ਘੁੰਮਦੇ ਫਿਰਦੇ ਗਏ, ਐਂ ਗੇਮਾਂ ਗੁੰਮਾਂ ਕਾਰਨ ਘੁੰਮਿਆ, ਊਂ ਤਾਂ ਕਦੇ ਘੁੰਮਿਆ ਨਹੀਂ ਪਹਿਲਾਂ। ਫਿਰ ਮੈਂ ਕਾਲਜ ਦੇ ਵਿੱਚ ਐਂਟਰ ਹੋਇਆ, ਉੱਥੇ ਆਪਾਂ ਲਾ ਲਈਏ ਆਪਣੇ ਵਿਚਾਰ 'ਚ ਇਹ ਹੁੰਦਾ ਕਿ ਡਾਕਟਰ ਨੇ ਕਿਹੜੇ ਬੰਦੇ, ਉਹ ਸਿਰਫ ਪੜ੍ਹਾਈ ਨੂੰ ਹੋਣੇ, MBBS ਕਰਦੇ ਨੇ ਕਿਹੜੇ ਬੰਦੇ, ਪਰ ਇਹ ਚੀਜ਼ ਨਹੀਂ ਹੈਗੀ। ਉਹ ਕੋਈ ਬੰਦਾ ਕਿਹੜੇ ਚੀਜ਼ 'ਚ ਟੈਲੈਂਟਡ ਹੁੰਦਾ, ਕੋਈ ਕਿਹੜੇ ਚੀਜ਼ 'ਚ ਹੁੰਦਾ। ਉੱਥੇ ਮੈਨੂੰ ਸਾਥ ਹੋਇਆ ਦੋਸਤਾਂ ਦਾ, ਕਿਹੜੇ ਕਿਹਨਾਂ ਨੂੰ ਘੁੰਮਣ ਦਾ ਸ਼ੌਂਕ ਸੀਗਾ, ਉਹਨਾਂ ਮੈਨੂੰ ਵੀ ਘੁੰਮਣ ਦਾ ਸ਼ੌਂਕ, ਮੈਨੂੰ ਵੀ ਘੁੰਮਣ ਦਾ ਸ਼ੌਂਕ। ਫਿਰ ਬਸ ਐਂ ਹੌਲੀ ਹੌਲੀ ਘੁੰਮਦੇ 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 ਵੱਧਦੇ ਗਏ। ਸਭ ਤੋਂ ਪਹਿਲਾਂ ਇੱਕ ਸਟਾਰਟਿੰਗ ਦਾ ਟਰੈਕ ਸਟਾਰਟ ਕੀਤਾ ਸੀ, ਤਰੁਣ ਟਰੈਕ। ਬਈ ਅਗਰ ਤੁਸੀਂ ਵੀ ਘੁੰਮਣ ਦਾ ਐਂ ਟਰੈਕਿੰਗ ਆਪਾਂ ਦੇਖਿਆ ਹੋਣਾ, ਟਰੈਕ ਲਗਾ ਕੇ ਆਈਏ, ਮੈਂ ਬੈਸਟ ਦੱਸਦਾ ਸਟਾਰਟਿੰਗ ਕਰਨੀ ਆ ਤਰੁਣ ਤੋਂ ਸਟਾਰਟਿੰਗ ਕਰੋ। ਨਾਲੇ ਛੋਟਾ ਟਰੈਕ ਹੈ, ਸਿਰਫ 2 ਦਿਨ ਦਾ ਟਰੈਕ, 1 ਦਿਨ ਜਾਓ ਉੱਥੇ ਕੈਂਪਿੰਗ ਸਟੇ ਕਰੋ, ਅਗਲੇ ਦਿਨ ਵਾਪਸ ਆ ਜਾਓ। ਨਾਲੇ ਨੇੜੇ, ਜ਼ਿਆਦਾ ਦੂਰ ਨਹੀਂ ਹੈਗਾ, ਧਰਮਸ਼ਾਲਾ ਦੇ ਮੈਕਲੋਡਗੰਜ ਦੇ ਵਿੱਚ ਪੈਂਦਾ ਧਰਮਸ਼ਾਲਾ ਦੇ ਵਿੱਚ, ਉੱਥੋਂ ਸਟਾਰਟਿੰਗ ਤੋਂ ਮੈਂ ਵੀ ਉੱਥੋਂ ਸਟਾਰਟਿੰਗ ਕੀਤੀ ਸੀ, ਉੱਥੇ ਗਿਆ, ਉੱਥੇ ਹੋਰ ਬੰਦੇ ਬਹੁਤ ਮਿਲੇ, ਉਹਨਾਂ ਬਾਰੇ ਗੱਲਾਂ ਜਾਣੀਆਂ, ਉਹਨਾਂ ਬਾਰੇ ਪੁੱਛਿਆ ਕਿ ਮੈਂ ਆਹ ਘੁੰਮਦਾ ਆਹ ਘੁੰਮਦਾ, ਕਿ ਦੇਖ ਕੇ ਲੱਗਿਆ ਆਪਾਂ ਤਾਂ ਕੁਛ ਨਹੀਂ ਕਰ ਰਹੇ, ਉਹ ਹੋਰ ਸ਼ੌਂਕ ਪਿਆ ਉਹਨਾਂ ਦੀ ਗੱਲਾਂ ਸੁਣ ਕੇ, ਇਹ ਚੀਜ਼ ਹੋਇਆ। ਅਤੇ ਟਰੈਕਿੰਗ ਦੇ ਵਿੱਚ ਵੀ ਆਹੀ ਚੀਜ਼ ਸਭ ਤੋਂ ਬੈਸਟ ਹੁੰਦੀ ਹੈ ਕਿ ਬੰਦਾ ਕਦੋਂ ਕੈਂਪ ਕਰਦਾ, ਉੱਥੇ ਨੈਟਵਰਕ ਨੁਟਵਰਕ ਦਾ ਕੁਛ ਹੁੰਦਾ ਨਹੀਂ ਹੈਗਾ, ਉੱਥੇ ਬੰਦਾ ਅੱਜ ਤੋਂ ਐਂ ਲਾ ਲਓ 15-20 ਸਾਲ ਪਹਿਲਾਂ ਪਹੁੰਚ ਜਾਂਦਾ ਕਿ ਨੈਟਵਰਕ ਨਹੀਂ, ਕਦੋਂ ਫੋਨ ਆ ਗਿਆ, ਨੈੱਟ ਆ ਗਿਆ, ਬੰਦਾ ਚਾਰ ਬੰਦੇ ਬੈਠੇ ਆਪਾਂ ਨੈੱਟ ਫੋਨ 'ਤੇ ਲੱਗੇ ਰਹਿੰਦੇ ਹਾਂ, ਬਟ ਕਦੋਂ ਫੋਨ ਨਹੀਂ, ਨੈੱਟ ਨਹੀਂ ਹੈਗਾ, ਫਿਰ ਬੰਦਾ ਟ੍ਰੈਡੀਸ਼ਨਲ ਤਰੀਕੇ ਨਾਲ ਕੋਈ ਗਾਣ ਵਜਾਣ ਕਰਦਾ ਹੈ, ਗੱਲਾਂ ਬਾਤਾਂ ਮਾਰਦਾ, ਐਵੇਂ ਕਰਦਾ, ਐਂ ਚੀਜ਼ ਉੱਥੇ ਹੋ ਜਾਂਦੀ ਹੈ ਕਿ ਕਦੋਂ ਬੰਦਾ ਕੈਂਪਿੰਗ ਕਰਦਾ। ਉੱਥੇ ਬੈਠੇ ਬਈ ਉਹਨਾਂ ਬਾਰੇ ਗੱਲਾਂ ਸੁਣੀਆਂ ਕਿ ਅਸੀਂ ਇਹ ਟਰੈਕ ਲਾਇਆ, ਇੱਥੇ ਕੀਤਾ, ਉਹਨਾਂ ਨੇ ਆਪਦੇ ਸਟੋਰੀਆਂ ਸੁਣਾਉਂਦੇ, ਚਲੋ ਆਪਾਂ ਅੱਗੇ ਸਟੋਰੀਆਂ ਸ਼ੇਅਰ ਕਰਾਂ ਕਿ ਕੁਛ ਬਹੁਤ ਸਿੱਖਣ ਨੂੰ ਮਿਲਿਆ। ਉਹ ਸਟੋਰੀਆਂ ਸੁਣਿਆ ਕਿ ਆਪਾਂ ਤਾਂ ਯਾਰ ਕੁਛ ਵੀ ਨਹੀਂ ਕਰ ਰਹੇ, ਆਪਾਂ ਪਿੰਡ 'ਚ ਬਹਿ ਕੇ ਕੀ ਹੀ ਕਰ ਰਹੇ ਹਾਂ, ਉਹ ਤਾਂ ਦੁਨੀਆ ਇੱਥੇ ਤੱਕ ਪਹੁੰਚੀ ਪਈ ਹੈ। ਉਹ ਦੇਖ ਕੇ ਫਿਰ ਕਾਫੀ ਐਮ ਮੋਟੀਵੇਟਡ ਫੀਲ ਕਰਦਾ, ਯਾਰ ਆਪਾਂ ਵੀ ਕੁਛ ਨਾ ਕੁਛ ਕਰੀਏ। ਨਹੀਂ, ਜਿਵੇਂ ਘੁੰਮਣ ਫਿਰਨ ਦੀਆਂ ਜਿਹੜੀਆਂ ਕੈਟੇਗਰੀਜ਼ ਦੀ ਜੇਕਰ ਆਪਾਂ ਗੱਲ ਕਰੀਏ ਵੀ ਕਿੰਨੀਆਂ ਕੁ ਕੈਟੇਗਰੀਜ਼ 'ਚ ਇਹਨੂੰ ਆਪਾਂ ਡਿਵਾਈਡ ਕਰ ਸਕਦੇ, ਜਿਵੇਂ ਬਾਈਕ ਰਾਈਡਰ ਹੋ ਗਏ, ਟਰੈਕਰ ਹੋ ਗਏ, ਮਾਊਂਟੇਨਸ ਵਾਲੇ, ਕਿੰਨੀਆਂ ਕੁ ਕੈਟੇਗਰੀਜ਼ ਬਣਦੀਆਂ ਜਿਹੜੇ ਘੁੰਮਣ ਫਿਰਨ ਵਾਲੀਆਂ? ਸਟਾਰਟਿੰਗ ਦੇ ਵਿੱਚ ਬਈ ਇੱਕ ਤਾਂ ਆਪਾਂ ਗੱਲ ਕਰ ਲਈਏ, ਇੱਕ ਤਾਂ ਆਪਾਂ ਦੋਸਤਾਂ ਦੇ ਵਿੱਚ ਗਰੁੱਪ ਦੇ ਵਿੱਚ ਵਗ ਜਾਂਦੇ ਹਾਂ, 4 ਦੋਸਤ ਇਕੱਠੇ ਹੋਏ, ਗੱਡੀ ਖਿੱਚੀ, ਕਿਤੇ ਵੀ ਆਪਾਂ ਜਾਏ। ਇੱਕ ਚੀਜ਼ ਕਰਦਾ ਆਪਾਂ ਸੋਲੋ ਬੈਗ ਪੈਕਿੰਗ, ਉਹਦੇ ਵਿੱਚ ਕੀ ਹੁੰਦਾ, ਬੰਦਾ 4 ਕੱਪੜੇ ਚੱਕ ਲਏ, ਕਿਹੜੇ ਕਿ ਜ਼ਿਆਦਾਤਰ ਗੋਰੇ ਕਰਦੇ ਨੇ, ਆਪਾਂ ਦੇਖਿਆ ਉਹਨਾਂ ਹਰਿਮੰਦਰ ਸਾਹਿਬ ਗੋਰੇ ਹੁੰਦੇ ਨੇ, 4 ਬੈਗ ਦੇ ਵਿੱਚ 4 ਕੱਪੜੇ ਚੱਕਦੇ ਨੇ, ਨਹੀਂ ਪਤਾ ਮਹੀਨਾ ਉਹੀ ਕੱਪੜੇ ਚਲਾਈ ਜਾਣ, ਉਹ ਕਰਦੇ ਨੇ ਬਜਟ ਦੇ ਵਿੱਚ ਪੂਰੀ ਟਰੈਵਲਿੰਗ, ਉਹਨੂੰ ਕਹਿੰਦੇ ਸੋਲੋ ਬੈਗ ਪੈਕਿੰਗ। ਤੇ ਇੱਕ ਚੀਜ਼ ਹੋਰ ਆ ਜਾਂਦੀ ਹੈ, ਇਹ ਮੇਨ ਕੈਟੇਗਰੀਆਂ ਤਾਂ ਆਹ ਆ ਗਈਆਂ 2 ਵੱਡੀਆਂ, ਇਹਦੇ ਵਿੱਚ ਆਪਾਂ ਸਬ ਡਿਵਾਈਡ ਕਰ ਦਈਏ, ਕਿਹਦੇ ਵਿੱਚ ਆਪਾਂ ਕਹਿ ਦਈਏ ਟਰੈਕਿੰਗ ਲਾਉਣੀ ਕਹਿ ਦਈਏ, ਆਪਾਂ ਬਾਈਕ 'ਤੇ ਜਾਣਾ ਕਹਿ ਦਈਏ, ਬਾਈਕ ਰਾਈਡਿੰਗ ਵਗੈਰਾ ਕਹਿ ਦਈਏ, ਆਪਾਂ ਗੱਡੀ 'ਤੇ ਜਾਣਾ ਕਹਿ ਦਈਏ, ਕਿਹਨੂੰ ਆਫ ਰੋਡਿੰਗ ਵਗੈਰਾ ਵੀ ਕਹਿ ਦਿੰਦੇ ਆਪਾਂ, ਥਾਰ ਥੂਰ 'ਤੇ ਲੰਘ ਜਾਂਦੇ ਨੇ, ਕਿਹੜਾ ਕਿ ਹੁਣ ਕਾਫੀ ਟਰੈਂਡ ਹੋਇਆ ਪਿਆ। ਅਤੇ ਉਸ ਤੋਂ ਬਾਅਦ ਆਪਾਂ ਐਡਵੈਂਚਰ ਕਹਿ ਦਈਏ, ਐਡਵੈਂਚਰ ਦੇ ਵਿੱਚ ਕਿਵੇਂ ਸਕਾਈ ਡਾਈਵਿੰਗ ਚੀਜ਼ਾਂ ਆ ਜਾਂਦੀਆਂ ਨੇ, ਸਕੂਬਾ ਡਾਈਵਿੰਗ ਆ ਜਾਂਦੀ ਹੈ, ਪਾਣੀ ਦੇ ਸਮੁੰਦਰ ਦੇ ਵਿੱਚ ਅੰਦਰ ਬੰਦਾ ਚੱਲ ਜਾਂਦਾ ਮਾਸਕ ਮੁਸਕ ਲਾ ਕੇ,
ਮੰਨ ਲਓ ਬੈਗ ਪੈਕ ਕਰਕੇ ਜਿਵੇਂ ਲਿਫਟ ਲੈ ਕੇ ਜਾਂਦੇ ਹੁੰਦੇ ਇੱਕ ਥਾਂ ਤੋਂ ਦੂਜੀ ਥਾਂ ਜਿਵੇਂ ਟਰੱਕ ਹਾਈਕਿੰਗ ਹਾਂ ਉਹਦੇ ਵਿੱਚ ਉਹ ਕਿਵੇਂ ਲੱਗਿਆ ਤੁਹਾਨੂੰ? ਮੈਨੂੰ ਥੋੜ੍ਹਾ ਜਿਹਾ ਵਧੀਆ ਲੱਗੀ ਉਹ ਚੀਜ਼ ਬਈ। ਹਾਂ ਉਹ ਚੀਜ਼ ਵਧੀਆ ਪਰ ਉਹ ਚੀਜ਼ 'ਤੇ ਆਪਾਂ 100% ਡਿਪੈਂਡੈਂਟ ਨਹੀਂ ਰਹਿ ਸਕਦੇ। ਜੇ ਮੰਨ ਲਓ ਬਈ ਆਪਾਂ ਹੈਗੇ ਜਮਾ ਵਿਹਲੇ ਕਿ ਆਪਾਂ ਕੋਲ ਟਾਈਮ ਹੈ ਨਹੀਂ, ਟਾਈਮ ਦੀ ਕੋਈ ਘਾਟ ਨਹੀਂ, ਫਿਰ ਤਾਂ ਹੈਗੇ ਚੀਜ਼ ਬੈਸਟ ਕਿ ਪੈਸੇ ਬਚਦੇ ਨੇ। ਹਿਚਹਾਈਕ ਕੀਤਾ ਮੰਨ ਲਓ ਉਰੋਂ ਕਿਤੇ ਲਿਫਟ ਮੰਗੀ ਅਤੇ ਵੱਗ ਗਏ। ਬਟ ਜੇ ਆਪਣਾ ਇਹ ਹੈ ਹੁਣ ਮੰਨ ਲਓ ਤੁਸੀਂ ਵੀ ਜੋਬ ਵਾਲੇ ਹੋ ਹੈ ਨਾ, ਮੈਂ ਵੀ ਚਲੋ ਚੱਲ ਰਹੀ ਹੈ, ਆਪਾਂ ਕੋਲ 5 ਦਿਨ ਮਿਲੇ, 5 ਦਿਨ ਦੇ ਵਿੱਚ 1 ਦਿਨ ਪੋਸੀਬਲ ਹੈ ਪਰ ਸਾਰੀ ਟਰੈਵਲਿੰਗ ਇਹਦੇ ਸਿਰ 'ਤੇ ਪੋਸੀਬਲ ਹੈ ਨਹੀਂ ਗੀ। ਮਤਲਬ ਉਹਦੇ ਵਾਸਤੇ ਟਾਈਮ ਜ਼ਿਆਦਾ ਚਾਹੀਦਾ, ਬਹੁਤ ਜ਼ਿਆਦਾ ਚਾਹੀਦਾ। ਜੇ ਤੁਹਾਡੇ ਕੋਲ ਟਾਈਮ ਹੈ ਅਤੇ ਪੈਸੇ ਘੱਟ ਨੇ ਫਿਰ ਤੁਸੀਂ ਕਰ ਸਕਦੇ। ਅਤੇ ਬਈ ਮੈਂ ਤੁਹਾਨੂੰ ਦੱਸਦਾ ਉਹਦਾ ਐਕਸਪੀਰੀਅੰਸ ਬੈਸਟ ਹੈ ਕਿਉਂਕਿ ਬੰਦਾ ਲੋਕਲ ਬੰਦਿਆਂ ਨਾਲ ਗੱਲਾਂ ਮਾਰਦਾ ਹੈ ਲੋਕਲ, ਕਿਉਂਕਿ ਮੰਨ ਲਓ ਮੈਂ ਲਿਫਟ ਲੈ ਲਈ ਤੁਹਾਡੇ ਤੋਂ, ਐਂ ਤਾਂ ਹੈ ਨਹੀਂ ਕਿ ਮੈਂ ਆਪਣੇ ਫੋਨ ਦੇ ਵਿੱਚ ਬੜਿਆ ਰਹੂੰਗਾ ਜਾਂ ਆਪਣੇ ਕੰਮ 'ਚ ਬੜਿਆ ਰਹੂੰਗਾ। ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਾਂ ਅਤੇ ਉਹਨਾਂ ਲੋਕਲ ਬੰਦੇ ਨਾਲ ਗੱਲਾਂ ਬਾਤਾਂ ਮਾਰੂ, 4 ਗੱਲਾਂ ਉਹ ਸੁਣਾਊ, 4 ਗੱਲਾਂ ਉਹਨੂੰ ਆਪਣੇ ਬਾਰੇ ਪਤਾ ਲੱਗਣਗੀਆਂ, ਬੰਦਾ ਕਲਚਰ ਹੀ ਬਹੁਤ ਸਿੱਖਦਾ। ਕਿਤੇ ਹੋਰ ਹੁੰਦਾ ਕਦੋਂ ਮੈਂ ਘੁੰਮਣ ਜਾਂਦਾ, ਮੇਰੀ ਕੋਸ਼ਿਸ਼ ਜ਼ਿਆਦਾ ਇਹ ਰਹਿੰਦੀ ਕਿ ਪਿੰਡ ਘੁੰਮ ਕੇ ਆਇਆ ਜਾਵੇ ਸ਼ਹਿਰ, ਕਿਉਂ ਲਗਭਗ ਸ਼ਹਿਰ ਸਾਰੇ ਲਗਭਗ ਸੇਮ ਹੀ ਹੁੰਦੇ ਨੇ। ਪਿੰਡ ਦੇ ਵਿੱਚ ਜਾਂਦਾ, ਪਿੰਡ ਦੇ ਵਿੱਚ ਏਰੀਏ ਦੇ ਬਾਰੇ ਐਕਚੁਅਲੀ ਪਤਾ ਚੱਲਦਾ ਏਰੀਆ ਕਿਵੇਂ ਦਾ ਕੀ ਹਿਸਾਬ ਹੈ, ਨਾਲੇ ਜਿੱਥੇ ਆਪਣੇ ਕੋਲ ਕੋਈ ਆਪਸ਼ਨ ਨਹੀਂ ਤਾਂ ਉੱਥੇ ਆਪਾਂ ਨੂੰ ਅਗਲੇ ਉੱਥੇ ਜਾਣ ਦੀ ਉੱਥੇ ਨੌਲੇਜ ਵੀ ਲੈਣੀ ਪਊਗੀ ਵੀ ਬਈ ਹੁਣ ਮੈਂ ਅੱਗੇ ਕੀ ਕਰਾਂ, ਕਿੱਥੇ ਖੜਾਂ, ਕਿੱਥੋਂ ਮੈਨੂੰ ਬੱਸ ਮਿਲੂ, ਟਰੱਕ ਮਿਲੂ, ਉਹ ਚੀਜ਼ਾਂ ਦੀ ਵੀ ਆਪਾਂ ਨੂੰ ਜ਼ਿਆਦਾ ਜਾਣਕਾਰੀ ਕਿਉਂਕਿ ਆਪਣੇ ਕੋਲ ਸਾਧਨ ਨਹੀਂ ਹੈਗਾ ਉੱਥੇ, ਹੈ ਨਾ ਬਈ। ਹੋਰ ਦੱਸਦਾ ਮੈਂ ਅਗਰ ਟਰੈਵਲਿੰਗ 'ਚ ਵਧੀਆ ਸਵਾਦ ਲੈਣਾ ਕਿ ਟਾਈਮ ਦੀ ਵੀ ਇੰਨੀ ਕੋਈ ਘਾਟ ਨਹੀਂ ਹੈਗੀ, ਕੀ ਕੀਤਾ ਜਾਵੇ ਬੰਦਾ ਉੱਤੋਂ ਉੱਤੋਂ ਨੈੱਟ ਤੋਂ ਚੀਜ਼ਾਂ ਦੇਖ ਲਓ ਬਈ ਮੈਂ ਇਹ ਜਗ੍ਹਾ 'ਤੇ ਗਿਆ, ਇਹ ਸਟੇਟ ਗਿਆ, ਆਹ ਆਹ ਚੀਜ਼ਾਂ ਦੇਖਣੀਆਂ ਨੇ, ਆਹ ਚੀਜ਼ਾਂ ਸੋਹਣੀਆਂ ਨੇ। ਐ ਨਹੀਂ ਹੈਗਾ ਕਿ ਸਾਰੀ ਪਲੈਨਿੰਗ ਕਰ ਲਓ ਕਿ ਬਈ ਸਵੇਰੇ 9 ਵਜੇ ਉੱਠ ਕੇ ਮੈਂ ਬੱਸ ਫੜ ਕੇ 12 ਵਜੇ ਬੱਸ ਪਹੁੰਚੂਗੀ, ਉਸ ਤੋਂ ਬਾਅਦ ਆ ਘੁੰਮੂੰਗਾ, ਉਸ ਤੋਂ ਬਾਅਦ ਮੈਂ ਸੌਂਗਾ, ਉਹ 'ਚ ਮਜ਼ਾ ਨਹੀਂ ਹੈਗਾ ਕਿਉਂਕਿ ਉਹ ਪਲੈਨ ਦੇ ਹਿਸਾਬ ਨਾਲ ਕਦੇ ਵੀ ਚੱਲਦਾ ਨਹੀਂ ਹੁੰਦਾ ਕਿ ਬਸ 2-4 ਚੀਜ਼ਾਂ ਦੇਖ ਲਿਆ ਬਾਕੀ ਛੱਡ ਦਿਓ। ਉਹ ਬੰਦੇ ਨੇ ਕਹਿਤਾ ਯਾਰ ਉਹ ਚੀਜ਼ ਸੋਹਣੀ ਹੈ, ਵਧੀਆ ਲੱਗੀ, ਚੱਲ ਯਾਰ ਉੱਧਰ ਨੂੰ ਚੱਲਦੇ। ਉਹ ਬੰਦੇ ਨੇ ਕਹਿਤਾ ਉੱਧਰ ਨੂੰ ਸੋਹਣੀ, ਉੱਧਰ ਨੂੰ ਚੱਲਦੇ ਹਾਂ। ਅਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਇੱਕ ਗਰੁੱਪ ਟਰੈਵਲਿੰਗ ਕਰਦੇ ਕਦੋਂ ਆਪਾਂ 4 ਦੋਸਤ ਵੱਗ ਗਏ, ਇਹ 'ਚ ਵੀ ਨੁਕਸਾਨ ਹੈ ਇੱਕ ਕਿ ਬੰਦਾ ਕਹਿੰਦਾ ਸੋਲੋ 'ਚ ਬੋਰ ਹੁੰਦਾ ਇਹ। ਚਲੋ ਇਹਦੇ ਆਪਾਂ ਗੱਲ ਕਰੀਏ, ਕਦੋਂ ਬੰਦਾ ਗਰੁੱਪ ਟਰੈਵਲਿੰਗ ਕਰਦਾ ਉਹਦੇ ਵਿੱਚ ਐਂ ਹੁੰਦਾ ਕਿ 4 ਬੰਦੇ ਆਪਦੇ ਹੱਸੀ ਮਜ਼ਾਕ 'ਚ ਰਹਿੰਦੇ ਨੇ, ਆਪਦੇ 'ਚ ਰਹਿੰਦੇ ਨੇ ਬੰਦਾ। ਕਦੋਂ ਆਪਾਂ 4 ਵੱਗੇ ਆਪਾਂ ਕਿਸੇ ਹੋਰ ਨੂੰ ਥੋੜ੍ਹਾ ਮਿਲਾਂਗੇ, ਆਪਾਂ ਆਪਦੇ 'ਚ ਹੀ ਮਸਤ ਰਹਾਂਗੇ, ਹੋਟਲ ਸਟੇਅ ਕਰ ਲਈ, ਘੁੰਮ ਲਿਆ ਫਿਰ ਲਿਆ, ਬਸ ਕਲਚਰ ਬਾਰੇ ਜਾਣਨ ਨੂੰ ਕੁਛ ਵੀ ਨਹੀਂ ਮਿਲਦਾ ਨਹੀਂ ਹੈਗਾ। ਅਤੇ ਮੰਨ ਲਓ ਅਤੇ ਆਪਾਂ ਨੂੰ ਮਿਲ ਗਿਆ ਟਾਈਮ ਦੀ ਲਿਮਿਟ ਸੀਗੀ ਸ਼ਾਮ ਨੂੰ, ਹੈ ਸਨਸੈਟ ਵਾਲੀ 2 ਪੁਆਇੰਟ ਨੇ, ਅਤੇ ਤੁਹਾਡਾ ਮਨ ਕਰ ਗਿਆ ਯਾਰ ਉੱਧਰ ਜਾਣਾ ਮੈਂ, ਮੇਰਾ ਕਰ ਗਿਆ ਉੱਧਰ ਜਾਣਾ ਮੈਂ, ਉਹਦੇ ਵਿੱਚ ਬੰਦਾ ਵਿਚਾਰ ਬੰਦੇ 'ਚ ਹੋ ਗਿਆ, ਇੱਕ ਨੂੰ ਮੰਨਣੀ ਪਊਗੀ ਦੂਜੇ ਦੀ, ਆਪਦਾ ਮਨ ਮਾਰਨਾ ਪਊਗਾ। ਬਟ ਸੋਲੋ ਟਰੈਵਲਿੰਗ 'ਚ ਕੀ ਹੈ, ਇੱਥੇ ਜੀ ਕਰ ਰਹੇ ਚੱਲ ਜਾਓ, ਕੋਈ ਰੋਕ ਟੋਕ ਨਹੀਂ ਹੈਗੀ, ਕੁਛ ਨਹੀਂ ਹੈਗਾ, ਅਤੇ ਕੋਈ ਨਾ ਕੋਈ ਮਿਲਦਾ ਹੀ ਰਹਿੰਦਾ ਬੰਦਾ ਟਰੈਵਲਿੰਗ ਦੇ ਵਿੱਚ। ਸੋਲੋ ਦੇ ਵਿੱਚ ਜਿਵੇਂ ਜਿਹੜੇ ਅਣਜਾਣ ਖੇਤਰ ਨੇ ਜਾਂ ਖਤਰੇ ਵਾਲੇ ਖੇਤਰ ਆ ਉੱਥੇ ਫਿਰ ਥੋੜ੍ਹੀ ਇਨਸਕਿਉਰਿਟੀ ਵੀ ਫੀਲ ਕਰਦਾ ਬੰਦਾ। ਹਾਂਜੀ ਹਾਂਜੀ, ਇਹਦੇ ਵਿੱਚ ਮੈਂ ਕੀ ਕੋਸ਼ਿਸ਼ ਕਰਦਾ ਕਿ ਮੈਂ ਮੰਨ ਲਓ ਟਰੈਕ ਹੈ, ਟਰੈਕ ਦੇ ਵਿੱਚ ਮੈਂ ਹਜੇ ਤੱਕ ਕਾਫੀ ਬੰਦੇ ਲਾਉਂਦੇ ਨੇ ਪਰ ਮੈਂ ਮੰਨ ਲਓ ਹਜੇ ਇੰਨਾ ਐਕਸਪੀਰੀਅੰਸ ਨਹੀਂ ਲਾਇਆ ਅਤੇ ਥੋੜ੍ਹਾ ਸੇਫਟੀ ਦਾ ਵੀ ਡਰ ਲੱਗਦਾ, ਕੀ ਕੋਸ਼ਿਸ਼ ਕਰਦਾ ਕਿ ਕੋਈ ਨਾ ਕੋਈ ਬੰਦਾ ਫੜ ਲੈਣਾ ਨਹੀਂ, ਜਾਂ ਕੀ ਕਰਦਾ ਅੱਜ ਕੱਲ੍ਹ ਬਹੁਤ ਪਾਪੂਲਰ ਹੋ ਗਿਆ ਟਰੈਕਿੰਗ ਗਰੁੱਪ ਜਾਂਦੇ ਨੇ ਸੋਲੋ ਸੋਲੋ ਦੇ, ਜਿਵੇਂ ਆਪਾਂ ਔਨਲਾਈਨ ਐਡਵਰਟਾਈਜ਼ਮੈਂਟ ਦੇਖੀ ਹੋਣੀ ਕਿ ਕੋਈ ਬੰਦਾ ਬੰਬੇ ਦਾ, ਕੋਈ ਦਿੱਲੀ ਦਾ, ਕੋਈ ਅੰਮ੍ਰਿਤਸਰ ਦਾ, ਕੋਈ ਸੰਗਰੂਰ ਦਾ, ਕੋਈ ਹਰਿਆਣੇ ਦਾ, ਸਾਰੇ ਇੱਕ ਸੋਲੋ ਹੀ ਹੁੰਦੇ ਨੇ, ਸਾਰੇ ਇਕੱਠੇ ਹੋ ਕੇ ਇੱਕ ਗਰੁੱਪ ਬਣ ਜਾਂਦਾ, ਇੱਕ ਪੁਆਇੰਟ 'ਤੇ ਇਕੱਠੇ ਹੋ ਜਾਂਦੇ ਨੇ, ਗਾਈਡ ਹੁੰਦਾ ਕਿਹੜਾ ਉਹ ਲੈ ਕੇ ਜਾਂਦਾ, ਇਹਦੇ ਵਿੱਚ ਆਹ ਚੀਜ਼ ਹੁੰਦੀ ਹੈ ਅਤੇ ਉਹਦੇ ਵਿੱਚ ਚਲੋ ਆਈਟਨਰੀ ਹੁੰਦੀ ਹੈ। ਟਰੈਕ ਦੇ ਵਿੱਚ ਦਿੱਕਤਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਮੇਨ, ਵੀ ਮੰਨ ਲਓ ਜਾਂ ਜਿਵੇਂ ਕਿਸੇ ਬੰਦੇ ਨੂੰ ਫਿਜ਼ੀਕਲੀ ਕੋਈ ਇਸ਼ੂ ਹੈ ਵੀ ਕਿੰਨਾ ਨੂੰ ਨਹੀਂ ਕਰਨਾ ਚਾਹੀਦਾ, ਜਾਂ ਮੇਜਰ ਸਮੱਸਿਆਵਾਂ ਦੀ ਜੇਕਰ ਆਪਾਂ ਗੱਲ ਕਰੀਏ ਵੀ ਕਿੰਨਾ ਵਾਸਤੇ ਬੈਨੀਫਿਟ ਹੈ ਟਰੈਕ ਕਰਨਾ ਅਤੇ ਕਿੰਨਾ ਨੂੰ ਨਹੀਂ ਕਰਨਾ ਚਾਹੀਦਾ? ਦੇਖੋ ਬਈ ਟਰੈਕਿੰਗ ਤਾਂ ਹਰੇਕ ਬੰਦਾ ਕਰ ਸਕਦਾ, ਕੋਈ ਵੱਡੀ ਗੱਲ ਨਹੀਂ, ਕਿਤੇ ਗੋਡੇ ਚੱਲਦੇ ਨੇ ਕਰ ਲਓ ਟਰੈਕ, ਬੰਦੇ ਤਾਂ ਐਂ ਚਲੋ ਥੋੜ੍ਹਾ ਮੋਟਾ ਹੈ ਛੋਟੇ ਤੋਂ ਟਰੈਕਿੰਗ ਸਟਾਰਟ ਕਰ ਲਓ, ਹੌਲੀ ਹੌਲੀ ਵੱਡੇ ਵਧਾ ਲਓ, ਐਂ ਨਹੀਂ ਹੈਗੇ ਅੱਜ ਹੀ ਮੈਂ ਸੋਚ ਲਿਆ ਕਿ ਮੰਨ ਲਓ ਵੱਡੇ ਟਰੈਕ 'ਚ ਆਪਾਂ ਲਾ ਲਈਏ, ਕੇਟੂ ਲਾ ਲਓ, ਹਮਤਾ ਪਾਸ ਤਾਂ ਚਲੋ ਛੋਟਾ ਲਾ ਲਓ, ਮਾਊਂਟ ਐਵਰੈਸਟ ਲਾ ਲਓ, ਅੰਨਪੂਰਨਾ ਲਓ, ਵੱਡੇ ਟਰੈਕ ਨੇ, ਮੈਂ ਅੱਜ ਹੀ ਸੋਚਣ ਲੱਗ ਜਾ ਚੜ੍ਹਨੇ ਨੇ ਕਿੱਥੋਂ ਚੜ੍ਹੇ ਜਾਣਗੇ, ਹੁਣ ਕਿਵੇਂ ਹਮਤਾ ਸਰਪਾਸ ਆ ਛੋਟੇ ਟਰੈਕ ਨੇ ਕਿਹੜੇ ਹੱਥ ਚੜ੍ਹੇ ਨੇ। ਗਰੁੱਪ ਟਰੈਵਲਿੰਗ 'ਚ ਕੀ ਚੱਕਰ ਪੈਂਦਾ ਕਿ 4 ਦੋਸਤ ਆਪਾਂ ਵੱਗੇ ਅਤੇ ਚੀਜ਼ ਘੁੰਮੇ ਆਉਂਦੇ ਹਾਂ। ਸੋਲੋ ਦੇ ਵਿੱਚ ਕੀ ਹੁੰਦਾ ਕਿ ਬੰਦਾ ਇਕੱਲਾ ਜਾਂਦਾ, ਬੈਗ ਪੈਕ ਕਰਕੇ ਜਾਂਦਾ, ਕਿੱਥੇ ਮਰਜ਼ੀ ਜਾਵੇ ਉੱਥੇ ਜਾਂਦਾ। ਅੱਜ ਕੱਲ੍ਹ ਤਾਂ ਬਹੁਤ ਪਾਪੂਲਰ ਕਲਚਰ ਆ ਗਏ ਕਿ ਤੁਸੀਂ ਜੇ ਕੰਸੈਪਟ ਸੁਣਿਆ ਟਰੈਵਲ ਹੋਸਟਲ, ਟਰੈਵਲ ਹੋਸਟਲ ਦੇ ਵਿੱਚ ਕੀ ਚੱਕਰ ਹੁੰਦਾ, ਸੋਲੋ ਜ਼ਿਆਦਾਤਰ ਰਹਿੰਦੇ ਨੇ, ਉੱਥੇ ਕੀ ਹੁੰਦਾ ਕਿ ਮੈਂ ਆਪਣਾ ਹਾਲ ਹੈ, ਹਾਲ ਦੇ ਵਿੱਚ ਬੰਕ ਬੈੱਡ ਲਾਏ ਹੁੰਦੇ ਨੇ, ਕਿਵੇਂ ਹੋਸਟਲਾਂ ਦੇ ਵਿੱਚ ਨਹੀਂ ਹੁੰਦੇ ਸੀ, ਉਹਦੇ ਵਿੱਚ ਕੀ ਹੁੰਦਾ ਉੱਥੇ ਬੰਦਾ ਰਹਿੰਦਾ ਅਤੇ ਉੱਥੇ
ਕੋਈ ਕਿੱਥੇ ਦਾ ਕੋਈ ਕਿੱਥੇ ਦਾ ਹਰੇਕ ਡਿਫਰੈਂਟ ਕੋਈ ਡਿਫਰੈਂਟ ਕੰਟਰੀ ਦਾ ਡਿਫਰੈਂਟ ਸਟੇਟਾਂ ਦਾ ਬੰਦੇ ਬੈਠੇ ਨੇ ਗੱਲਾਂ ਬਾਤਾਂ ਮਾਰਦੇ ਉੱਥੇ ਬੈਠ ਕੇ ਕਾਫੀ ਕੁਛ ਸਿੱਖਣ ਨੂੰ ਮਿਲਦਾ ਨਹੀਂ ਤਾਂ ਐਂ ਹੁੰਦਾ ਯਾਰ ਕੱਲ ਨੂੰ ਉੱਥੇ ਮਨਾਰ ਹੈ ਕੇਰਲਾ ਦੇ ਵਿੱਚ ਉੱਥੇ ਆਪਾਂ ਜਾ ਕੇ ਆਉਣਾ ਯਾਰ ਉੱਥੇ ਘੁੰਮਣ ਦਾ ਕਹਿੰਦਾ ਮੇਰਾ ਹੀ ਵਿਚਾਰ ਹੈ ਬੰਦਾ ਉੱਥੇ ਨਾਲ ਘੁੰਮਣ ਨੂੰ ਮਿਲ ਗਿਆ ਉਦੋਂ ਉਹ ਬੰਦੇ ਤੋਂ ਬੰਦਾ ਬੋਰ ਹੋ ਗਿਆ ਯਾਰ ਇਹ ਬੰਦਾ ਸਹੀ ਨਹੀਂ ਹੈਗਾ ਜਾਂ ਯਾਰ ਮੈਂ ਇੱਧਰ ਜਾਣਾ ਮੈਂ ਇੱਧਰ ਜਾਣਾ ਫਿਰ ਬੰਦਾ ਅਲੱਗ ਅਲੱਗ ਵਗ ਜਾਂਦਾ ਉਦੋਂ ਬੰਦਾ ਗਰੁੱਪ ਟਰੈਵਲ ਦੇ ਵਿੱਚ ਕਰਦਾ ਉਹਦੇ ਵਿੱਚ ਐਂ ਹੈ ਬੋਰ ਨਹੀਂ ਹੁੰਦਾ ਸਵਾਦ ਬਹੁਤ ਹੁੰਦਾ ਚਾਰ ਆਪਦੇ ਖਾਸ ਬੰਦਿਆਂ ਨਾਲ ਹੈ ਪਰ ਉਹਦੇ ਵਿੱਚ ਕਈ ਵਾਰ ਵਿਚਾਰ ਟੁੱਟ ਜਾਂਦਾ ਕਿ ਯਾਰ ਮੈਂ ਇੱਧਰ ਜਾਣਾ ਮੈਂ ਇੱਧਰ ਜਾਣਾ ਫਿਰ ਬੰਦਾ ਲੜਦਾ ਰਹਿੰਦਾ ਮਤਲਬ ਦੋਨੋਂ ਚੀਜ਼ਾਂ ਦਾ ਅਲੱਗ ਅਲੱਗ ਟੇਸਟ ਹੈ ਅਲੱਗ ਡਿਫਰੈਂਟ ਪੋਜ਼ਿਟਿਵ ਪੁਆਇੰਟ ਵੀ ਹੈ ਤੇ ਨੈਗੇਟਿਵ ਵੀ ਹੈ ਹਨਾ ਅਲੱਗ ਅਲੱਗ ਟੇਸਟ ਵੀ ਜੇ ਆਪਾਂ ਨੂੰ ਉਹਦੀ ਸੰਗਤ ਪਸੰਦ ਨਹੀਂ ਆਉਂਦੀ ਸੋਲੋ 'ਚ ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ ਪਰ ਜਿਵੇਂ ਹੁਣ ਆਪਾਂ ਆਪਦੇ ਦੋਸਤ ਨੂੰ ਲੈ ਗਏ ਉਹਨੂੰ ਛੱਡਾਂਗੇ ਤਾਂ ਮੰਨ ਲਓ ਉਹਦੇ ਘਰਦਿਆਂ ਦੀ ਵੀ ਆਪਾਂ ਨੂੰ ਸਮੱਸਿਆ ਹੋਵੇ ਉਹਨੂੰ ਤੁਸੀਂ ਲੈ ਕੇ ਗਏ ਸੀ ਜਾਂ ਹੋਰ ਹਨਾ ਇਹ ਚੀਜ਼ ਦੀ ਇਹ ਚੀਜ਼ ਹੈਗੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਮੇਨ ਟੂਲਸ ਆਪਾਂ ਯੂਜ਼ ਕਰਦੇ ਹਾਂ ਟਰੈਵਲਿੰਗ ਦੇ ਦੌਰਾਨ ਬਹੁਤ ਸਾਰੀਆਂ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਨਾਲ ਲੈ ਕੇ ਜਾਣੀਆਂ ਜ਼ਰੂਰੀ ਨੇ ਕਿਉਂਕਿ ਇੱਕ ਥਾਂ ਤੋਂ ਦੂਜੀ ਥਾਂ ਤਾਂ ਆਕਸੀਜਨ ਲੈਵਲ ਕਹਿ ਲਓ ਟੈਂਪਰੇਚਰ ਕਹਿ ਲਓ ਹਿਊਮਿਡਿਟੀ ਕਹਿ ਲਓ ਡਿਫਰੈਂਟ ਹੁੰਦੀ ਹੈ ਤਾਂ ਕੱਪੜੇ ਲੀੜੇ ਦੀ ਜਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਜਿਹੜੀ ਹੈ ਕੰਪਲਸਰੀ ਹੁੰਦੀ ਹੈ ਜੇ ਦੇਖੋ ਬਈ ਆਪਾਂ ਹੁਣ ਗੱਲ ਕੀਤੀ ਜਾਵੇ ਊਂ ਟਰੈਵਲਿੰਗ ਤੋਂ ਜੇ ਬੰਦਾ ਕਿਤੇ ਜਹਾਜ਼ ਨਾਲ ਘੁੰਮਣ ਜਾ ਰਿਹਾ ਕਿ ਲਗਜ਼ਰੀ ਟ੍ਰਿਪ ਜਾ ਰਿਹਾ ਫੈਮਿਲੀ ਨਾਲ ਫਿਰ ਤਾਂ ਹੁੰਦਾ ਟੈਚੀ ਬੈਗ ਚੱਕੋ ਕਿ ਆਪਾਂ ਜ਼ਿਆਦਾਤਰ ਕਰਦੇ ਹਾਂ ਚਾਰ ਕੱਪੜੇ ਪਾਓ ਫਿਰ ਕੋਈ ਸਮਾਨ ਸਮੂਨ ਦੀ ਲੋੜ ਨਹੀਂ ਹੁੰਦੀ ਕੁਛ ਮਰਜ਼ੀ ਜੇ ਹੁਣ ਆਪਾਂ ਜੇ ਸੋਲੋ ਬੈਕ ਪੈਕਿੰਗ ਦੀ ਕੀਤੀ ਜਾਵੇ ਜਾਂ ਐਡਵੈਂਚਰ ਦੀ ਗੱਲ ਕੀਤੀ ਜਾਵੇ ਕਿਹਦੇ ਵਿੱਚ ਆਪਾਂ ਟਰੈਕਿੰਗ ਆ ਗਈ ਬਾਈਕ ਟ੍ਰਿਪ ਆ ਗਈਆਂ ਜਾਂ ਮਾਊਂਟਰਿੰਗ ਆ ਗਈ ਐਡਵੈਂਚਰ ਵਾਲੀ ਐਕਟੀਵਿਟੀਜ਼ ਆ ਗਈਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਨਵੈਸਟਮੈਂਟ ਦੱਸਦਾ ਹਰੇਕ ਬੰਦਾ ਜੇ ਘੁੰਮਣ ਦਾ ਸ਼ੌਂਕ ਰੱਖਦਾ ਕਰ ਲਏ ਕਿਹੜਾ ਪਿੱਠੂ ਬੈਗ ਨਹੀਂ ਹੁੰਦਾ ਹੈਗਾ ਲੰਬਾ ਜਿਹਾ ਬਿਲਕੁਲ ਹਨਾ ਉਹ ਲਿਆਵੇ ਉਹ ਵੀ ਵਧੀਆ ਲੈ ਲਏ ਇੱਕ ਵਾਰ ਡੀਕੈਥਲੋਨ ਵਗੈਰਾ ਦਾ ਸਾਰਾ ਸਮਾਨ ਤਾਂ ਅਸਲ ਮੈਂ ਰਿਕਮੈਂਡ ਕਰਦਾ ਡੀਕੈਥਲੋਨ ਦਾ ਲਵੇ ਥੋੜ੍ਹਾ ਮਹਿੰਗਾ ਹੁੰਦਾ ਪਰ ਉਹਨਾਂ ਦੀ ਕੁਆਲਿਟੀ ਇੱਕ ਵਾਰ ਲੈ ਕੇ ਚੱਲਦਾ ਇਹਦੀ ਬੈਕਪੈਕ ਦੀ ਇੱਕ ਕਪੈਸਿਟੀ ਵੀ ਹੁੰਦੀ ਹੈ ਨਾ ਜਿਵੇਂ ਲੀਟਰਾਂ ਦੇ ਵਿੱਚ ਕਿੰਨੇ ਕੁ ਲੀਟਰ ਦਾ ਲਵੇ ਬੰਦਾ ਬੈਗ ਮੇਰੇ ਲਵੇ 50 ਲੀਟਰ ਦਾ 50 ਲੀਟਰ ਵਧੀਆ ਸਾਰ ਦਿੰਦਾ 10 ਦਿਨ ਤੱਕ ਦੇ ਕੱਪੜੇ ਸਾਰ ਦਿੰਦਾ ਓਕੇ ਹਾਂ ਜੇ ਬੰਦੇ ਐਂ ਕੋਈ ਕਿਹੜਾ ਬੰਦਾ ਕੈਮਰਾ ਕੁਮਰਾ ਚੱਕਦਾ ਜਾਂ ਜ਼ਿਆਦਾ ਸ਼ੌਂਕੀ ਬੰਦਾ ਕਿ ਯਾਰ ਮੈਂ ਤਾਂ ਕੱਪੜੇ ਬਦਲ ਲੈਣੇ ਹਰ ਰੋਜ਼ ਇਹ ਹੈ ਉਹ 70 ਕੁ ਲੀਟਰ ਦਾ ਲੈ ਲਊ 50 ਲੀਟਰ ਦਾ ਤਾਂ ਮੋਰ ਦੈਨ ਐਨਫ ਹੈ ਬਟ ਇਹ ਵੀ ਹੈ ਨਾ ਵੀ ਜੇ ਆਪਾਂ ਜ਼ਿਆਦਾ ਸੋਚਾਂਗੇ ਵੀ ਜ਼ਿਆਦਾ ਕੱਪੜੇ ਹੁਣ ਆਪਾਂ ਟਰੈਕਿੰਗ 'ਤੇ ਵੀ ਜਾ ਰਹੇ ਹਾਂ ਤਾਂ ਫਿਰ ਉਹਦਾ ਬੈਕ 'ਤੇ ਆਪਣੇ ਵਜਨ ਵੀ ਭਾਰ ਵੀ ਹੋਊਗਾ ਵੀ ਕਿੰਨਾ ਕੁ ਐਵਰੇਜ ਜੇ ਆਪਾਂ ਦੇਖੀਏ ਕਿੰਨਾ ਕੁ ਵਜਨ ਹੈ ਬੰਦਾ ਚੱਕ ਲੈਂਦਾ ਇੱਕ ਚੀਜ਼ ਬਈ ਮੈਂ ਚਲੋ ਦੇਖਦਾ ਰਹਿਣਾ ਮਿਲਦਾ ਰਹਿਣਾ ਟਰੈਵਲਰ ਨੂੰ ਟਰੈਵਲ ਕਿਹੜੇ ਕਰਦੇ ਰਹਿੰਦੇ ਨੇ ਉਹ ਬੰਦੇ ਕੀ ਕਰਦੇ ਨੇ ਕਿੰਨਾ ਉਹਨਾਂ ਦਾ ਐਕਸਪੀਰੀਅੰਸ ਵਧੀਆ ਹੁੰਦਾ ਟਰੈਵਲਿੰਗ ਦਾ ਉਹਨਾਂ ਦਾ ਬੈਗ ਦਾ ਭਾਰ ਘਟੀ ਜਾਂਦਾ ਬੰਦੇ ਜੇ ਨੇ ਹੁਣ ਉਹ ਫਲੋਪ ਯੂਟਿਊਬਰ ਹੈ ਜੇ ਤੁਸੀਂ ਦੇਖਿਆ ਟਰੈਵਲ ਕਰਦਾ ਰਹਿੰਦਾ ਕਾਫੀ ਬੰਦਾ ਉਹ ਬੰਦਾ 3-4 ਮਹੀਨੇ ਘੁੰਮ ਕੇ ਆਇਆ ਲੈਪਟੋਪ ਦਾ ਬੈਗ ਵੀ ਨਾਲ ਚੱਕਿਆ ਹੋਇਆ ਸੀ ਬੰਦੇ ਨਾਲ ਗੱਲ ਹੋਈ 12 ਸਿਰਫ 12 ਕਿਲੋ ਦਾ ਬੈਗ ਮੈਂ 1.5-2 ਕਿਲੋ ਦਾ ਲੈਪਟੋਪ ਵੀ ਹੋ ਜਾਂਦਾ ਸਿਰਫ 10 ਕਿਲੋ 'ਚ ਸਾਰਾ ਘੁੰਮ ਕੇ ਆ ਰਿਹਾ ਛੋਟੇ ਪਿੱਠੂ ਬੈਗ 'ਚ ਮਤਲਬ ਉਹ ਚੀਜ਼ ਐਕਸਪੀਰੀਅੰਸ ਚੀਜ਼ ਆ ਜਾਂਦੀ ਇਹ ਚੀਜ਼ ਕਿ ਬਸ ਆਹ ਦੋ ਚੀਜ਼ਾਂ ਸਮਾਨ ਚੱਕੀਏ ਫਿਰ ਬੰਦੇ ਨੂੰ ਘੁੰਮਣ ਦਾ ਸ਼ੌਂਕ ਹੁੰਦਾ ਫਿਰ ਕੱਪੜੇ ਪਾਉਣ ਦਾ ਸ਼ੌਂਕ ਘੱਟ ਜਾਂਦਾ ਯਾਰ ਕੱਪੜੇ ਦਾ ਠੀਕ ਹੈ ਕਿਉਂਕਿ ਫੋਟੋਆਂ ਵੀ ਇੰਨੀਆਂ ਹੋ ਜਾਂਦੀਆਂ ਨੇ ਸਾਰਾ ਕੁਛ ਇੰਨਾ ਹੋ ਜਾਂਦਾ ਸਿਸਟਮ ਅਤੇ ਹੁਣ ਆਪਾਂ ਜੇ ਸਮਾਨ ਦੀ ਗੱਲ ਕੀਤੀ ਜਾਵੇ ਮੰਨ ਲਓ ਟਰੈਕ ਟਰੁੱਕ ਕਿਹਨੇ ਲਾਉਣਾ ਮੰਨ ਲਓ ਕਿਹਨੂੰ ਕੈਂਪਿੰਗ ਦਾ ਸ਼ੌਂਕ ਰੱਖਦਾ ਉਹਦੇ ਵਿੱਚ ਆਪਾਂ ਚੀਜ਼ ਜ਼ਰੂਰੀ ਆ ਇੱਕ ਤਾਂ ਕੈਂਪਿੰਗ ਟੈਂਟ ਉਹ ਵੀ ਡੀਕੈਥਲੋਨ ਦੇ ਵਧੀਆ ਰਹਿੰਦਾ ਲਗਭਗ 3 ਬੰਦੇ ਵਾਲਾ 3,000 ਦਾ ਟੈਂਟ ਆ ਜਾਂਦਾ ਅਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਸ਼ੂਜ਼ ਆ ਜਾਂਦੇ ਨੇ ਸ਼ੂਜ਼ ਅਸਲ ਤਾਂ ਕਹਿੰਦੇ ਨੇ ਪ੍ਰੋਫੈਸ਼ਨਲ ਸ਼ੂਜ਼ ਵਰਤੋਂ ਗਏ ਟਰੈਕਿੰਗ ਵਾਲੇ ਹੁੰਦੇ ਨੇ ਬਟ ਚੱਲੀ ਜਾਂਦਾ ਹੁਣ ਸਟਾਰਟਿੰਗ ਦੇ ਵਿੱਚ ਸਾਰੀ ਇਨਵੈਸਟਮੈਂਟ ਥੋੜ੍ਹਾ ਬੰਦਾ ਕਰ ਲੈਂਦਾ ਆਮ ਬੰਦਾ ਕਿਹੜੇ ਕੋਈ ਵੀ ਜੁੱਤੇ ਨੇ ਸਪੋਰਟ ਸ਼ੂਜ਼ ਕਿਹਦੇ ਸੋਲ ਥੋੜ੍ਹੀ ਮੋਟੀ ਹੁੰਦੀ ਹੈ ਉਹ ਸੋਲ ਚੱਲਦਾ ਅਤੇ ਉਸ ਤੋਂ ਬਾਅਦ ਆਪਾਂ ਹੋਰ ਸਮਾਨ ਕਿਤੇ ਵੀ ਕੈਂਪਿੰਗ ਦੇ ਵਿੱਚ ਰਹਿਣ ਲਈ ਸਲੀਪਿੰਗ ਬੈਗ ਵੀ ਕੰਮ ਆ ਜਾਂਦਾ ਜਿਵੇਂ ਸ਼ੂਜ਼ ਦੀ ਗੱਲ ਕਰੀਏ ਕਈ ਵਾਰ ਉੱਥੇ ਪਾਣੀ ਵਗੈਰਾ ਵੀ ਹੁੰਦਾ ਜਿਵੇਂ ਪਹਾੜੀਆਂ ਦੇ ਵਿੱਚੋਂ ਜਾਂ ਮੰਨ ਲਓ ਕੱਖਾਂ ਦੇ ਵਿੱਚ ਤਾਂ ਉਹ ਸ਼ਾਇਦ ਵਾਟਰਪਰੂਫ ਵਗੈਰਾ ਲੈਣੇ ਚਾਹੀਦੇ ਆ ਉਹਦੇ ਵਿੱਚ ਮੈਂ ਗੱਲ ਕੀਤੀ ਜਾਵੇ ਅਸਲ ਤਾਂ ਲੈਣੇ ਚਾਹੀਦੇ ਨੇ ਵਾਟਰਪਰੂਫ ਹੁਣ ਆਪਣੇ ਪੰਜਾਬੀ ਹੁੰਦੇ ਨੇ ਜਗਾੜੂ ਉਹਦੇ ਵਿੱਚ ਮੈਂ ਵੀ ਆਉਣਾ ਪਾਣੀ ਆਉਂਦਾ ਹੁੰਦਾ ਸਾਰਾ ਕੁਛ ਕੀ ਕਰੋ ਪਹਿਲਾਂ ਤਾਂ 3-4 ਜੋੜੇ ਚੱਕੋ ਜਰਾਬਾਂ ਦੇ ਕਿ ਇੱਕ ਦਿਨ ਵਾਸਤੇ ਮੇਰੇ ਜੇ ਪਾਣੀ ਵਾਲੀ ਥਾਂ 'ਤੇ ਆ ਰਹੇ 3-4 ਜੋੜੇ ਜਰਾਬਾਂ ਦੇ ਹੈਗੇ ਨੇ ਅਸਲ ਤਾਂ ਪਾਣੀ ਵਾਲੀ ਜਗ੍ਹਾ ਦੇ ਜੁੱਤੇ ਤਾਰ ਕੇ ਕੱਢ ਲਓ ਜੇ ਇਹ ਜੀ ਥਾਂ ਆਇਆ ਕਿੱਥੇ ਜੁੱਤੇ ਤਾਰਨੇ ਨਹੀਂ ਹੈਗੇ ਗਿੱਲੇ ਹੋ ਗਏ ਜੁੱਤੇ ਜਰਾਬਾਂ ਸਮੇਤ ਗਿੱਲੇ ਹੋ ਗਏ ਜਰਾਬਾਂ ਤਾਰੋ ਬੈਗ ਨਾ ਬੰਨੋ ਨਵੀਆਂ ਜਰਾਬਾਂ ਪਾਓ ਉੱਤੋਂ ਦੀ ਕਾਗਜ਼ ਦੀ ਪੰਨੀ ਹੁੰਦੀ ਹੈ ਕਿਹੜੀ ਲਿਫਾਫਾ ਲਿਫਾਫਾ ਚਾੜ ਲਓ ਗਿੱਲੇ ਜੁੱਤੇ 'ਚ ਪਾ ਲਓ ਘੁੰਮੋਗੇ ਘੰਟੇ ਤੁਹਾਡੇ ਜੁੱਤੇ ਸੁੱਕ ਜਾਣਗੇ ਨਾ ਤੁਹਾਡਾ ਪੈਰ ਗਿੱਲਾ ਹੋਊਗਾ ਲਿਫਾਫੇ ਅੰਦਰ ਜਰਾਬ ਸੁੱਕੀ ਹੈ ਜੇ ਦੁਬਾਰੇ ਗਿੱਲੇ ਹੁੰਦੇ ਨੇ ਦੁਬਾਰੇ ਫਿਰ ਬਦਲ ਲਓ ਜਾਂ ਫਿਰ ਪਹਿਲਾਂ ਸੌਦਾ ਜਾਂ ਜਾਣ ਪਹਿਲਾਂ ਹੀ ਲਿਫਾਫਾ ਚੜ੍ਹਾਈ ਲਓ ਜਰਾਬਾਂ ਦੇ ਉੱਤੋਂ ਦੀ ਹਾਂ ਇਹ ਵੀ ਕਰ ਸਕਦਾ ਇਹ ਵੀ ਇਹ ਚੀਜ਼ ਵੀ ਕਰ ਸਕਦਾ ਇਹ ਮਤਲਬ ਇਹ ਸਸਤੇ ਸੌਦੇ ਨੇ ਇਹ ਆਪਾਂ ਨਾਲੋਂ ਬਜਟ ਟਰੈਵਲਿੰਗ ਹੁੰਦੀ ਹੈ ਕਿਹੜੀ ਸਟਾਰਟਿੰਗ ਦੇ ਵਿੱਚ ਤਾਂ ਬੰਦਾ ਇਹੀ ਕਰਦਾ ਆਹ ਚੀਜ਼ਾਂ
ਕੱਪੜੇ ਨੇ ਚੱਕੇ ਲਿਫਾਫੇ ਚ ਪਾਏ ਵੱਡਾ ਲਿਫਾਫਾ ਕਿਹੜਾ ਹੁੰਦਾ ਨਾ ਡਸਟਬਿਨ ਵਾਲਾ ਬਿਲਕੁਲ ਉਹ ਲਿਫਾਫਾ ਬੈਗ ਚ ਪਾਓ ਵਾਟਰਪਰੂਫ ਹੋ ਗਿਆ ਕਿਉਂ ਇੰਨਾ ਖਰਚਣਾ ਪੈਸਾ ਕਦੇ ਤੁਹਾਡੇ ਨਾਲ ਟਰੈਵਲਿੰਗ ਦੇ ਦੌਰਾਨ ਬਹੁਤ ਜ਼ਿਆਦਾ ਮਾੜਾ ਤਜਰਬਾ ਰਿਹਾ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਵੀ ਮੈਂ ਇਸ ਕਦੇ ਆਪਾਂ ਐਵੇਂ ਦਾ ਫੈਸਲਾ ਹੀ ਲੈ ਲਿਆ ਹੋਵੇ ਵੀ ਡਰ ਫੀ ਬਹਿ ਗਿਆ ਹੋਵੇ ਅੰਦਰ ਕਦੇ ਮਾੜਾ ਤਜਰਬਾ ਹੋਇਆ ਐਵੇਂ ਦਾ ਬਈ ਐਵੇਂ ਮਾੜਾ ਤਜਰਬਾ ਹੋਇਆ ਉਸ ਟਾਈਮ ਥੋੜ੍ਹਾ ਡਰ ਲੱਗਦਾ ਯਾਰ ਕਿੱਥੇ ਫਸ ਗਏ ਪਰ ਉਹੀ ਐਡਵੈਂਚਰ ਵਾਲੀ ਚੀਜ਼ ਆ ਜਾਂਦੀ ਉਦੋਂ ਵੀ ਡਰ ਤਾਂ ਲੱਗ ਰਿਹਾ ਹੁੰਦਾ ਪਰ ਨਾਲ ਨਾਲ ਥੋੜ੍ਹਾ ਥੋੜ੍ਹਾ ਮਜ਼ਾ ਵੀ ਆ ਰਿਹਾ ਹੁੰਦਾ ਯਾਰ ਦੇਖੀ ਜਾਊਗੀ ਚੀਜ਼ਾਂ ਦੇ ਹੋਈਆਂ ਨੇ ਸਟੋਰੀਜ਼ ਕਿ ਇੱਕ ਵਾਰ ਹੋਇਆ ਸੀ ਸਾਡੇ ਨਾਲ ਜੀ ਲੇਹ ਤੋਂ ਮਨਾਲੀ ਹਾਈਵੇ ਹੈ ਆਪਾਂ ਨੂੰ ਪਤਾ ਹੈ ਕਿ ਉੱਥੇ ਸਿਰਫ ਇੱਕ ਸਾਰਚੂ ਪੁਆਇੰਟ ਹੈ ਵਿੱਚ ਉੱਥੇ ਢਾਬੇ ਆਉਂਦੇ ਨੇ ਉਸ ਤੋਂ ਇਲਾਵਾ ਲਗਭਗ ਕਾਫੀ ਕਿਲੋਮੀਟਰ ਹੈਗਾ ਦੋ ਦਿਨ ਦਾ ਸਫ਼ਰ ਹੈ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਛ ਵੀ ਚੀਜ਼ ਆਉਂਦੀ ਨਹੀਂ ਹੈਗੀ ਪਹਿਲੇ ਦਿਨ ਤਾਂ ਚਲੋ ਜੀ ਲੇਹ ਤੋਂ ਲੈ ਕੇ ਸਾਰਚੂ ਤੱਕ ਪਹੁੰਚ ਗਏ ਅਗਲੇ ਦਿਨ ਹੈਗੇ ਸੀ ਇਹ 2000 ਹੈਗੀ ਹੈ ਜੀ ਗੱਲ 21 ਪਤਾ ਨਹੀਂ 22 ਦੀ ਮੌਨਸੂਨ ਦਾ ਸੀਜ਼ਨ ਸੀਗਾ ਸਾਰਚੂ ਦੇ ਵਿੱਚ ਮੀਂਹ ਪੈਣਾ ਸਟਾਰਟ ਹੋ ਗਿਆ ਥੋੜ੍ਹਾ ਥੋੜ੍ਹਾ ਕਿਣਮਣਕਣੀ ਪੈ ਰਹੀ ਸੀ ਅੱਗੇ ਜਾਣ ਦੀ ਕੋਈ ਐਂ ਸੀਗਾ ਹੁਣ ਜਾਣਾ ਤਾਂ ਹੈਗਾ ਇੱਥੇ ਨਾ ਮਕੈਨਿਕ ਹੈ ਨਾ ਢਾਬਾ ਬਸ ਇੱਕ ਰਾਤ ਠਹਿਰਨ ਵਾਸਤੇ ਛੋਟੀ ਜਗ੍ਹਾ ਸੀਗੀ ਕਿ ਚੱਲਦਿਆਂ ਦੇਖੀ ਜਾਓ ਮੀਂਹ ਤਾਂ ਹਟ ਜੂਗਾ ਘੰਟਾ ਪੈ ਜਾਊ ਦੋ ਘੰਟੇ ਪੈ ਜਾਊ ਪਰ ਉੱਦਣ ਦਿਨ ਕੀ ਹੋਇਆ ਕਿ ਹੈਗੇ ਵੀ ਅਸੀਂ ਮੋਟਰਸਾਈਕਲਾਂ 'ਤੇ ਸੀਗਾ ਪੂਰਾ ਦਿਨ ਬਾਰਿਸ਼ ਹੋਈ ਗਈ ਮੇਰੇ ਲਵੇ ਪੰਜ ਰੇਨਕੋਟ ਦੀ ਲੇਅਰਿੰਗ ਪਈ ਸੀਗੀ ਇੱਕ ਤਾਂ ਵਧੀਆ ਵਾਲਾ ਰੇਨਕੋਟ ਸੀ ਬਾਕੀ ਲਿਫਾਫੇ ਵਾਲੇ ਰੇਨਕੋਟ ਨਹੀਂ ਹੁੰਦੇ ਕਿਹੜੇ ਆਪਣੇ ਦੇਸੀ ਜਿਹੇ ਹੁੰਦੇ ਨੇ ਉਹ ਪਾ ਪੂ ਕੇ ਪੂਰੇ ਪਾਲੇ ਵੀ ਦੇਖੀ ਜਾਓ ਹੁਣ ਤਾਂ ਭੇਜਦੇ ਨਹੀਂ ਪਰ ਐਂ ਲਾ ਲਓ ਦੋ ਘੰਟਿਆਂ ਬਾਅਦ ਪੂਰਾ ਨੀਚੇ ਅੰਡਰਵੇਅਰ ਤੱਕ ਪਾਣੀ ਭਰਿਆ ਹੋਇਆ ਸੀ ਪੂਰਾ ਗਿੱਲਾ ਮੀਂਹ ਬਾਰਿਸ਼ ਹੋ ਰਹੀ ਹੈ ਉੱਤੋਂ ਬੰਦਾ ਮੋਟਰਸਾਈਕਲ ਚਲਾ ਰਿਹਾ ਛੱਤ ਸਿਰ ਲੁਕਾਉਣ ਤੱਕ ਪੂਰੀ ਪੂਰੇ ਰਸਤੇ 'ਚ ਕਿਤੇ ਵੀ ਜਗ੍ਹਾ ਨਹੀਂ ਸੀ ਅਤੇ ਹੌਲੀ ਹੌਲੀ ਮੋਟਰਸਾਈਕਲ 'ਤੇ ਜਾ ਰਹੇ ਹਾਂ ਸਿੱਧਾ ਗਿੱਲੇ ਕੱਪੜੇ ਸਾਰਾ ਕੁਛ ਗਿੱਲਾ ਹਵਾ ਪੈਂਦੀ ਹੈ ਪੂਰੀ ਐਂ ਲੱਗ ਰਿਹਾ ਠੰਡ ਲੱਗ ਰਿਹਾ ਕਾਂਬਾ ਚੜ ਰਿਹਾ ਦੇਖ ਰਹੇ ਪਹੁੰਚ ਜੇ ਬੰਦਾ ਰੁਕ ਵੀ ਨਹੀਂ ਸਕਦਾ ਬਾਰਿਸ਼ ਹੋ ਰਹੀ ਹੈ ਚੱਲੂਗਾ ਤਾਂ ਠੰਡ ਲੱਗ ਰਹੀ ਹੈ ਬੰਦਾ ਉਲਝਿਆ ਪਿਆ ਰਸਤੇ ਦੇ ਵਿੱਚ ਕੋਈ ਹੈਲਪ ਕਰਨ ਵਾਲਾ ਕੋਈ ਨਹੀਂ ਹੈਗਾ ਬਾਰਿਸ਼ ਸੀਗੀ ਕੋਈ ਆਸ ਪਾਸ ਉਹ ਆ ਨਹੀਂ ਰਿਹਾ ਉਹ ਕੀ ਆਪਣੇ ਰੋੜਾਂ ਹੁੰਦੀਆਂ ਨੇ ਆਪਣੀਆਂ ਸੜਕਾਂ ਹੁੰਦੀਆਂ ਨੇ ਉਹ ਸੜਕ ਵੀ ਨਹੀਂ ਹੈਗੀ ਸਿਰਫ ਬਸ ਪੱਥਰੀ ਪੱਥਰ ਨੇ ਦੂਰ ਦੂਰ ਤੱਕ ਅਤੇ ਉਹਦੇ ਵਿੱਚ ਕੀ ਹੋਇਆ ਜੀ ਉੱਥੇ ਜਾ ਕੇ ਐਂ ਤਾਂ ਲੱਗਿਆ ਕਿ ਸ਼ਾਇਦ ਬਈ ਅੱਜ ਪਤਾ ਨਹੀਂ ਬਚਿਆ ਜਾਊ ਪਤਾ ਨਹੀਂ ਨਹੀਂ ਸ਼ਾਇਦ ਕਿਤੇ ਅੰਤ ਵੀ ਹੋ ਸਕਦਾ ਨੈਟਵਰਕ ਹੈ ਉੱਥੇ ਕੀ ਹੋਊਗਾ ਚੱਲ ਹੌਲੀ 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 ਉਹ ਠੰਡ ਅਣਜਾਣ ਰਸਤੇ ਤੇ ਜਿਵੇਂ ਕੋਈ ਹਿੱਲ ਸਲਾਈਡਿੰਗ ਵਗੈਰਾ ਵੀ ਹੋ ਸਕਦੀ ਇਹ ਵੀ ਹੋ ਰਹੀਆਂ ਸੀ ਹਨਾ ਇਹ ਵੀ ਹੋ ਰਹੀਆਂ ਸੀ ਪਹਿਲਾਂ ਤਾਂ ਦੇਖ ਕੇ ਡਰ ਲੱਗਦਾ ਹੁੰਦਾ ਸੀ ਕਿ ਹਿੱਲ ਸਲਾਈਡਾਂ ਹੋ ਰਹੀਆਂ ਪੱਥਰ ਡਿੱਗ ਰਿਹਾ ਹੁਣ ਦੇਖ ਹੀ ਇੰਨੀਆਂ ਲਈਆਂ ਕਿ ਯਾਰ ਦੇਖੀ ਜਾਊਗੀ ਕਿ ਆਪਦੀ ਸੇਫਟੀ ਕਿਤੋਂ ਦੂਰੋਂ ਦਿਖ ਰਹੇ ਆ ਲੱਗ ਜਾਂਦਾ ਪਤਾ ਕਿ ਪੱਥਰ ਪੁੱਥਰ ਡਿੱਗ ਰਹੇ ਨੇ ਕਿ ਪਹਿਲਾਂ ਹੀ ਦੂਰ ਖੜ ਜਾਓ ਜਾਂ ਫਟਾਫਟ ਲੰਘਾ ਕੇ ਲੰਘ ਜਾਓ ਇਹ ਚੀਜ਼ਾਂ ਵੀ ਬਹੁਤ ਚੀਜ਼ਾਂ ਹੋ ਰਹੀਆਂ ਸੀ ਹਿੱਲ ਸਲਾਈਡਾਂ ਅਤੇ ਹੋਰ ਟਰੱਕ ਟਰੁੱਕ ਮਾੜੇ ਮੋਟੇ ਜਾ ਰਹੇ ਸੀਗੇ ਅਤੇ ਹੋਰ ਦੱਸਦਾ ਉਹ ਰਸਤੇ ਦੇ ਵਿੱਚ ਕੀ ਸੀਗਾ ਬਾਰਿਸ਼ ਆਉਣ ਕਾਰਨ ਕਿਹੜਾ ਰਸਤਾ ਸੀਗਾ ਰੋਡ ਰੂਡ ਤਾਂ ਕਿਹੜੀ ਆ ਚਿੱਕੜ ਹੋਇਆ ਪਿਆ ਸੀਗਾ ਪੂਰਾ ਗਾਰਾ ਗਾਰੇ ਦੇ ਵਿੱਚ ਇੱਕ ਦੋ ਵਾਰ ਬਾਈਕ ਸਲਿੱਪ ਵੀ ਕੀਤਾ ਬਹੁਤ ਡਰ ਉਦੋਂ ਐਂ ਲੱਗਿਆ ਸੀ ਕਿ ਪਤਾ ਨਹੀਂ ਯਾਰ ਕਿਤੇ ਸਲਿੱਪ ਕਰਦੇ ਕਰਦੇ ਪਹਾੜੀ ਦੇ ਨੀਚੇ ਨਾ ਡਿੱਗੇ ਜੀ ਆਹ ਚੀਜ਼ ਹੈਗੀ ਸੀ ਕਈ ਵਾਰ ਇੱਦਾਂ ਦੀਆਂ ਮੈਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਦੇਖਦੇ ਹਾਂ ਵੀ ਜਦੋਂ ਇੱਕ ਪਾਸੋਂ ਪਾਣੀ ਆ ਰਿਹਾ ਕਾਫੀ ਤਿੰਨ ਚਾਰ ਬਾਈਕਰ ਜਾਂ 10 ਬਾਈਕਰ ਖੜੇ ਹੈ ਉਹ ਇੱਕ ਇੱਕ ਕਰਕੇ ਲੰਘਾ ਕੇ ਲੈ ਕੇ ਇਹ ਚੀਜ਼ ਬਈ ਹੈ ਉੱਥੇ ਦੇਖਣ 'ਚ ਡਰ ਲੱਗਦਾ ਵੀ ਇਹ ਲੰਘੂਗਾ ਤਾਂ ਨਹੀਂ ਲੰਘਣਾ ਹਨਾ ਹਾਂ ਇਹ ਚੀਜ਼ ਤਾਂ ਇਹ ਬਈ ਹਾਂ ਇੱਕ ਦਿਨ ਪਹਿਲਾਂ ਸਾਰਚੂ ਸਾਡੇ ਨਾਲ ਹੋਇਆ ਸੀ ਉੱਥੇ ਕਦੋਂ ਅਸੀਂ ਗਏ ਸੀਗੇ ਸਾਰਚੂ ਤੋਂ ਪਹਿਲਾਂ ਰਿਵਰ ਕਰੋਸਿੰਗ ਆਉਂਦੀ ਬਹੁਤ ਵੱਡੀ ਲਗਭਗ ਆਪਾਂ ਜੇ ਥੱਲੋਂ ਲਾ ਲਈਏ ਗੋਡੇ ਤੋਂ ਉੱਤੇ ਉੱਤੇ ਤੱਕ ਤਾਂ ਐਂ ਲਾ ਲਓ ਅੱਧਾ ਬੰਦਾ ਪੂਰਾ ਆ ਜਾਓ ਇੰਨਾ ਪਾਣੀ ਸੀਗਾ ਇੰਨਾ 'ਚੋਂ ਬਾਈਕ ਕੱਢਣੇ ਨੇ ਉਦੋਂ ਇੱਕ ਚੀਜ਼ ਟਰੈਵਲਿੰਗ ਦੀ ਇਹ ਚੀਜ਼ ਵਧੀਆ ਆ ਜਾਂਦੀ ਹੈ ਕਿ ਹੋਰ ਟਰੈਵਲਰ ਨੇ ਇੱਕ ਦੂਜੇ ਦੇ ਫੁੱਲ ਜ਼ੋਰ ਲਾ ਕੇ ਮਦਦ ਕਰਦੇ ਨੇ ਕਿ ਆਪਦਾ ਬੰਦਾ ਜੁੱਤੇ ਗਿੱਲੇ ਹੋ ਰਹੇ ਕੁਛ ਕਰ ਰਹੇ ਬਾਈਕ ਖੜਾਉਂਦੇ ਨੇ ਚਾਰ ਬੰਦੇ ਇਕੱਠੇ ਜਾਂਦੇ ਨੇ ਚਾਰੇ ਬੰਦੇ ਪਹਿਲਾਂ ਤੇਰਾ ਬਾਈਕ ਕਢਾਈਏ ਫਿਰ ਮੈਂ ਤੇਰਾ ਕਢੂੰ ਬਾਰੀ ਵੱਟੇ ਇਹ ਕਢਾਉਂਦੇ ਨੇ ਇਹ ਪੋਜ਼ਿਟਿਵਿਟੀ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਆਹ ਚੀਜ਼ਾਂ ਤਾਂ ਮੌਨਸੂਨ ਦੇ ਸੀਜ਼ਨ ਦੇ ਵਿੱਚ ਆਪਣਾ ਅਕਸਰ ਦੇਖਣ ਨੂੰ ਮਿਲਦੀਆਂ ਨੇ ਚਾਹੇ ਸਪੀਤੀ ਸਾਈਡ ਚੱਲ ਜਾਈਏ ਚਾਹੇ ਲੇਹ ਸਾਈਡ ਚੱਲ ਜਾਈਏ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ ਜਿਹਦੇ ਵਿੱਚ ਆਪਾਂ ਲਾ ਲਈਏ ਬੇਵਕੂਫੀ ਵੀ ਕਈ ਬੰਦੇ ਕਰ ਦਿੰਦੇ ਨੇ ਹੁਣ ਇੱਕ ਰੀਸੈਂਟਲੀ ਖਬਰ ਆਈ ਹੈ ਲੇਹ ਸਾਈਡ ਸੀਗਾ ਅਤੇ ਉਹ ਚੱਲ ਗਿਆ ਉੱਧਰਲੀ ਸਾਈਡ ਚੱਲ ਗਿਆ ਉਹ ਉਮਲਿੰਗਲਾ ਪਾਸ ਹੈ ਵਰਲਡ ਦਾ ਹਾਈਐਸਟ ਪਾਸ ਹੈ ਉੱਥੇ ਨਾ ਆਕਸੀਜਨ ਥੋੜ੍ਹੀ ਘੱਟ ਹੈ ਅਤੇ ਗਿਆ ਬੰਦਾ ਪੂਰਾ ਸੋਲੋ ਅਤੇ ਉਹ ਬੰਦੇ ਦੀ ਡੈਥ ਹੋ ਗਈ ਮਤਲਬ ਮੈਂ ਤਾਂ ਇਹ ਕੋਸ਼ਿਸ਼ ਕਰਦੀ ਕਿ ਤੂੰ ਐਡਵੈਂਚਰ ਕਰ ਰਿਹਾ ਚਾਹੇ ਕੋਈ ਬੰਦਾ ਫੜ ਲਾ ਨਾਲ ਚਾਹੇ ਜਾਂ ਟਰੈਕਿੰਗ ਕੰਪਨੀ ਨਾਲ ਜਾਂ ਕੋਈ ਵੀ ਕੰਪਨੀ ਨਾਲ ਬੰਦਾ ਕੋਈ ਨਾ ਕੋਈ ਕੋਸ਼ਿਸ਼ ਕਰਦਾ ਕਿ ਮਰਜ਼ੀ ਕਿਵੇਂ ਨਾ ਕਿਵੇਂ ਬੰਦਾ ਫੜ ਕੇ ਉਹਦੇ ਨਾਲ ਜਾਵਾਂ ਕਿ ਸਾਥ ਹੋਵੇ ਕੋਈ ਦਿੱਕਤ ਕੱਲ ਨੂੰ ਆਉਂਦੀ ਹੈ ਸੱਟ ਫੇਟ ਲੱਗਦੀ ਹੈ ਕੋਈ ਨਾ ਕੋਈ ਸਾਥ ਹੋਵੇ ਉਹ ਬੰਦਾ ਇਕੱਲਾ ਸੀ ਉਹਦੇ ਕਾਰਨ ਦਿੱਕਤ ਆਈ ਕਈ ਇਹ ਐਡਵੈਂਚਰ ਵੀ ਕਰਦੇ ਨੇ ਅਤੇ ਆਹ ਐਡਵੈਂਚਰ ਇਹ ਚੀਜ਼ਾਂ ਆਪਣੇ 'ਚ ਨਹੀਂ ਆਈਆਂ ਇੱਕ ਬੰਦਾ ਮੈਂ ਥਾਈਲੈਂਡ ਸੀਗਾ ਮੈਨੂੰ ਗੋਰਾ ਮਿਲਿਆ 20 ਸਾਲ ਦਾ ਮੁੰਡਾ ਸੀਗਾ ਅਤੇ ਉਹ ਬੰਦਾ ਕਹਿੰਦਾ ਇੱਕ ਉੱਥੇ ਆਈਲੈਂਡ ਸੀਗਾ ਆਈਲੈਂਡ ਦੇ ਵਿੱਚ ਕੋਈ ਕੋਈ ਬੰਦਾ ਨਹੀਂ ਰਹਿੰਦਾ ਕੁਛ ਨਹੀਂ ਕਹਿੰਦਾ ਕਹਿੰਦਾ ਮੈਂ ਬੈਗ ਭਰ ਕੇ ਲੈ ਕੇ ਗਿਆ ਖਾਣੇ ਪਾਣੀ ਦਾ ਸਾਰਾ ਕੁਛ ਦਾ ਚੁੱਲ੍ਹਾ ਚੁੱਲ੍ਹਾ ਸਾਰਾ ਕੁਛ ਕਹਿੰਦਾ 30 ਦਿਨ ਮੈਂ ਜੰਗਲ 'ਚ ਇਕੱਲਾ ਲਾ ਕੇ ਆਇਆ 20 ਸਾਲ ਦਾ ਬੰਦਾ
ਜਿੱਦਾਂ ਮਤਲਬ ਕਿ ਜਿਹੜੇ ਟਰੈਵਲਿੰਗ ਦੀਆਂ ਵੱਖ ਵੱਖ ਆਪਾਂ ਗੱਲ ਕੀਤੀ, ਕੈਟੇਗਰੀਆਂ ਹੋ ਗਈਆਂ, ਸੋਲੋ ਹੋ ਗਈ, ਹਾਈ ਚਿਕਿੰਗ ਹੋ ਗਈ, ਜਾਂ ਬਾਈਕ ਰਾਈਡਰ ਹੋ ਗਏ, ਕਾਰ 'ਤੇ ਕਰਦੇ ਆ ਕਈ, ਤੁਹਾਨੂੰ ਕਿਹੜੀ ਜ਼ਿਆਦਾ ਪਸੰਦ ਹੈ, ਕਿਸ ਚੀਜ਼ ਦੇ ਵਿੱਚ ਤੁਸੀਂ ਜ਼ਿਆਦਾ ਟਰੈਵਲ ਕਰਦੇ ਹੋ? ਬਈ ਮੈਨੂੰ ਹਜੇ ਤੱਕ ਜ਼ਿਆਦਾ ਚੀਜ਼ਾਂ ਦੋ ਪਸੰਦ ਆਈਆਂ। ਇੱਕ ਤਾਂ ਬਾਈਕ ਟ੍ਰਿਪ ਪਸੰਦ ਆ ਗਈ, ਬਾਈਕ 'ਤੇ ਪਹਾੜਾਂ, ਇੱਥੇ ਹਾਈਵੇ ਤਾਂ ਬੜਾ ਔਖਾ, ਦੇਖੋ ਬਾਈਕ 'ਤੇ ਲਾਉਣਾ ਗਰਮੀ ਵੀ ਹੁੰਦੀ ਹੈ, ਪਹਾੜਾਂ 'ਤੇ ਮੋਟਰਸਾਈਕਲ ਉਦੋਂ ਐਂ ਟੇਢਾ ਟੇਢਾ ਪਹਾੜਾਂ ਜਾਂਦਾ ਨਾ, ਉਦੋਂ ਬੜਾ ਸਵਾਦ ਆਉਂਦਾ, ਉਦੋਂ ਵਧੀਆ ਐਡਰੀਨਲਿਨ ਰਸ਼ ਹੁੰਦਾ ਅਤੇ ਉਦੋਂ ਕਾਫੀ ਸਵਾਦ ਆਉਂਦਾ। ਇੱਕ ਤਾਂ ਇਹ ਚੀਜ਼ ਮੈਨੂੰ ਵਧੀਆ ਲੱਗੀ, ਅਤੇ ਨਾਲ ਕੀ ਹੁੰਦਾ ਗੱਡੀ 'ਚ ਬੰਦਾ ਹਵਾ ਇਨਵਾਇਰਮੈਂਟ ਐਕਸਪੀਰੀਅੰਸ ਨਹੀਂ ਕਰ ਪਾਉਂਦਾ, ਉੱਥੇ ਬੰਦਾ ਬਾਈਕ 'ਤੇ ਐਕਸਪੀਰੀਅੰਸ ਕਰ ਪਾਉਂਦਾ ਅਤੇ ਸਲੋ ਹੁੰਦਾ, ਉਹ ਚੀਜ਼ ਬਾਈਕ ਦੀ ਦਾਮ ਮੈਨੂੰ ਵਧੀਆ ਲੱਗੀ। ਅਤੇ ਦੂਜੀ ਮੈਨੂੰ ਵਧੀਆ ਲੱਗੀ ਟਰੈਕਿੰਗ, ਉਹਦੇ ਵਿੱਚ ਕੀ ਹੁੰਦਾ ਬੰਦਾ ਹੌਲੀ ਹੌਲੀ ਚੱਲਦਾ, ਨੇਚਰ ਨੂੰ ਪੂਰਾ ਦੇਖਦੇ ਦੇਖਦੇ, ਦਰੱਖਤ ਇਨਵਾਇਰਮੈਂਟ, ਕਿਤੇ ਥੱਕ ਗਿਆ ਬੈਠ ਗਿਆ, ਬੈਠ ਕੇ ਸੋਚ ਰਿਹਾ ਕਿੰਨਾ, ਬੰਦਾ ਸਲੋ ਟਰੈਵਲ ਕਰਦਾ ਉਨਾ ਮਜ਼ਾ ਆਉਂਦਾ, ਉਹ ਚੀਜ਼ ਨੂੰ ਪੂਰਾ ਜਾਣ ਕੇ ਚੱਲਦਾ। ਤਾਂ ਕਰਕੇ ਮੈਨੂੰ ਬਹੁਤ ਇਹ ਚੀਜ਼ਾਂ ਵਧੀਆ ਲੱਗੀਆਂ। ਹਜੇ ਤੱਕ ਮੈਂ ਟਰਾਈ ਨਹੀਂ ਕੀਤੀ। ਕਈ ਬੰਦੇ ਸਾਈਕਲਾਂ 'ਤੇ ਸਫ਼ਰ ਕਰਦੇ ਆ ਪਹਾੜਾਂ ਦੇ ਵਿੱਚ, ਕਿਵੇਂ ਕਾਫੀ ਫੇਮਸ ਯੂਟਿਊਬਰ ਹੈ ਘੁੱਦਾ ਸਿੰਘ, ਦੇਖਿਆ ਹੋਣਾ, ਉਹ ਵੀ ਕਰਦੇ ਰਹਿੰਦੇ ਨੇ, ਉਹ ਚੀਜ਼ ਮੈਂ ਟਰਾਈ ਕਰਕੇ ਦੇਖਣੀ। ਉਹਦੇ ਵਿੱਚ ਪਹਾੜਾਂ ਦੇ ਵਿੱਚ ਕਰ ਰਿਹਾ, ਉਹਦੇ ਵਿੱਚ ਹੋਰ ਸਲੋ ਕਰ ਰਿਹਾ, ਹੋਰ ਬੰਦਾ ਚੀਜ਼ ਨੂੰ ਜਾਣ ਕੇ ਅੱਗੇ ਵੱਧ ਰਿਹਾ। ਅਤੇ ਬਾਕੀ ਹੋਰ ਜੇ ਆਪਾਂ ਐਡਵੈਂਚਰ ਤਾਂ ਮੈਨੂੰ ਕਾਫੀ ਪਸੰਦ ਆਏ ਨੇ, ਕਿਵੇਂ ਇੱਕ ਡ੍ਰੀਮ ਹੈ ਕਿ ਸਕਾਈ ਡਾਈਵਿੰਗ ਕਰਨੀ ਹੈ, ਸਕਾਈ ਡਾਈਵਿੰਗ ਕਰਨੀ, ਪਰ ਦੁਬਈ ਵੀ ਆਪਣੇ ਇੰਡੀਆ 'ਚ ਵੀ ਹੁੰਦੀ, ਹਰਿਆਣੇ ਦੇ ਵਿੱਚ ਨਾਰਨੌਲ ਦੇ ਵਿੱਚ, ਗੁੜਗਾਉਂ ਦੇ ਲਵੇ। ਜਿਹੜੇ ਲੋਕ ਹੁਣ ਪਹਾੜਾਂ ਦੇ ਵਿੱਚ ਰਹਿੰਦੇ ਆ ਉਹ ਤਾਂ ਡੇਲੀ ਟਰੈਕਿੰਗ ਕਰਦੇ ਹੋਣਗੇ, ਹੈ ਨਾ, ਉਹਨਾਂ ਨੂੰ ਮਤਲਬ ਕਿ ਮੇਰੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਵੀ ਉਨਾ ਹੀ ਆਨੰਦ ਆਉਂਦਾ ਹੈ, ਜਾਂ ਜਿਹੜੇ ਬੰਦੇ ਕਦੇ ਕਦੇ ਕਰਦੇ ਜਾ ਕੇ ਟਰੈਕ ਉਹਨਾਂ ਨੂੰ ਵਧੀਆ ਲੱਗਦੀ ਹੈ ਉਹ ਚੀਜ਼? ਬਈ ਕਿਹੜਾ ਬੰਦਾ ਕਿਹੜੇ ਇਨਵਾਇਰਮੈਂਟ 'ਚ ਰਹਿੰਦਾ ਉਹਦਾ ਉਹਦਾ ਆਦੀ ਹੋ ਜਾਂਦਾ, ਉਹਨਾਂ ਨੂੰ ਕੁਛ ਖਾਸ ਮਿਲਣਾ ਮੇਰੇ ਹਿਸਾਬ ਨਾਲ ਤਾਂ ਠੀਕ ਹੈ, ਪੀਸ 'ਚ ਰਹਿੰਦੇ ਨੇ, ਠੀਕ ਹੈ, ਟੈਨਸ਼ਨ ਘੱਟ ਹੈ, ਸਟ੍ਰੈਸ ਘੱਟ ਹੋ ਸਕਦਾ, ਉਹਨਾਂ ਨੂੰ ਆਪਣੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਵਧੀਆ ਲੱਗਦੀਆਂ ਹੋਣ। ਹਾਂ, ਹਰੇਕ ਵਾਰ ਇਹੀ ਹੁੰਦਾ ਬਈ ਆਪਾਂ ਨੂੰ ਆਪਦੀ ਥਾਲੀ ਦਾ ਨਹੀਂ ਦੂਜੀ ਥਾਲੀ ਦਾ ਲੱਡੂ ਵਧੀਆ ਲੱਗਦਾ। ਇੱਕ ਚੀਜ਼ 'ਚ ਬੈਠੇ ਹਾਂ, ਕਦੋਂ ਆਪਾਂ ਕੋਈ ਹੋਰ ਚੀਜ਼ ਐਕਸਪੀਰੀਅੰਸ ਕਰਦੇ ਹਾਂ ਉਹ 'ਚ ਆਪਾਂ ਨੂੰ ਵਧੀਆ ਲੱਗਦੀ ਹੈ। ਆਪਾਂ ਸ਼ਹਿਰ ਦੇ ਨੇ, ਹਸਲ ਬਸਲ ਦੇ ਵਿੱਚ ਬੈਠੇ ਹਾਂ, ਭੀੜ ਭੜੱਕੇ, ਪੀ ਪਾਂ ਪੂ ਪਾਂ, ਕੋਈ ਸ਼ਾਂਤੀ ਮਿਲ ਜਾਂਦੀ, ਆਪਾਂ ਨੂੰ ਵਧੀਆ ਲੱਗ ਜਾਂਦੀ ਹੈ। ਅਤੇ ਉਹ ਕਦੋਂ ਵੱਡੀਆਂ ਬਿਲਡਿੰਗਾਂ ਦੇਖਦੇ ਨੇ, ਉਹਨਾਂ ਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ, ਵੱਡੇ ਵੱਡੇ ਸੜਕਾਂ ਦੇਖਦੇ ਨੇ, ਆਹ ਚੀਜ਼ ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਐਡਵੈਂਚਰ ਦੀ ਗੱਲ ਕਰੀਏ, ਤਾਂ ਤੁਸੀਂ ਕਿਹੜੇ ਕਿਹੜੇ ਐਡਵੈਂਚਰ ਸਪੋਰਟਸ ਨੇ ਜਿਹੜੇ ਉਹ ਕੀਤੇ ਆ ਹੁਣ ਤੱਕ? ਬਈ ਮੈਂ ਸਕੀਇੰਗ ਕੀਤੀ ਹੈ ਗੁਲਮਰਗ ਦੇ ਵਿੱਚ। ਕੀ ਹੁੰਦੀ ਹੈ ਐਕਸਪਲੇਨ, ਨਾਲ ਨਾਲ ਤੁਸੀਂ ਐਕਸਪਲੇਨ ਵੀ ਕਰਦੇ ਹੋ। ਸਕੀਇੰਗ ਦੇ ਵਿੱਚ ਬਈ ਕੀ ਹੁੰਦਾ, ਐਡਾ ਫੱਟਾ ਹੁੰਦਾ, ਦੋ ਫੱਟੇ ਹੁੰਦੇ ਨੇ ਪੈਰਾਂ 'ਤੇ ਬੰਨੇ ਜਾਂਦੇ ਨੇ ਜੀ, ਪਹਾੜ ਤੋਂ ਬੰਦਾ ਉਹ ਫੱਟੇ ਬੰਨ ਕੇ ਸਲਾਈਡ ਕਰਦਾ ਕਰਦਾ ਵਿੱਚ ਆਉਂਦਾ, ਕਲਿੱਪ ਵੀ ਆਪਾਂ ਬਰਫ਼ ਦੇ ਉੱਪਰ, ਬਰਫ਼ ਦੇ ਉੱਤੇ ਜਿਹੜੇ ਉਹ ਨਾਲ ਨਾਲ ਜੇ ਵੀ ਹੁੰਦੇ ਹਨ, ਆਹ ਚੀਜ਼ ਹੁੰਦੀਆਂ ਨੇ, ਠੀਕ ਹੈ, ਸਲਿਪਰੀ ਜਿਹਾ ਹੁੰਦਾ, ਸਲਿਪਰੀ ਜਿਹਾ ਹੁੰਦਾ, ਉਹਦੇ ਬੰਦਾ ਤਲਸਦਾ ਹੁੰਦਾ ਹੈ ਮਾਰ। ਮੇਰੀ ਇਹ ਪਲੈਨਿੰਗ ਵੀ ਹੈ ਬਈ ਆਪਣੇ ਸਰਕਾਰੀ IIMS ਹੁੰਦਾ, ਇੰਡੀਅਨ ਇੰਸਟੀਟਿਊਟ ਆਫ ਮਾਊਂਟੇਨਿੰਗ ਐਂਡ ਸਕੀਇੰਗ, ਗੁਲਮਰਗ ਸਰਕਾਰੀ ਬਹੁਤ ਤਕੜਾ ਬਣਿਆ ਹੋਇਆ, ਉੱਥੇ ਪਲੈਨਿੰਗ ਹੈ ਕਿ ਉੱਥੇ ਕੋਰਸ ਹੁੰਦਾ। ਗੁਲਮਰਗ ਦੇ ਵਿੱਚ ਬਹੁਤ ਮਹਿੰਗਾ ਜਗ੍ਹਾ ਹੈ, ਕਸ਼ਮੀਰ ਦੇ ਵਿੱਚ ਗੁਲਮਰਗ ਹੈ ਦੱਸਣਾ ਚਾਹੁੰਦਾ, ਉੱਥੇ ਇੱਕ ਦਿਨ ਦਾ ਹੋਟਲ ਦਾ ਖਰਚਾ 5,000 ਰੁਪਏ, ਇੰਨੀ ਮਹਿੰਗੀ ਜਗ੍ਹਾ ਹੈਗੀ ਇੱਥੇ ਕਿਤੇ, ਉਹ ਸਕੀਮ ਦਾ ਉੱਥੇ ਗੌਰਮੈਂਟ ਨੇ ਬਣਾਇਆ ਹੋਇਆ, ਪਰ ਉੱਥੇ ਗੌਰਮੈਂਟ ਨੇ ਸਰਕਾਰੀ ਇੰਸਟੀਟਿਊਟ ਬਣਾਇਆ ਹੋਇਆ ਜਿੱਥੇ ਕਿ 15,000 ਦਾ ਕੋਰਸ ਵਿੱਚ ਹੀ, ਰੋਟੀ ਵਿੱਚ ਹੀ, ਟ੍ਰੇਨਿੰਗ ਵਿੱਚ ਹੀ, ਸਾਰਾ ਕੁਛ 5,000 ਰੁਪਏ। ਕਿੰਨੇ ਦਿਨਾਂ ਦੀ ਉਹ ਟ੍ਰੇਨਿੰਗ? 15 ਦਿਨ ਦੀ। ਮੇਰੀ ਉਹ ਪਲੈਨਿੰਗ ਹੈ ਕਿ ਉਹ ਉੱਥੇ ਜੇ ਸੀਟ ਮਿਲ ਗਈ ਉੱਥੇ 15 ਦਿਨ ਟ੍ਰੇਨਿੰਗ ਕਰਕੇ ਆਵਾਂ। ਉਹ ਸੀਟ ਮਿਲਣ ਵਾਸਤੇ ਕੀ ਕਰਨਾ ਪੈਂਦਾ ਪਹਿਲਾਂ ਉੱਥੇ? ਬਾਈ ਕੀ ਹੈ, ਉੱਥੇ ਕੋਈ ਕੋਰਸ ਕੁਰਸ ਕੁਛ ਰਿਕੁਆਇਰਮੈਂਟ ਨਹੀਂ, ਉੱਥੇ ਹੈਗਾ ਫਸਟ ਕਮ ਫਸਟ ਸਰਵ ਹੈ, ਕਿਹੜਾ ਪਹਿਲਾਂ ਆ ਗਿਆ ਉਹਨੂੰ ਸੀਟ ਮਿਲ ਜੂ। ਲਗਭਗ ਇੱਕ ਬੈਚ 70 ਕੁ ਸੀਟਾਂ ਹੁੰਦੀਆਂ ਨੇ ਉੱਥੇ, ਅਤੇ ਉੱਥੇ ਐਂ ਹੈ ਸੀਟਾਂ ਖੋਲਦੇ ਨੇ, ਮੰਨ ਲਓ ਨਵੰਬਰ ਦੇ ਵਿੱਚ ਦੱਸ ਦੇਣਗੇ ਇੱਦਾਂ ਸੀਟਾਂ ਖੁੱਲਣਗੀਆਂ, ਔਨਲਾਈਨ ਹੀ ਖੁੱਲਦੀਆਂ ਨੇ, ਕਿੱਦਾਂ ਸੀਟਾਂ ਖੁੱਲ ਗਈਆਂ ਕਹਿੰਦੇ, ਹਰੇਕ ਸਾਲ 5 ਤੋਂ 7 ਮਿੰਟ ਦੇ ਵਿੱਚ ਸਾਰੀਆਂ ਸੀਟਾਂ ਫਿੱਲ ਹੋ ਜਾਂਦੀਆਂ ਨੇ। ਇੰਡੀਆ ਦੇ ਵਿੱਚ ਕੋਈ ਕਿੱਥੋਂ ਕੋਈ ਕਿੱਥੋਂ ਚੱਕ ਲੈਂਦਾ, ਜੇ ਔਨਲਾਈਨ ਕਰਨਾ ਪੈਂਦਾ ਔਨਲਾਈਨ ਹੁੰਦਾ ਸਿਸਟਮ, ਠੀਕ ਹੈ। ਇਹ ਆਪਣੇ ਇੱਕ ਤਾਂ ਪੋਪੂਲਰ ਹੈ ਗੁਲਮਰਗ ਜੀ, ਇਹ ਵੀ ਸਰਕਾਰੀ ਹੈ, ਮਨਾਲੀ ਹੈ ਉੱਥੇ ਵੀ ਸਰਕਾਰੀ ਹੈ, ਅਤੇ ਇੱਕ ਹੈਗਾ ਉੱਤਰਾਖੰਡ ਦੇ ਵਿੱਚ ਓਲੀ ਜਾ ਕਰਕੇ ਜਗ੍ਹਾ, ਜੋਸ਼ੀਮਠ ਦੇ ਨਾਲ, ਜੋਸ਼ੀਮਠ ਹੇਮਕੁੰਡ ਸਾਹਿਬ ਦਾ ਕਿੱਥੋਂ ਟ੍ਰੈਕ ਸਟਾਰਟ ਹੁੰਦਾ ਜੀ, ਉੱਥੋਂ ਹੈ ਉੱਥੇ, ਜੋਸ਼ੀਮਠ ਦੇ ਨਾਲ ਓਲੀ ਹੈ ਉੱਥੇ ਹੈ, ਅਤੇ ਇੱਕ ਹੈਗਾ ਸੋਨਮਰਗ, ਉੱਥੇ ਵੀ ਹੈ। 3-4 ਇੰਸਟੀਟਿਊਟ ਨੇ ਕਿੱਥੇ ਇਹ ਹੁੰਦੀ ਹੈ, ਸਰਕਾਰ ਕਰਵਾਉਂਦੀ ਹੈ, ਬਾਕੀ ਪ੍ਰਾਈਵੇਟ ਬੰਦੇ ਵੀ ਨਾਲ ਕਰਵਾਈ ਜਾਂਦੇ, ਪ੍ਰਾਈਵੇਟ ਬੰਦੇ ਤਾਂ ਇਹੀ ਕੋਰਸ ਦਾ 30-30 ਹਜ਼ਾਰ ਵਾਂਗੂ ਖਰਚਾ ਲੈਂਦੇ ਨੇ 5 ਦਿਨ। ਉਹ ਵੀ ਕੋਈ ਸਰਟੀਫਿਕੇਸ਼ਨ ਦਿੰਦੇ ਆ ਨਾਲ? ਹਾਂ, ਪੂਰਾ ਸਰਟੀਫਾਈਡ ਦਿੰਦੇ ਨੇ, ਕਿ ਮੰਨ ਲਓ ਕਿਹੜਾ ਆਪਾਂ ਟਰੈਕ ਟਰੁੱਕ ਲਾਉਣਾ, ਟਰੈਕ ਦੇ ਗਾਈਡ ਹੁੰਦੇ ਨੇ ਆਪਣੇ, ਕਿ ਮਰਜ਼ੀ ਲਾ ਲਓ, ਗੌਰਮੈਂਟ ਇੱਥੇ ਆਪਣੀ ਸਟ੍ਰਿਕਟ ਹੈ, ਕਿਹੜੇ ਗਾਈਡ ਹੈ, ਸਿਰਫ ਕਿਹਦੇ ਕੋਲ ਸਰਟੀਫਿਕੇਟ ਉਹੀ ਬਣ ਸਕਦਾ ਗਾਈਡ, ਦੂਜਾ ਕੋਈ ਐ ਨਹੀਂ ਹੈਗਾ। ਮੈਨੂੰ ਥੋੜ੍ਹਾ ਮੋਟਾ ਟਰੈਕਿੰਗ ਦਾ ਪਤਾ, ਗਰੁੱਪ ਲੈ ਕੇ ਮੈਂ ਵਗ ਜਾਵਾਂ, ਕਿਹਦੇ ਕੋਲ ਕੋਰਸ ਹੈ ਉਹੀ ਬੰਦਾ ਗਾਈਡ ਬਣ ਕੇ ਜਾਂਦਾ। ਲਓ ਜੀ ਬਈ, ਆਹ ਰਸਤੇ 'ਤੇ ਯਾਤਰੀਆਂ ਨੂੰ ਬਾਹਲਾ ਡਾਊਟ ਹੁੰਦਾ ਕਿ
ਰਸਤਾ ਪੌੜੀਆਂ ਵਾਲਾ ਲੈਤਾ ਜਾਵੇ ਕਾਹ ਵਾਲਾ ਲੈਤਾ ਜਾਵੇ, ਹਰੇਕ ਬੰਦਾ ਸੋਚਦਾ ਪੌੜੀਆਂ ਵਾਲਾ ਯਾਰ ਨੇੜੇ ਦਿਸਦਾ ਰਸਤਾ, ਪਰ ਉਹ ਦੂਰ ਦੀ ਦਿਸਦਾ, ਕਿਹੜੇ ਵਾਲਾ ਰਸਤਾ ਲਿੱਤਾ ਜਾਵੇ। ਇੱਕ ਮੈਂ ਦੱਸਦਾ ਕਿ ਪੌੜੀਆਂ ਵਾਲੇ ਰਸਤੇ ਨਾਲ ਕੀ ਹੁੰਦਾ, ਪੱਟਣ ਦੀ ਜਾਨ ਜ਼ਿਆਦਾ ਲੱਗਦੀ ਆ, ਬੰਦਾ ਜ਼ਿਆਦਾ ਥੱਕਦਾ, ਉਹਦੇ ਨਾਲ ਹੌਲੀ ਹੌਲੀ ਲੰਬਾ ਤਾਂ ਪੈਂਦਾ ਪਰ ਬੰਦਾ ਆਰਾਮ ਨਾਲ ਪਹੁੰਚ ਜਾਂਦਾ। ਮੇਰੇ ਹਿਸਾਬ ਨਾਲ ਜੇ ਜਵਾਨ ਮੁੰਡੇ ਹੈਗੇ ਹੋ ਫਿਰ ਤਾਂ ਇੱਧਰੋਂ ਖਿੱਚ ਦਿਓ, ਜੇ ਨੌਰਮਲ ਪਹਿਲਾਂ ਹੀ ਸਾਹ ਫੁੱਲੀ ਪਈ ਹੈ ਫਿਰ ਪੌੜੀਆਂ ਵਾਲਾ ਰਸਤਾ ਨਾਲ ਕੀ ਹੁੰਦਾ 20 ਮੀਟਰ ਥੱਲੇ ਵਗ ਜਾਂਦਾ ਸਮੁੰਦਰ ਦੇ ਵਿੱਚ, ਆਕਸੀਜਨ ਨਾਲ ਬੰਨਿਆ ਹੁੰਦਾ ਤੇ ਆਸ ਪਾਸ ਕਿਹੜੇ ਜਾਨਵਰ ਹੁੰਦੇ ਨੇ, ਮੱਛੀਆਂ ਮੁੱਛੀਆਂ ਹੋਰ ਸਾਰੀਆਂ ਉਹ ਦੇਂਦੀਆਂ ਨੇ। ਇਹ ਚੀਜ਼ ਤਾਂ ਮੈਨੂੰ ਬੜਾ ਡਰ ਲੱਗਦਾ ਹੁੰਦਾ ਸੀ ਪਹਿਲਾਂ ਕਿ ਬਈ ਐਂ ਲਾ ਲਓ ਚਾਹੇ ਸਮੁੰਦਰ ਤੋਂ ਡਰ ਲੱਗਦਾ, ਮੱਛੀ ਆ ਮੱਛੀਆਂ ਦੇ ਵਿੱਚ ਆਪਾਂ ਫਿਰਦੇ ਜਾਨਵਰ ਕੋਈ ਖਾ ਜਾਂਦਾ ਹੋਵੇ ਕੀ ਹੋਊਗਾ ਇਹ ਹੋਊਗਾ, ਬੜਾ ਡਰ ਲੱਗਦਾ ਸੀ। ਤੇ ਇਹ ਮੈਂ ਕੀਤੀ ਥਾਈਲੈਂਡ ਦੇ ਵਿੱਚ ਕੀਤੀ ਸਨੋਕਲਿੰਗ। ਉੱਥੇ ਕੀ ਹੁੰਦਾ, ਚਲੋ ਬਈ ਬੰਦਾ ਇੱਥੇ ਇੱਥੇ ਤੱਕ ਹੀ ਪਾਣੀ 'ਚ ਹੁੰਦਾ, ਜੈਕਟਾਂ ਪਾਈ ਹੁੰਦੀਆਂ ਨੇ, ਬਾਕੀ ਉੱਤੇ ਹੁੰਦਾ ਬੰਦਾ ਤੇ ਬੰਦੇ ਦੇ ਐਨਕਾ ਡਿਵਾਈਸ ਪਾਇਆ ਹੁੰਦਾ ਐਨਕਾ, ਉਹ ਪਾ ਕੇ ਬੰਦਾ ਸਮੁੰਦਰ ਦੇ ਵਿੱਚ ਦੇਖ ਸਕਦਾ। ਕਦੋਂ ਮੈਂ ਉੱਥੇ ਦੇਖਿਆ ਮੇਰੇ ਅੱਖਾਂ ਦੀਆਂ ਅੱਖਾਂ ਬਈ ਖੁੱਲੀਆਂ ਰਹਿ ਗਈਆਂ ਜਮਾਂ। ਉੱਥੇ ਜੋ ਵਿਊ ਸੀਗਾ, ਇੰਨੀਆਂ ਸੋਹਣੀਆਂ ਮੱਛੀਆਂ, ਇੰਨਾ ਸੋਹਣਾ ਥੱਲੇ ਪੱਥਰ, ਇਹ ਕਿਆ ਵਿਊ। ਫਿਰ ਉੱਥੋਂ ਬਾਅਦ ਲੱਗਿਆ ਕਿ ਕਿਵੇਂ ਹੁੰਦਾ ਨਾ ਬੰਦਾ ਘੁੰਮਦਾ, ਇੱਕ ਲਿਸਟ ਹੋਰ ਟਿੱਕ ਹੋ ਜਾਂਦੀ ਯਾਰ ਜ਼ਿੰਦਗੀ 'ਚ ਆ ਵੀ ਕਰਨਾ। ਫਿਰ ਉਹ ਹੋਇਆ ਸਿਸਟਮ ਕਿ ਯਾਰ ਹੁਣ ਸਕੂਬਾ ਡਾਈਵਿੰਗ ਕਰਨੀ ਹੈ, ਪਰ ਇਹ ਚੀਜ਼ ਹੋ ਜਾਂਦੀ ਕਰਨੀ ਬੈਸਟ ਜਗ੍ਹਾ ਨਹੀਂ। ਹੁਣ ਤੁਸੀਂ ਕਰ ਚੁੱਕੇ ਹੋ ਸਕੂਬਾ ਸਨੋਕਲਿੰਗ ਕਰਕੇ, ਸਕੂਬਾ ਡਾਈਵਿੰਗ ਮੈਂ ਹੁਣ ਹੈਗੀ ਵਿਚਾਰ ਕਿ ਸਕੂਬਾ ਡਾਈਵਿੰਗ ਕਰਨੀ ਹੈ। ਸਕੂਬਾ ਡਾਈਵਿੰਗ ਕਿਸੇ ਬੰਦੇ ਨੇ ਕਰਨੀ ਹੋਵੇ, ਜੇ ਇੰਡੀਆ 'ਚ ਕਰਨੀ ਹੋਵੇ ਅੰਡੇਮਾਨ ਕਰਕੇ ਆਈਲੈਂਡ, ਅੰਡੇਮਾਨ ਨਿਕੋਬਾਰ ਕਿਤੇ ਕਾਲਾ ਪਾਣੀ ਹੈ, ਉੱਥੇ ਦੀ ਬੈਸਟ ਕਹਿੰਦੇ ਨੇ ਇੰਡੀਆ ਦੇ ਵਿੱਚ, ਉੱਥੇ ਕਰਕੇ ਆਵੇ, ਜਾਂ ਬਾਲੀ ਕਰ ਲਏ ਜਾਂ ਥਾਈਲੈਂਡ ਫੁਕੇਟ ਕਰਕੇ ਸ਼ਹਿਰ ਉੱਥੇ ਕਰ ਲਏ, ਇਹ ਸਿਸਟਮ ਹੈ। ਜਿਵੇਂ ਐਡਵੈਂਚਰ ਸਪੋਰਟਸ ਤੁਸੀਂ ਕੀਤੀਆਂ, ਡਿਫਰੈਂਟ ਟਰਾਈ, ਤੁਸੀਂ ਕੋਈ ਇੱਦਾਂ ਦੀ ਟਰਾਈ ਕੀਤੀ ਹੈ ਜਿਹਦੇ 'ਚ ਬਹੁਤ ਜ਼ਿਆਦਾ ਡਰ ਲੱਗਿਆ ਹੋਵੇ, ਵੀ ਜਿਹਨੇ ਕੰਨਾਂ ਨੂੰ ਹੱਥ ਲਵਾਤੇ ਹੋਣ ਵੀ ਯਾਰ ਇਹ ਨਹੀਂ ਕਰਨੀ ਇੱਦੋਂ ਮੁੜ ਕੇ ਆਪਾਂ ਨੇ? ਬਈ ਇਹ ਐਡਵੈਂਚਰ ਸਪੋਰਟ ਹੈ ਨਹੀਂ ਗੇ ਵੈਸੇ ਦੇਖਿਆ ਜਾਵੇ ਕਿ ਕਰਨ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੀ ਬਣੂ, ਉਦੋਂ ਬੰਦਾ ਕਰ ਲੈਂਦਾ ਉਦੋਂ ਐਂ ਲੱਗਦਾ ਚੀਜ਼ ਯਾਰ ਇਹ ਇੱਕ ਵਾਰ ਜ਼ਿੰਦਗੀ 'ਚ ਦੁਬਾਰਾ ਟਰਾਈ ਕਰਨੀ ਹੈ। ਹੁਣ ਮੰਨ ਲਓ ਆਪਾਂ ਲਾਈ ਜਾਵੇ, ਹੁਣ ਹੇਮਕੁੰਡ ਸਾਹਿਬ ਦੀ ਚੜ੍ਹਾਈ ਮੈਂ 3 ਵਾਰ ਚੜ੍ਹੀ ਹੈ ਜੀ, ਕਦੋਂ ਚੜ੍ਹੀ ਪਹਿਲੀ ਵਾਰ, ਚੜ੍ਹਦੇ ਹੋਏ ਐਂ ਲੱਗਿਆ ਕਿ ਬਈ ਹੁਣ ਆ ਗਏ ਬਾਬਾ ਪਹੁੰਚਾ ਦੇ, ਬਸ ਇੱਕ ਵਾਰ ਪਹੁੰਚਾ ਦੇ ਅਗਲੀ ਵਾਰ ਮੈਂ ਤਾਂ ਨਹੀਂ ਆਉਂਦਾ, ਆਕਸੀਜਨ ਦੀ ਘਾਟ ਹੁੰਦੀ ਹੈ, ਹਾਈਟ ਇੰਨਾ, ਡਿਸਟੈਂਸ ਇੰਨਾ ਜ਼ਿਆਦਾ ਹੈ ਕਿ ਉਦੋਂ ਕੰਨਾਂ ਨੂੰ ਹੱਥ ਲੱਗ ਜਾਂਦੇ ਬਈ ਕੈਂਬਰ 'ਚ ਬਸ ਪਹੁੰਚ ਜਾਈਏ। ਕਦੋਂ ਪਹੁੰਚ ਕੇ ਬੰਦਾ ਚੋਟੀ 'ਤੇ ਪਹੁੰਚ ਜਾਂਦਾ, ਫਿਰ ਐਂ ਲੱਗਦਾ ਦੂਜੀ ਵਾਰ ਇੱਕ ਵਾਰ ਫਿਰ ਆ ਕੇ ਜਾਣਾ। ਕਦੋਂ ਬੰਦਾ ਚੀਜ਼ ਕਰਦਾ ਰਹਿੰਦਾ, ਚੀਜ਼ ਕਰਕੇ ਜਿਹੜਾ ਮਜ਼ਾ ਆਉਂਦਾ, ਵਿਊ ਦੇਖਦਾ, ਆਨੰਦ ਆਉਂਦਾ ਕਿਹੜਾ, ਉਹ ਐਂ ਕਰਦਾ ਇੱਕ ਵਾਰ ਦੁਬਾਰੇ ਕਰਨੀ ਹੈ, ਇਹ ਚੀਜ਼ ਹੁੰਦੀ ਹੈ ਨਹੀਂ ਗੀ। ਠੀਕ ਹੈ, ਹਾਂ। ਅਤੇ ਸਭ ਤੋਂ ਜ਼ਿਆਦਾ ਮਜ਼ਾ ਕਿਸ ਚੀਜ਼ 'ਚ ਆਇਆ ਤੁਹਾਨੂੰ ਐਡਵੈਂਚਰ ਸਪੋਰਟਸ ਦੇ ਵਿੱਚ, ਵਾਰ ਵਾਰ ਕਰਨ ਨੂੰ ਦਿਲ ਵੀ ਕਰਦਾ, ਫੇਵਰੇਟ ਵੀ ਹੈ? ਮੇਰੇ ਹਿਸਾਬ ਨਾਲ ਮੈਨੂੰ ਆਇਆ ਬਾਈਕਿੰਗ ਦੇ ਵਿੱਚ, ਬਾਈਕ ਟ੍ਰਿਪ ਦੇ ਵਿੱਚ। ਸਭ ਤੋਂ ਪਹਿਲਾਂ ਮੰਨ ਲਓ ਆ ਯੂਟਿਊਬ ਤੋਂ ਸ਼ੌਂਕ ਚੜਿਆ ਸੀਗਾ ਕਿ ਕਰਨੀ ਹੈ, ਅਤੇ ਇੱਕ ਕਿਵੇਂ ਕਾਫੀ ਫੇਮਸ ਵਲੋਗਰ ਹੈ ਹਿੰਦੀ ਦਾ ਵਲੋਗਰ ਹੈ ਮੁੰਬਈ ਕਰਨ ਅਖਿਲ, ਉਹਨਾਂ ਨੂੰ ਦੇਖਦੇ ਹੁੰਦੇ ਛੋਟੇ ਹੁੰਦੇ, ਉਹਨਾਂ ਤੋਂ ਹੀ ਆਹ ਯੂਟਿਊਬ ਦੇ ਵਿੱਚ ਆਉਣ ਦਾ ਇੰਟਰਸਟ ਬਣਿਆ, ਬਣ ਗਿਆ। ਫਿਰ ਉਸ ਤੋਂ ਬਾਅਦ ਚੱਲ ਕਾਲਜ ਵਾਲੇ ਮੁੰਡੇ ਅਸੀਂ ਲਵੇ ਤੇੜੇ ਕਰੇਰੀ ਲੇਕ ਹੈਗੀ ਇੱਕ ਧਰਮਸ਼ਾਲਾ ਦੇ ਨੇੜੇ, ਉੱਥੇ ਟਰੈਕ ਲੈਣ ਵਗ ਗਏ ਬਾਈਕਾਂ ਦੇ, ਚੱਲ ਗਏ ਚੱਲ 4-5 ਘੰਟੇ ਦੇ ਸਫ਼ਰ ਅੰਮ੍ਰਿਤਸਰ ਤੋਂ ਤਾਂ, ਅਤੇ ਉੱਥੇ ਪਹਾੜਾਂ 'ਚ ਕਦੋਂ ਟਰੈਵਲ ਕੀਤਾ ਬੜਾ ਮਜ਼ਾ ਆਇਆ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਥੋੜ੍ਹੇ ਦੂਰ ਹੋ ਤੱਕ ਲੰਘੇ ਅਗਲੀ ਵਾਰ ਨੂੰ ਕਦੋਂ ਗਏ, ਫਿਰ ਕਦੋਂ ਲੇਹ ਲਦਾਖ ਦਾ ਟ੍ਰਿਪ ਲਾਇਆ ਮੋਟਰਸਾਈਕਲਾਂ 'ਤੇ, ਉਦੋਂ ਅਸਲ ਪਤਾ ਲੱਗਿਆ ਕਿ ਮਜ਼ਾ ਕੀ ਹੈ। ਫਿਰ ਬਸ ਐਂ ਐਡਵੈਂਚਰ ਕਰਦੇ ਕਰਦੇ, ਉਹਦੇ ਵਿੱਚ ਕਦੇ ਬਾਰਿਸ਼ ਵੀ ਆਉਂਦੀ ਕੁਛ ਆਉਂਦਾ, ਸਟਰਗਲ ਤਾਂ ਔਖਾਈ ਤਾਂ ਆਉਂਦੀ ਹੈ ਪਰ ਉਹ ਚੀਜ਼ 'ਚ ਮਜ਼ਾ ਬੜਾ ਆਉਂਦਾ। ਫਿਰ ਹੁਣ ਕਿਵੇਂ ਮੈਂ ਰੀਸੈਂਟਲੀ ਪਲਾਨ ਕਰ ਰਿਹਾ ਕਿ ਸਪੀਤੀ ਜਾ ਕੇ ਆਵਾਂ, ਸਪੀਤੀ ਦਾ ਬੜਾ ਮੂਡ ਕਰ ਰਿਹਾ, ਅਤੇ ਅੱਗੇ ਇਨ ਫਿਊਚਰ ਮੇਰਾ ਇਹ ਹੈ ਕਿ ਨੌਰਥ ਈਸਟ ਆ ਕਿਹੜੀ 7 ਸਿਸਟਰ ਨੇ, ਮੇਘਾਲਿਆ, ਮਿਜ਼ੋਰਮ, ਸਿੱਕਿਮ ਵਗੈਰਾ, ਨਾਗਾਲੈਂਡ, ਕਿ ਇੱਧਰ ਵੀ ਮੋਟਰਸਾਈਕਲਾਂ 'ਤੇ ਘੁੰਮ ਕੇ ਆ ਜਾਵੇ। ਜੇ ਅਗਰ ਆਪਾਂ ਗੱਲ ਕਰੀਏ ਜਿਵੇਂ ਬਾਕੀ ਜਿਹੜੀ ਟਰੈਕਿੰਗ ਹੋਊਗੀ ਜਾਂ ਪਹਾੜੀਆਂ 'ਤੇ ਚੜ੍ਹਨਾ, ਸਕੂਬਾ ਡਾਈਵਿੰਗ, ਇਹ ਘੱਟ ਲੋਕ ਕਰਦੇ ਆ ਕਿਉਂਕਿ ਐਡਵੈਂਚਰ 'ਚ ਆ ਜਾਂਦੇ ਆ। ਬਾਈਕ ਰਾਈਡਿੰਗ ਜੇ ਆਪਾਂ ਕਰੀਏ ਵੀ ਕੋਮਨ ਵੀ ਹੈ, ਕੋਮਨ ਵੀ ਹੈ। ਬਾਈਕਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਾਈਕ ਦੇ ਮਾਡਲਾਂ ਤੋਂ ਉਸ ਤਰੀਕੇ ਥੋੜ੍ਹਾ ਟੈਕਨੀਕਲ ਆਪਾਂ ਆਉਂਦੇ ਹਾਂ ਵੀ ਜੇ ਪਹਾੜਾਂ ਦੇ ਵਿੱਚ ਸਫ਼ਰ ਕਰਨਾ ਕਿਹੜਾ ਬਾਈਕ ਹੈ ਜਿਹੜਾ ਬੈਸਟ ਰਹਿੰਦਾ ਸਭ ਤੋਂ, ਜਾਂ ਕਿਹਦਾ ਕਿਹੜਾ ਪਲੱਸ ਪੁਆਇੰਟ ਹੈ ਅਤੇ ਨਾਲ ਕਿਸੇ ਦਾ ਮਾਈਨਸ ਪੁਆਇੰਟ ਹੈ ਵੀ ਇਹਦੇ ਕਰਕੇ ਵੀ ਉਹ ਬਾਈਕ ਕਿਸੇ ਨੇ ਮੰਨ ਲਓ ਬਾਈਕ ਖਰੀਦਣਾ ਹੋਵੇ ਨਵਾਂ ਵੀ ਉਹ ਕਿਹੜਾ ਬਾਈਕ ਖਰੀਦ ਸਕਦਾ? ਦੇਖੋ ਬਈ ਚਲਾਉਣ ਵਾਲੇ ਬੰਦੇ ਤਾਂ ਆਪਾਂ ਵੀਡੀਓ ਦੇਖੀ ਹੋਣੀ ਸਪਲੈਂਡਰ ਤੇ ਵੀ ਪਹੁੰਚੀਆਂ, ਹਾਂ ਪਲਟੀਨੇ ਤੇ, ਸਕੂਟਰੀ ਤੇ ਵੀ, ਸਕੂਟਰੀ ਤੇ ਪਹੁੰਚੇ, ਪੁਰਾਣੇ ਸਕੂਟਰ ਤੇ ਵੀ ਪਹੁੰਚ ਰਹੇ ਪਹੁੰਚੇ ਨੇ, ਪਰ ਕਿੰਨਾ ਕੁ ਮੇਰਾ ਐਕਸਪੀਰੀਅੰਸ ਰਿਹਾ ਮੈਂ ਰਿਕਮੈਂਡ ਨਹੀਂ ਕਰੂੰਗਾ। ਅਗਰ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਮੇਰੇ ਹਿਸਾਬ ਨਾਲ ਬੁਲਟ ਆਪਣਾ ਕਿਹੜਾ ਚੱਲਦਾ ਉਹ ਠੀਕ ਹੈ, ਕਿਉਂਕਿ ਇੱਕ ਤਾਂ ਹੈਗਾ ਸਟਰੋਂਗ, ਉਹ ਦਿੱਕਤ ਇੰਨੀ ਦਿੰਦਾ ਨਹੀਂ, ਇੱਕ ਤਾਂ ਇੰਜਨ ਵੱਡਾ ਹੋਣਾ ਚਾਹੀਦਾ, 350 cc ਇੰਜਨ ਹੋਵੇ ਘੱਟੋ ਘੱਟ, 350 ਘੱਟੋ ਘੱਟ ਹੋਵੇ, ਉਹ ਤੋਂ ਛੋਟਾ ਕਿਹੜਾ ਉਹ ਦਿੱਕਤ ਦਿੰਦਾ ਕਿਉਂਕਿ ਗਰਮ ਹੋ ਜਾਂਦਾ,
ਜਾਂ ਕੁਛ ਆ ਜਾਏ। ਇੱਕ ਹੋਰ ਹੁੰਦਾ ਬਈ ਟੈਕਨੀਕਲੀ ਆਪਾਂ ਛੋਟੇ ਹੁੰਦੇ ਕਿਤਾਬਾਂ 'ਚ ਪੜ੍ਹਿਆ ਸੀਗਾ, ਹੁਣ ਉਹ ਚੀਜ਼ਾਂ ਲੱਗਦੀਆਂ ਨੇ, ਕਦੋਂ ਉੱਤੇ ਆਪਾਂ ਜਾਂਦੇ ਹਾਂ ਇੰਜਨ ਦੀ ਕੰਬਸ਼ਨ ਘੱਟ ਜਾਂਦੀ, ਆਕਸੀਜਨ ਘੱਟ ਹੁੰਦੀ ਹੈ, ਉਹਦੇ ਕਾਰਨ ਇੰਜਨ ਆਪਦਾ 100% ਕਿਹੜਾ 350 cc ਦਾ ਮੋਟਰਸਾਈਕਲ ਹੈ ਉਹ 350 cc ਦੀ ਪਾਵਰ ਨਹੀਂ ਦਿੰਦਾ, ਉਹ ਪਾਵਰ ਤਾਂ ਘੱਟ ਹੀ ਦਿੰਦਾ ਕਿਉਂਕਿ ਆਕਸੀਜਨ ਦੇ ਉੱਤੇ ਘੱਟ ਹੈ। ਸਮਝ ਗਿਆ। ਅਤੇ ਉਹਦੇ ਕਾਰਨ ਉਹ ਤੋਂ ਛੋਟਾ ਲੈ ਕੇ ਜਾਵਾਂਗੇ, ਧੱਕਾ ਕਰਾਂਗੇ, ਕਦੇ ਰੁਕ ਗਿਆ, ਕਦੇ ਇਹ ਕਰ ਗਿਆ, ਅਸਲ ਤਾਂ ਦਿੰਦਾ ਕਦੇ ਕਦੇ ਬੁਲਟ ਵੀ ਹੈ, ਪਰ ਐਂ ਆ ਬਜਟ ਦੇ ਵਿੱਚ ਬੈਸਟ ਆਹੀ ਰਹਿੰਦਾ। ਜੇ ਉਦੋਂ ਥੋੜ੍ਹਾ ਮਹਿੰਗੇ ਬਾਈਕਸ ਦੀ ਗੱਲ ਕਰੀਏ, ਹੋਰ ਵੀ ਮੰਨ ਲਓ 3-4, 4-5 ਲੱਖ, 6 ਲੱਖ, ਉਹਦੇ 'ਚ ਕਿਹੜਾ ਬਾਈਕ? ਉਹਦੇ ਵਿੱਚ ਬਾਈ KTM ਦਾ ਆ ਜਾਂਦਾ, KTM ਦਾ 400-550 cc ਦਾ ਸ਼ਾਇਦ ਬਾਈਕ, ਬਹੁਤ ਸੋਹਣਾ ਬਾਈਕ ਹੈ, KTM ਡਿਊਕ 500 ਕੁਛ ਨਾਮ ਹੈ, ਉਹ ਬਹੁਤ ਸੋਹਣਾ ਬਾਈਕ ਹੈ। ਇਹਦਾ ਟਰੰਫ ਆ ਜਾਂਦਾ, ਉਹ 7.5 ਲੱਖ ਦੀ ਰੇਂਜ ਚ ਆਉਂਦਾ। ਸਾਡੇ ਇੱਕ ਮੈਂ ਜ਼ਿਆਦਾ ਦੇਖਿਆ ਜਿਹੜੇ ਬਲੌਗਰਸ ਕੋਲ ਜਾਂ ਪਹਾੜਾਂ, BMW ਦਾ ਕੋਈ GS 1250 ਬਈ 2.5 ਲੱਖ ਦਾ ਬਾਈਕ ਹੈ, ਪਰ ਉਹ ਕਹਿੰਦੇ ਨੇ ਇੱਕ ਨੰਬਰ ਬਾਈਕ ਹੈ, ਉਹ ਜ਼ਿਆਦਾ ਹੁੰਦਾ ਨਾ ਸਾਰਿਆਂ ਕੋਲ ਮੋਸਟਲੀ, ਪਤਾ ਉਹ ਟੌਪ ਕਲਾਸ ਆ ਉਹ ਬਾਈਕ। ਉਹ ਵੀ ਬਈ ਅਸੀਂ ਲੇਹ ਲਦਾਖ ਦੇਖਿਆ ਸੀ, ਮੈਂ ਕਦੋਂ ਦੇਖਿਆ, ਐਂ ਲਾ ਲਓ ਕਿੱਥੋਂ ਡਿਸਟੈਂਸ ਤੋਂ ਤੁਸੀਂ ਮੈਥੋਂ ਬੈਠੇ ਹੋ, ਇੰਨੇ ਏਡਾ ਦਾ ਚੌੜਾ ਬਾਈਕ ਹੈ ਉਹ ਬਈ। ਤੇ ਪਰ ਐਂ ਲਾ ਲਓ ਤੁਸੀਂ ਗੈਸ ਕਰੋ ਐਵਰੇਜ ਉਹ ਕਿੰਨੀ ਦਿੰਦਾ ਹੋਣਾ, 1250 cc ਦਾ ਬਾਈਕ ਕਿੰਨੇ ਦੀ ਐਵਰੇਜ? 17 ਦੀ। ਠੀਕ ਹੈ, ਬਹੁਤ ਜ਼ਿਆਦਾ ਦੇ ਰਿਹਾ, ਬਹੁਤ ਜ਼ਿਆਦਾ ਦੇ ਰਿਹਾ, 17 ਦੀ ਐਵਰੇਜ ਦੇ ਰਿਹਾ ਪਹਾੜਾਂ 'ਚ, ਇੱਡਾ ਬਾਈਕ ਹੋ ਗਿਆ। ਇੱਕ ਹਿਮਾਲਿਆਨ ਜਿਹੜਾ, ਹਿਮਾਲਿਆਨ ਦਾ ਬਾਈਕ ਵੀ ਬਈ ਬਹੁਤ ਸੋਹਣਾ, ਕਿਹੜਾ ਨਾ ਇੱਕ ਤਾਂ ਆ 411 cc ਸਕ੍ਰੈਮ ਆਇਆ, ਸਕ੍ਰੈਂਬਲਰ, ਸਕ੍ਰੈਂਬਲਰ, ਹਾਂ ਉਹ ਬਾਈਕ ਬਹੁਤ ਸੋਹਣਾ ਬਈ, ਐਡਵੈਂਚਰ ਵਾਸਤੇ ਉਹ ਬਹੁਤ ਵਧੀਆ ਬਾਈਕ ਹੈ। ਇਹ ਹਿਮਾਲਿਆਨ ਵਾਲਿਆਂ ਨੇ ਹੁਣ ਅਪਡੇਟ ਵੀ ਕੀਤਾ, ਉਹ ਪੁਰਾਣਾ ਹਿਮਾਲਿਆਨ, ਪੁਰਾਣੇ ਹਿਮਾਲਿਆਨ ਸਸਪੈਂਸ਼ਨ ਵਗੈਰਾ ਉਹਦੇ ਚੇਂਜ ਕੀਤੇ ਨੇ। ਇਹ ਚੀਜ਼ ਬਾਈਕ ਬਈ ਇਹਦੇ ਐਂ ਇੱਕ ਹੋਰ ਕੁਆਲਿਟੀ ਹੈ, ਇਹਦਾ ਕੋਈ ਜ਼ਿਆਦਾ ਫੰਕਸ਼ਨ ਹੈ ਨਹੀਂ ਗੇ, ਮਕੈਨਿਕ ਇਹਦਾ ਕਿੱਥੇ ਮਰਜ਼ੀ ਮਿਲ ਜਾਂਦਾ। ਬਿਲਕੁਲ। ਤੇ ਬਈ ਹਾਂ, ਮੈਨੂੰ ਇੱਕ ਹੋਰ ਸਟੋਰੀ ਯਾਦ ਆ ਕਿ ਬੰਦਾ ਔਂਕੜ ਆ ਜਾਂਦੀ ਆ ਕੋਈ ਨਾ ਕੋਈ, ਬੰਦੇ ਨੂੰ 2-3 ਔਂਕੜ ਆ ਗਈਆਂ ਪਹਿਲੇ ਦਿਨ, ਬੰਦਾ ਕਹਿੰਦਾ ਕੋਈ ਰੱਬ ਸਿਗਨਲ ਦੇ ਰਿਹਾ ਕਿ ਆਪਾਂ ਨੂੰ ਇੱਧਰ ਜਾਣਾ ਨਹੀਂ ਚਾਹੀਦਾ। ਇਹ ਚੀਜ਼ਾਂ ਮੇਰੇ ਨਾਲ 2-3 ਵਾਰ ਹੋਈਆਂ। ਹੁਣ ਅਸੀਂ ਯਾਰ ਦੋਸਤ ਘੁੰਮਣ ਵਗ ਗਏ ਲੇਹ ਲਦਾਖ, ਕੀ ਹੋਇਆ ਬਈ ਜਸਟ ਹਜੇ ਨਿਕਲੀ ਘਰੋਂ, ਬਾਈਕ ਦਾ ਕੈਰੀਅਰ ਨਹੀਂ ਹੁੰਦਾ ਪਿੱਛੇ ਬੈਗ ਬੰਨਣ ਨੂੰ, ਉਹੀ ਨਾਲ ਦਿਨ ਟੁੱਟ ਗਿਆ। ਚਲੋ ਵੀ ਬੈਗ ਬੰਨ ਬੁੰਨ ਕੇ ਅੱਗੇ ਤੱਕ ਪਹੁੰਚੇ, ਫਿਰ ਕੀ ਹੋਇਆ ਕੈਰੀ ਕੁਰੀਅਰ ਬੈਲਟ ਕਰਾਉਣ ਲੱਗੇ, ਕਿਤੇ ਤਾਰ ਉਹ ਗਲਤ ਬੈਲਟ ਬੁਲਟ ਦੇ ਤਾਰ ਕੱਟੀ ਗਈ ਕਿਤੇ, ਥੋੜ੍ਹਾ ਅੱਗੇ ਚੱਲੇ ਬਾਈਕ ਹੀ ਚੱਲਣਾ ਬੰਦ ਹੋ ਗਿਆ। ਫਿਰ ਚਲੋ ਉਹ ਠੀਕ ਠੂਕ ਕਰਾਉਣ ਲੱਗੇ, ਫਿਰ ਥੋੜ੍ਹਾ ਹੋਰ ਅੱਗੇ ਚੱਲੇ ਬਾਈਕ ਦਾ ਪੈਂਚਰ ਹੋ ਗਿਆ। ਐਂ ਲਾ ਲਓ 2-3 ਘੰਟਿਆਂ 'ਚ ਇੰਨੀ ਦਿੱਕਤ ਆ ਗਈਆਂ, ਹਜੇ ਅੰਬਰਸਰ ਤੋਂ ਅਸੀਂ ਪਠਾਨਕੋਟ ਤੱਕ ਹੀ ਨਿਕਲੇ ਸੀ, ਇੰਨੀਆਂ ਦਿੱਕਤ ਆ ਗਈਆਂ। ਨੋਰਮਲ ਬੰਦਾ ਸਮਝਦਾ ਕਿ 10 ਦਿਨ ਦੇ ਟ੍ਰਿਪ ਨੂੰ ਜਾ ਰਿਹਾ, ਕਿ ਰੱਬ ਕਹਿੰਦਾ ਕਿ ਨਾ ਜਾ, ਔਂਕੜ ਆ ਰਹੀਆਂ ਨੇ। ਬਟ ਇਹ ਚੀਜ਼ ਨੂੰ ਜੇ ਆਪਾਂ ਪੋਜ਼ਿਟਿਵਿਟੀ 'ਚ ਲੈ ਕੇ ਚੱਲੀਏ, ਕਿ ਰੱਬ ਨੇ ਔਂਕੜਾਂ ਪਹਿਲਾਂ ਹੀ ਖਤਮ ਕਰਤੀਆਂ, ਕਿ ਮੰਨ ਲਓ ਪੈਂਚਰ ਉੱਥੇ ਲੇਹ ਲਦਾਖ 'ਚ ਹੁੰਦਾ, ਕਿੱਥੇ ਮਕੈਨਿਕ ਵੀ ਨਹੀਂ ਹੈਗਾ, ਉੱਥੇ ਕੀ ਬਣਦਾ? ਬਿਲਕੁਲ, ਕਿੱਥੇ ਲੈ ਕੇ ਜਾਂਦੇ? ਇੱਥੇ ਤਾਂ ਚਾਹੇ ਪਠਾਨਕੋਟ ਕਿੱਥੇ ਮਰਜ਼ੀ ਥੋੜ੍ਹਾ ਰੋੜ ਕੇ ਲੈ ਕੇ ਜਾਓ, ਪੈਂਚਰ ਲਵਾ ਲਾਂਗੇ, ਇਹ ਕਰ ਲਾਂਗੇ। ਇਹ ਚੀਜ਼ਾਂ ਇਹਨੂੰ, ਜੇ ਬੰਦੇ ਨੇ, ਕੋਈ ਬੰਦਾ ਇਹਨੂੰ ਨੈਗੇਟਿਵਿਟੀ 'ਚ ਲੈ ਜਾਂਦਾ ਕਿ ਯਾਰ ਇਹ ਹੈ, ਕੋਈ ਬੰਦਾ ਕਹਿੰਦਾ ਨਹੀਂ ਪੋਜ਼ਿਟਿਵਿਟੀ ਆ, ਕੁਛ ਨਹੀਂ ਹੁੰਦਾ, ਹੋਵਾਂਗੇ। ਅਤੇ ਉਸ ਤੋਂ ਬਾਅਦ ਪੂਰੇ 10 ਦਿਨ ਦੇ ਟ੍ਰਿਪ 'ਚ ਔਂਕੜੇ ਨਹੀਂ ਹੈ। ਇਹ 2-3 ਵਾਰ ਮੇਰੇ ਨਾਲ ਹੋਰ ਹੋਇਆ ਕਿ ਪਹਿਲੇ ਦਿਨ ਕਿੰਨੇ ਔਂਕੜੇ ਹੁੰਦੇ ਨੇ, ਪਹਿਲੇ ਦਿਨ ਆ ਕੇ ਖਤਮ ਹੋ ਜਾਂਦੇ ਨੇ, ਫਿਰ ਕੁਛ ਨਹੀਂ ਹੁੰਦਾ ਹੈਗਾ। ਇੱਕ ਮੈਂ ਇੱਕ ਨਵਾਂ ਕਨਸੈਪਟ ਵੀ ਦੇਖਿਆ ਵੀ ਜਿਹੜੇ ਪਹਾੜਾਂ 'ਚ ਜਾ ਕੇ ਜਿਵੇਂ ਕੋਈ ਨਦੀ ਜਾਂ ਝੀਲ ਦੇ ਆਪਦਾ ਖੁਦ ਦਾ ਖਾਣਾ ਪਕਾ ਕੇ ਖਾਂਦੇ ਆ, ਕੁਕਿੰਗ ਦਾ ਹੈ ਤੁਹਾਨੂੰ ਸ਼ੌਂਕ ਥੋੜ੍ਹਾ ਬਹੁਤ? ਬਈ ਹਾਂ, ਇਹਦਾ ਵੀ ਸਮਾਨ ਮੇਰੇ ਲਵੇ ਪਿਆ, ਕੈਂਪਿੰਗ ਟੈਂਟ, ਸਟੋਵ ਸਟੂਵ 'ਚ। ਪਹਿਲਾਂ ਤਾਂ ਆਪਾਂ ਸਮਾਨ ਦੀ ਗੱਲ ਕਰ ਲੈਣੇ, ਹੈ ਨਾ, ਕੀ ਕੁਛ ਚਾਹੀਦਾ ਹੁੰਦਾ। ਮੰਨ ਲਓ ਬਈ ਕਿਸੇ ਨੂੰ ਐਂ ਸ਼ੌਂਕ ਹੈ ਜਾ ਕੇ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਇੱਕ ਕੈਂਪਿੰਗ ਟੈਂਟ ਹੀ ਚਾਹੀਦਾ, ਕਿੱਥੇ ਰਹਿਣ ਬਸੇਰਾ ਕਰਨਾ ਰਾਤ ਦਾ। ਅਤੇ ਉਹ ਥੱਲੇ ਵਿਛਾਉਣ ਨੂੰ ਬੰਦਾ ਯੋਗਾ ਮੈਟ ਲੈ ਲੈਂਦਾ, ਜਿਹੜਾ ਸਸਤਾ ਹੀ ਆਉਂਦਾ, 3,000 ਦਾ ਕੈਂਪਿੰਗ ਟੈਂਟ ਆਉਂਦਾ, 400 ਰੁਪਏ ਦਾ ਮੇਰੇ ਸਾਹਮਣੇ ਯੋਗਾ ਮੈਟ ਆਉਂਦਾ। ਅਤੇ ਸਲੀਪਿੰਗ ਬੈਗ ਵੀ ਸਟਾਰਟ ਹੋ ਜਾਂਦਾ 800 ਰੁਪਏ ਤੋਂ ਲੈ ਕੇ, ਬਹੁਤ ਰੇਂਜ ਉਹਦੇ ਤਾਂ ਕੁਛ ਹੈ ਨਹੀਂ ਗੀ, ਉਹ ਟੈਂਪਰੇਚਰ ਦੇ ਹਿਸਾਬ ਨਾਲ ਹੈ, ਮਾਈਨਸ 'ਚ ਜੇ ਬਰਫਾਂ 'ਚ ਰਹਿਣਾ ਫਿਰ ਜ਼ਿਆਦਾ ਵੱਡਾ ਚਾਹੀਦਾ ਹੁੰਦਾ, ਨਹੀਂ ਤਾਂ 1000 ਤੋਂ ਥੱਲੇ ਥੱਲੇ ਇੱਕ ਸਲੀਪਿੰਗ ਬੈਗ ਆ ਜਾਂਦਾ। ਜੇ ਤੋਂ ਵੀ ਸਸਤੇ ਸੌਦੇ ਸਾਰ ਨਾਲ ਕੰਬਲ ਚੱਕ ਲਓ ਘਰੋਂ, ਕੰਬਲ ਵਿਛਾ ਲਓ। ਉਸ ਤੋਂ ਬਾਅਦ ਜੇ ਆਪਾਂ ਗੱਲ ਕੀਤੀ ਜਾਵੇ ਉੱਥੇ ਕਰਨਾ, ਉੱਥੇ ਇੱਕ ਬੁਟੇਨ ਗੈਸ ਵਾਲਾ ਸਟੋਵ ਆਉਂਦਾ, ਐਮਾਜ਼ੋਨ ਤੋਂ ਮਿਲਦਾ, ਲਗਭਗ 450-500 ਰੁਪਏ, ਜਿਵੇਂ ਪਰਫਿਊਮ ਵਾਲਾ ਹੁੰਦਾ ਨਾ, ਕੇਨ ਜਾ ਹੁੰਦਾ, ਉਹ 200 ਰੁਪਏ ਦਾ ਕੇਨ ਆਉਂਦਾ। ਤੇ ਬੁਟੇਨ ਗੈਸ ਵਾਲਾ ਕਿਹੜਾ ਚੁੱਲ੍ਹਾ ਹੁੰਦਾ, ਉਹ ਹੁੰਦਾ, ਉਹ ਚੁੱਲ੍ਹਾ ਦੇਖਣ ਨੂੰ ਤਾਂ ਕੁਛ ਨਹੀਂ ਲੱਗਦਾ, ਪਰ ਇੰਨਾ ਕਾਮਯਾਬ ਹੈ, ਆਪਣਾ ਕਿਹੜਾ ਦੇਸੀ ਸਟੋਵ ਹੁੰਦਾ ਉਨਾ ਕਾਮਯਾਬ ਹੈ, ਉਹ ਲਿਆਵੇ। ਤੇ ਨਾਲ ਆਪਣਾ ਘਰੋਂ ਕੋਈ ਵੀ ਚੱਕਲੇ ਡੱਬੂ ਚੱਕਲੇ ਚਾਹ ਵਾਲਾ, ਉਹ ਬੈਸਟ ਹੈ, ਆਹ ਲੈ ਜਾਓ। ਉੱਥੇ ਬੰਦਾ ਕੁਛ ਵੀ ਬਣਾ ਸਕਦਾ, ਮੈਗੀ ਸਭ ਤੋਂ ਸੌਖੀ ਆ ਬਣਾਉਣੀ, ਮੈਗੀ ਚੱਕੋ, 2 ਮਿੰਟਾਂ 'ਚ ਬਣ ਜਾਂਦੀ ਹੈ, ਨਹੀਂ ਤਾਂ ਬੰਦਾ ਹੋਰ ਬਣਾਉਣ ਨੂੰ ਚੌਲ ਬਣਾ ਲੈਂਦਾ। ਹੈਲਦੀ ਫੂਡ ਆਪਸ਼ਨ ਕੀ ਹੋ ਸਕਦੀ ਹੈ ਪਹਾੜਾਂ ਦੇ ਵਿੱਚ ਜਾ ਕੇ, ਜਿਵੇਂ ਐਗਸ ਵਗੈਰਾ? ਬਈ ਐਗ ਦੇਖੋ, ਜੇ ਆਪਾਂ ਟਰੈਵਲ ਕਰਨਾ, ਚੱਕਣੇ ਔਖੇ ਹੁੰਦੇ ਨੇ, ਬੈਗ 'ਚ ਪਾਏ ਫੁੱਟ ਜਾਂਦੇ, ਉਹ ਚੀਜ਼ ਔਖਾ ਹੈ। ਹੈਲਦੀ ਦੇ ਵਿੱਚ ਬਈ ਅਸੀਂ ਕੀ ਕਰਦੇ ਹੁੰਦੇ ਹਾਂ, ਜ਼ਿਆਦਾਤਰ
ਕਿਹੜੇ ਆਪਣੇ ਛੋਲੇ ਹੁੰਦੇ ਨੇ ਉਹਨੂੰ ਰਾਤ ਨੂੰ ਭੇਜ ਲਓ ਸਵੇਰੇ ਖਾ ਲਓ ਜੇ ਵੀ ਥੋੜ੍ਹਾ ਔਖਾ ਲੱਗਦਾ ਬਾਲ ਕੇ ਖਾ ਲਓ ਸਵੇਰੇ ਆਪਣਾ ਕੋਈ ਸਟੋਵ ਹੈਗਾ ਹੀ ਹੈ ਅਤੇ ਦੂਜੀ ਆਪਸ਼ਨ ਕੀ ਹੁੰਦਾ ਬ੍ਰੈਡ ਚੱਕੋ ਪੀਨਟ ਬਟਰ ਚੱਕੋ ਉਹ 'ਤੇ ਲਾਓ ਖਾ ਲਓ ਇਹ ਚੀਜ਼ਾਂ ਕਰ ਸਕਦਾ ਇਹ ਚੀਜ਼ਾਂ ਕਾਫੀ ਵਧੀਆ ਰਹਿੰਦੇ ਨੇ ਭਾਰ ਵੀ ਜ਼ਿਆਦਾ ਚੱਕ ਨਹੀਂ ਜਾਂਦਾ ਹੋਰ ਹੈ ਇੱਕ ਕਿਹੜੇ ਡਰਾਈ ਫਰੂਟ ਹੁੰਦੇ ਨੇ ਡਰਾਈ ਫਰੂਟ ਦੇ ਵਿੱਚ ਐਨਰਜੀ ਜ਼ਿਆਦਾ ਹੁੰਦੀ ਹੈ ਪਰ ਭਾਰ ਇੰਨਾ ਨਹੀਂ ਲੈਂਦੇ ਕਿਉਂਕਿ ਫੈਲਦੇ ਜ਼ਿਆਦਾ ਨਹੀਂ ਹੈਗੇ ਬਿਲਕੁਲ ਥੋੜ੍ਹੀ ਚੀਜ਼ 'ਚ ਐਨਰਜੀ ਜ਼ਿਆਦਾ ਹੁੰਦੀ ਹੈ ਕਿਹੜੇ ਬੰਦੇ ਪ੍ਰੋਫੈਸ਼ਨਲ ਟਰੈਕ ਕਰਦੇ ਨੇ ਉਹ ਡਰਾਈ ਫਰੂਟ ਹੀ ਲੈ ਕੇ ਜਾਂਦੇ ਨੇ ਡਰਾਈ ਫਰੂਟ ਲੈਂਦੇ ਮੈਗੀ ਹੈ ਮੈਗੀ ਪੇਟ ਵੀ ਨਹੀਂ ਭਰਦੀ ਨਾ ਐਨਰਜੀ ਹੈ ਬਸ ਸਵਾਦ ਨੂੰ ਹੈ ਬਿਲਕੁਲ ਪਰ ਅਸਲ ਜੇ 4-5 ਦਿਨਾਂ ਲਈ ਬੰਦਾ ਸਮਾਨ ਇਕੱਠਾ ਕਰਕੇ ਲੈ ਕੇ ਜਾ ਰਿਹਾ ਉਹਦੇ ਵਿੱਚ ਬੰਦਾ ਡਰਾਈ ਫਰੂਟ ਬੈਟਰ ਆਪਸ਼ਨ ਰਹਿੰਦੀ ਹੈ ਅਤੇ ਇੱਕ ਹੋਰ ਹੈ ਕਿਹੜਾ ਬੰਦਾ ਨਵਾਂ ਟਰੈਕ ਕਰਦਾ ਨਵਾਂ ਬੰਦਾ ਕਈ ਬੰਦੇ ਨਾ ਟਰੈਕ ਕਰਦੇ ਕਰਦੇ ਕਿਲੋਮੀਟਰ ਚੜ੍ਹਦੇ ਨੇ ਉੱਥੇ ਹੀ ਮੁੜੇ ਆਉਂਦੇ ਨੇ ਓਏ ਨਹੀਂ 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 ਯਾਰ ਹਾਂ ਇਹ ਤਾਂ ਫਨੀ ਬੜੀ ਬਣੀ ਹੈ ਕਿਲੋਮੀਟਰ ਤੋਂ ਬਾਅਦ ਬੰਦਾ ਸੈੱਟ ਹੋ ਜਾਂਦਾ ਤੇ ਬੰਦੇ ਨੇ ਐਨਰਜੀ ਇਕਦਮ ਡਾਊਨ ਹੋ ਜਾਂਦੀ ਹੈ ਉਹਦਾ ਵੀ ਇੱਕ ਮੈਂ ਤੁਹਾਨੂੰ ਦੱਸਦਾ ਸੋਦਾ ਚੋਕਲੇਟ ਰੱਖੇ ਨਾਲ ਮਿੱਠਾ ਉਹ ਗਲੂਕੋਸ ਹੁੰਦਾ ਐਨਰਜੀ ਇੱਕ ਆਪਾਂ ਬਈ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਵੀ ਅਸੀਂ ਇੱਕ ਰੈਸਕਿਊ ਫੈਮਿਲੀ ਰੈਸਕਿਊ ਕੀਤਾ ਸੀ ਉਹ ਬੜੀ ਮੈਨੂੰ ਗੱਲ ਇੰਟਰਸਟਿੰਗ ਲੱਗੀ ਆਪਾਂ ਉਦੋਂ ਛੱਡਤੀ ਸੀ ਉਹ ਜ਼ਰੂਰ ਦੱਸੋ ਹਾਂਜੀ ਬਾਈ ਇਹ ਕੀ ਹੋਇਆ ਸੀਗਾ ਹੁਣੇ ਸਰਪਾਸ ਦਾ ਟਰੈਕ ਲੈ ਕੇ ਆਏ ਸੀਗੇ ਇਹ ਸਨੋਅ ਦਾ ਟਰੈਕ ਹੈ ਪੂਰਾ ਲਗਭਗ ਇਹਦੇ ਵਿੱਚ ਕੀ ਹੁੰਦਾ 4 ਦਿਨ ਦੇ ਵਿੱਚ 35 ਕਿਲੋਮੀਟਰ ਕਰਨਾ ਹੁੰਦਾ ਜਿਹੜੀ ਤੁਹਾਡੀ ਮੈਂ ਇੱਕ ਵੀਡੀਓ ਦੇਖੀ ਸੀ ਜਿਹਦੇ 'ਚ ਬਰਫ਼ ਦੇ ਵਿੱਚ ਪੈਰ ਜੇ ਗੜ ਰਹੇ ਸੀ ਤੁਹਾਡੇ ਜਾਂਦੇ ਜਾਂਦੇ ਉਹ ਵਾਲਾ ਉਹੀ ਆਪਾਂ ਕਲਿੱਪ ਵੀ ਲਾ ਦਾਂਗੇ ਉਰੇ ਉਹਦੇ ਵਿੱਚ ਬਈ ਕੀ ਸੀਗਾ ਅਸੀਂ 3ਜੇ ਦਿਨ ਸੀਗੇ 3ਜੇ ਦਿਨ ਅਸੀਂ ਮੈਂ ਤਾਂ ਗਰੁੱਪ ਨਾਲ ਗਿਆ ਸੀਗਾ ਅਸੀਂ ਸਾਡਾ ਗਰੁੱਪ 10 ਕੁ ਬੰਦਿਆਂ ਦਾ ਹੋਣਾ ਅਸੀਂ 6 ਵਜੇ ਪਹੁੰਚ ਗਏ ਦਿਨ ਚੜ੍ਹੇ 6 ਵਜੇ ਪਹੁੰਚ ਕੇ ਆਪਦੇ ਤੰਬੂ ਕੱਢ ਕੇ ਅੱਗ ਲਾਈ ਬੈਠੇ ਸੀਗੇ ਕੀ ਹੋਇਆ ਬਈ ਅੱਗ ਲਾਈ ਬੈਠੇ ਅੱਗ ਸੇਕ ਰਿਹਾ ਦੂਰੋਂ ਨਾ ਲਾਈਟਾਂ ਵੱਜ ਰਹੀਆਂ ਸੀਗਾ ਪਹਾੜੀ ਤੋਂ ਦੂਰ ਲਾਈਟਾਂ ਦਿਸ ਰਹੀਆਂ ਸਾਨੂੰ ਪਤਾ ਨਹੀਂ ਕੀ ਲੱਗਿਆ ਕੀ ਸਿਸਟਮ ਹੈ ਇਹ ਲਾਈਟਾਂ ਵੱਜ ਰਹੀਆਂ ਨੇ ਅਸੀਂ ਕਿਹਾ ਕੋਈ ਕਿਹੜੇ ਆ ਭੇੜ ਭੂੜ ਚਾਰਨ ਵਾਲੇ ਬੰਦੇ ਹੁੰਦੇ ਇਹਨਾਂ ਦਾ ਬੰਦਾ ਨਾ ਹੋਵੇ ਅਸੀਂ ਕਿਹਾ ਚੱਲ ਠੀਕ ਹੈ ਫਿਰ ਉਸ ਤੋਂ ਬਾਅਦ ਬੰਦਾ ਕੋਈ ਭੱਜਾ ਭੱਜਾ ਆ ਕਹਿੰਦਾ ਬੰਦੇ ਆ ਰਹੇ ਆ ਬੰਦੇ ਆ ਰਹੇ ਆ ਬੰਦੇ ਆ ਰਹੇ ਆ ਅਸੀਂ ਇੱਕ ਵਾਰ ਤਾਂ ਅਸੀਂ ਡਰ ਗਏ ਕਿ ਕਹਿ ਕੀ ਰਿਹਾ ਬੰਦੇ ਆ ਰਹੇ ਆ ਅਸੀਂ ਕਿਹਾ ਕੋਈ ਹਮਲਾ ਕਰਨ ਤਾਂ ਨਹੀਂ ਆ ਰਹੇ ਹੈਗੇ ਆ ਪਹਾੜਾਂ 'ਚ ਬੈਠੇ ਹਾਂ 15 ਕਿਲੋਮੀਟਰ ਇੱਧਰ ਕੋਈ ਨਹੀਂ 15 ਕਿਲੋਮੀਟਰ ਇੱਧਰ ਨਹੀਂ ਜੰਗਲ 'ਚ ਬੈਠੇ ਹਾਂ ਜਮਾਂ ਇੱਕ ਵਾਰ ਤਾਂ ਅਸੀਂ ਡਰ ਗਏ ਉਹ ਵੀ ਪੂਰਾ ਉਲਝਿਆ ਹੋਇਆ ਫਿਰ ਭੱਜ ਗਿਆ ਅਸੀਂ ਕਿਹਾ ਪਤਾ ਨਹੀਂ ਕੀ ਹੋ ਗਿਆ ਅਸੀਂ ਚਲ ਬੈਠੇ ਹਾਂ ਦੇਖਦੇ ਹਾਂ ਕੀ ਬਣਦਾ ਅਸੀਂ ਆਪਣੀ ਤਿਆਰੀਆਂ 'ਚ ਬੈਠੇ ਹਾਂ ਕਿ ਕੋਈ ਜੇ ਬੰਦਾ ਬੁੰਦਾ ਆਉਂਦਾ ਲੜਾਂਗੇ ਫਿਰ ਉਸ ਤੋਂ ਫਿਰ 5 ਮਿੰਟਾਂ ਬਾਅਦ ਆਇਆ ਅਸੀਂ ਉਹਨੂੰ ਰੋਕਿਆ ਬਈ ਦੱਸ ਕੀ ਹੋਇਆ ਫਿਰ ਉਹ ਬੰਦਾ ਦੱਸਣ ਲੱਗਿਆ ਕਹਿੰਦਾ ਬਈ ਮੇਰੇ ਅਸੀਂ ਫੈਮਿਲੀ ਆ ਮੇਰੇ ਜਵਾਕ ਨੇ ਮੇਰੀ ਵਾਈਫ ਹੈ ਅਸੀਂ ਰਸਤਾ ਭਟਕ ਗਏ ਅਤੇ ਸਾਨੂੰ ਹੁਣ ਕੁਛ ਨਹੀਂ ਪਤਾ ਲੱਗ ਰਿਹਾ ਅਤੇ ਰਾਤ ਨੂੰ ਬਈ ਪਹਾੜਾਂ 'ਚ ਕੀ ਹੁੰਦਾ ਕਦੋਂ ਦਿਨੇ ਹੁੰਦਾ ਕਿਹੜਾ ਰਸਤਾ 10 ਮਿੰਟ 'ਚ ਦਿਨੇ ਕਵਰ ਹੁੰਦਾ ਜੰਗਲਾਂ ਦੇ ਵਿੱਚ ਰਾਤ ਨੂੰ ਹਨੇਰੇ ਦੇ ਵਿੱਚ ਉਹੀ 10 ਮਿੰਟ ਨੂੰ ਪੌਣਾ ਘੰਟਾ ਘੰਟਾ ਲੱਗ ਜਾਂਦਾ ਕਿਉਂਕਿ ਰਸਤਾ ਨਾ ਦਿਖ ਰਿਹਾ ਹੁੰਦਾ ਨਾ ਇੱਧਰ ਦਿਸ ਰਿਹਾ ਨਾ ਇੱਧਰ ਦਿਸ ਰਿਹਾ ਆਪਣੇ ਫੋਨ ਦੀਆਂ ਲਾਈਟਾਂ ਟੋਰਚਾਂ ਕੋਈ ਕੁਛ ਨਹੀਂ ਕੰਮ ਕਰਦਾ ਹੈਗਾ ਇੰਨਾ ਹਨੇਰਾ ਹੋ ਜਾਂਦਾ ਅਤੇ ਅਸੀਂ ਫਿਰ ਖੜ੍ਹੇ ਹੋ ਗਏ ਅਸੀਂ ਫਿਰ ਆਪਣੀਆਂ ਲਾਈਟਾਂ ਐਂ ਮਾਰਨ ਲੱਗੇ ਕਿ ਇੱਥੇ ਬੰਦੇ ਆ ਚੀਕਾਂ ਮਾਰਨ ਲੱਗੇ ਕਿ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਫਿਰ ਸਾਨੂੰ ਦੂਰੋਂ ਦੇਖ ਕੇ ਬੰਦੇ ਉਹ ਆ ਰਹੇ ਨੇ ਉਹਨਾਂ ਕੋਲ ਹੀ ਫੋਨ ਦੀਆਂ ਲਾਈਟਾਂ ਹੈਗੀਆਂ ਸੀ ਉਹਨਾਂ ਵੀ ਚੀਕਾਂ ਮਾਰੇ ਫਿਰ ਅਸੀਂ ਜੰਗਲਾਂ ਜੁੰਗਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਉਹਨਾਂ ਨਾਲ ਬਈ 6 ਸਾਲ ਦੀ ਕੁੜੀ ਜਮ੍ਹਾਂ ਛੋਟੀ ਜੀ ਫਿਰ ਉਹਨਾਂ ਨੂੰ ਬਿਠਾਏ ਪੂਰੀ ਰਾਤ ਨੂੰ ਠੰਡ ਵੀ ਕਿੰਨੀ ਹੋ ਜਾਂਦੀ ਹੈ ਬਰਫ਼ ਕਿੰਨੀ ਹੈਗੀ ਆ ਉਹਨਾਂ ਨੂੰ ਫਿਰ ਅੱਗ ਉੱਗ ਸੁਕਾਈ ਬਿਠਾਇਆ ਉਹਨਾਂ ਨੂੰ ਕੰਬਲ ਕੁੰਬਲ ਦਿੱਤੇ ਆਪਣੇ ਕੋਟ ਕੂਟ ਦਿੱਤੇ ਅਤੇ ਖਾਣ ਪੀਣ ਨੂੰ ਬਣਾ ਕੇ ਦਿੱਤਾ ਉਹਨਾਂ ਨੂੰ ਫਿਰ ਉਹਨਾਂ ਦਾ ਤੰਬੂ ਗੱਡਿਆ ਅਤੇ ਉਹਨਾਂ ਦੀ ਉੱਥੇ ਸਟੇਅ ਕਰਵਾਈ ਅਤੇ ਉਦੋਂ ਤਾਂ ਇੱਕ ਵਾਰ ਤਾਂ ਡਰ ਜਿਹਾ ਲੱਗਾ ਕਿ ਫਿਰ ਵਧੀਆ ਕੀਤਾ ਕਿ ਕਿਸੇ ਦੀ ਚੱਲ ਜਾਨ ਬਚਾ ਲਈ ਜੇ ਅਸੀਂ ਨਾ ਹੁੰਦੇ ਉਹ ਲੋਕ ਸੀ ਜਿਹੜੇ ਉਹ ਵੈਸੇ ਕੋਈ ਫੈਮਿਲੀ ਫਸ ਗਈ ਸੀ ਜਾਂ ਉਹ ਪ੍ਰੋਫੈਸ਼ਨਲ ਸੀ ਟਰੈਕ ਕਰਨ ਆਏ ਸੀ ਉਹ ਟਰੈਕ ਕਰਨ ਆਏ ਸੀਗੇ ਬਸ ਇਹੀ ਮੈਂ ਤੁਹਾਨੂੰ ਕਿਵੇਂ ਇੱਕ ਤਾਂ ਹੁੰਦੀ ਆ ਬਈ ਸੋਲੋ ਟਰੈਵਲਿੰਗ ਇੱਕ ਤੇ ਇੱਕ ਹੁੰਦਾ ਅਣਜਾਣਾਪਣ ਅਣਜਾਣਾਪਣ ਨਾ ਕਰੋ ਕਿ ਮਤਲਬ ਵੀ ਛੋਟੇ ਬੱਚੇ ਲੈ ਕੇ ਐਡੀ ਦੂਰ ਨਾ ਜਾਓ ਹਨਾ ਫੈਮਿਲੀ ਨਾਲ ਤੇ ਇੱਕ ਹੋਰ ਆ ਬਈ ਕਿੱਥੇ ਤੁਹਾਨੂੰ ਐ ਹੋ ਗਿਆ ਹਨੇਰਾ ਹੋ ਗਿਆ
ਉਦੋਂ ਪਹਿਲਾਂ ਤੰਬੂ ਕੱਢ ਕੇ ਉੱਥੇ ਰੁਕ ਜਾਓ। ਐਂ ਨਹੀਂ ਹੈਗੇ ਕਿ ਇੱਥੋਂ ਇੱਥੇ ਡਿਸਟੈਂਸ 'ਤੇ ਜਾਣਾ, ਸਵੇਰੇ ਜਲਦੀ ਚੱਲੋ ਅਤੇ ਰਾਤ ਨੂੰ ਹਨੇਰੇ ਤੋਂ ਪਹਿਲਾਂ ਹੋ ਜਾਏ। ਇੱਕ ਵਾਰ ਹਨੇਰਾ ਹੋ ਗਿਆ, ਜਾਨਵਰ ਵੀ ਬਾਹਰ ਆਉਣਗੇ ਅਤੇ ਤੁਰਨਾ ਵੀ ਔਖਾ ਹੈ ਅਤੇ ਕੁਛ ਵੀ ਹੋ ਸਕਦਾ, ਡਿੱਗ ਗਿਆ ਕੁਛ ਵੀ ਹੋ ਸਕਦਾ। ਜਦੋਂ ਆਪਾਂ ਇੱਕ ਵਾਰ ਤੰਬੂ ਲਗਾ ਲਿਆ ਉੱਥੇ ਵੀ ਖਤਰਾ ਰਹਿੰਦਾ ਜਾਨਵਰ ਆਉਣ ਦਾ ਜਾਂ ਕੋਈ ਹੋਰ ਖਤਰਾ ਹੈ ਇਸ ਤਰੀਕੇ ਦਾ? ਜਾਨਵਰ ਬਈ ਅਸਲ ਕੀ ਹੈ, ਇਹਨਾਂ ਤੋਂ ਦੂਰ ਰਹਿੰਦੇ ਨੇ ਇਨਸਾਨਾਂ ਤੋਂ। ਠੀਕ ਹੈ, ਉੱਥੇ ਇੱਕ ਤਾਂ ਬੰਦਾ ਜੇ ਅੱਗ ਲਾ ਲਏ, ਅੱਗ ਤੋਂ ਦੂਰ ਰਹਿੰਦੇ ਨੇ, ਆਪਾਂ ਦੇਖਿਆ ਹੀ ਹੈ। ਅੱਗ ਮਤਲਬ ਸਾਰੀ ਰਾਤ ਮੱਚਦੀ ਰਹਿੰਦੀ ਹੈ ਫਿਰ? ਨਾ, ਸਟਾਰਟਿੰਗ 'ਚ ਹੁੰਦੀ ਹੈ, ਬਾਅਦ 'ਚ ਆਪਣੇ ਆਪ ਬੁੱਝ ਜਾਂਦੀ ਹੈ। ਅਤੇ ਅਸਲ ਕੀ ਹੁੰਦਾ ਕਿ ਜਾਨਵਰ ਨੇ ਕਿਹੜੇ ਨੀਚੇ ਰਹਿੰਦੇ ਨੇ ਖਾਈਆਂ ਖੁਈਆਂ ਦੇ ਵਿੱਚ, ਕਿੱਥੇ ਹੈਗੇ ਆ ਉੱਥੇ ਜ਼ਿਆਦਾਤਰ ਜਾਨਵਰ ਦੂਰ ਹੀ ਰਹਿੰਦੇ ਨੇ, ਜਾਂ ਉਹਨਾਂ ਨੂੰ ਸਮੈਲ ਆ ਜਾਂਦੀ ਹੈ। ਹਾਂ, ਸਮੈਲ ਆ ਜਾਂਦੀ ਹੈ। ਬਾਕੀ ਆਪਣੇ ਤਾਂ ਚਲੋ ਇੰਡੀਆ ਦੇ ਵਿੱਚ ਇੰਨੇ ਭਾਲੂ ਭੁੱਲੂ ਹੈ ਨਹੀਂ ਗੇ, ਕਨੇਡਾ ਦੇ ਵਿੱਚ ਅਗਰ ਤੁਸੀਂ ਕਿਸੇ ਬੰਦੇ ਦੇਖਿਆ, ਕਨੇਡਾ ਦੇ ਵਿੱਚ ਭਾਲੂ ਬਹੁਤ ਹੈਗੇ ਨੇ, ਅਤੇ ਕਨੇਡਾ ਵਾਲੇ ਗੋਰੇ ਨੇ ਕਿਹੜੇ ਆਪਣੇ ਪੰਜਾਬੀ ਵੀ ਹੁਣ ਤੱਕ ਕਰਨ ਲੱਗੇ, ਉਹ ਟਰੈਕਿੰਗ ਟਰੂਕਿੰਗ ਖਾਸਾ ਕਰਦੇ ਰਹਿੰਦੇ ਨੇ। ਉਹ ਕੀ ਕਰਦੇ ਨੇ, ਇੱਕ ਬੀਅਰ ਸਪਰੇ ਆਉਂਦੀ ਆ, ਜੇ ਉਹਨਾਂ ਨੂੰ ਪਤਾ ਵੀ ਲੱਗਿਆ ਕਿ ਭਾਲੂ ਹੈ ਲਵੇ, ਸਪਰੇ ਮਾਰ ਦਿੰਦੇ ਨੇ, ਉਹ ਸਪਰੇ ਦੀ ਸਮੈਲ ਪਤਾ ਨਹੀਂ ਕੀ ਹੈ, ਉਹ ਦੂਰ ਉੱਥੋਂ ਹੀ ਭੱਜ ਜਾਂਦੇ। ਇਹ ਮੰਨ ਲਓ ਅਣਜਾਣਾਪਣ ਹੋ ਗਿਆ, ਬਿਨਾਂ ਬੰਦਾ ਸਮਾਨ ਕੋਈ ਕੈਰੀ ਕੀਤੇ ਤੁਰ ਗਿਆ, ਫਿਰ ਤਾਂ ਬੰਦਾ ਫਸਣਾ। ਇੱਕ ਵਾਰ ਸਾਡੇ ਨਾਲ ਬਣਿਆ ਸੀ ਬਈ, ਅਸੀਂ ਹੈਗੇ ਸੀਗੇ ਦੋ ਬੰਦੇ ਹਮਤਾ ਬਾਸ, ਸਮਾਨ ਕੋਈ ਇੰਨਾ ਐਕਸਪੀਰੀਅੰਸ ਹੀ ਨਵੇਂ ਨਵੇਂ ਸੀਗੇ, ਟੈਂਟ ਟੁੰਟ ਚੱਕੇ ਲਗਭਗ ਮੇਰੇ ਹਿਸਾਬ ਨਾਲ 32 ਕਿਲੋਮੀਟਰ ਦਾ ਟਰੈਕ ਹੈ, ਹੈਗੇ 5 ਦਿਨ ਦਾ ਟਰੈਕ ਹੈ ਸੀਗਾ, ਅਸੀਂ ਤਾਂ 3 ਦਿਨ 'ਚ ਕਰਾਂਗੇ, ਛੇਤੀ ਕਰਾਂਗੇ। ਖਿੱਚ ਲਿਆ ਬਈ ਕੰਮ, ਹਨੇਰਾ ਹੋ ਗਿਆ, ਉਹੀ ਕੰਮ, ਉਹੀ ਲੇਟ ਕਿ ਚਲੋ ਉੱਥੇ ਉੱਤੇ ਪਹਾੜੀ ਦਿਸ ਰਹੀ ਆ, ਉੱਥੇ ਹੀ ਤੰਬੂ ਗੱਡਾਂਗੇ। ਉੱਥੇ ਕਦੋਂ ਤੰਬੂ ਗੱਡਣ ਲੱਗੇ ਜਸਟ ਬਾਰਿਸ਼ ਸਟਾਰਟ ਹੋ ਗਈ, ਫੁੱਲ ਬਾਰਿਸ਼ ਹੈ, ਉਹ ਕਲਿੱਪ ਪਈ ਹੋਣੀ, ਬਾਰਿਸ਼ ਬਈ ਫੁੱਲ ਸਟਾਰਟ ਹੋ ਗਈ, ਤੰਬੂ ਨਾ ਗੱਡਿਆ ਜਾਵੇ, ਐਂ ਡਰ ਲੱਗਿਆ ਕਿ ਉੱਡ ਜੂਗਾ ਉੱਡ ਜੂਗਾ ਉੱਡ ਜੂ। ਫਿਰ ਬਈ ਕਿਵੇਂ ਔਖਾ ਔਖਾ ਗੱਡ ਲਿਆ, ਉਹ ਗਲਤ ਗੱਡਿਆ ਗਿਆ, ਰਾਤ ਨੂੰ ਕਦੋਂ ਮੀਂਹ ਆਇਆ ਪੂਰਾ ਗਿੱਲਾ ਹੋ ਗਿਆ, ਫਿਰ ਮਸਾਂ ਫਿਰ ਦੁਬਾਰੇ ਬਾਹਰ ਗਿੱਲੇ ਹੋਏ, ਦੁਬਾਰਾ ਖੋਲ੍ਹ ਕੇ ਮੀਂਹ 'ਚ ਗੱਡਿਆ, ਫਿਰ ਸੈੱਟ ਗੱਡਿਆ ਗਿਆ, ਫਿਰ ਪੂਰੀ ਐਂ ਸੀਗਾ ਕਿ ਬਸ ਇਹ ਰਾਤ ਕੱਟ ਦੇ ਇਹ ਚੀਜ਼। ਬਈ ਟੈਂਟ ਮੇ ਬਾਰਿਸ਼ ਆਉਣ ਲੱਗੀ, ਫਟਾਫਟ ਅਭੀ ਟੈਂਟ ਸੈੱਟ ਕੀ ਹੈ, ਥੋੜ੍ਹਾ ਥੋੜ੍ਹਾ ਠੀਕ ਹੈ, ਜਾਂ ਉਸੇ ਵੀ ਸਾਰਾ ਕੁਛ ਦੇਖਣਾ ਪਵੇਗਾ, ਬਸ ਇਹੀ ਆਸ਼ਾ ਕਰ ਰਹਾ ਹਾਂ ਯਾਰ, ਸਾਰੀ ਕੋਈ ਦਿੱਕਤ ਨਾ ਆਵੇ ਪਲੀਜ਼। ਠੀਕ ਹੈ ਬਈ, ਜਿਹੜਾ ਇਹ ਮੰਨ ਲਓ ਤੁਸੀਂ ਦੱਸਿਆ ਕੈਂਪਿੰਗ ਟੈਂਟ ਹੁੰਦਾ, ਇਹਦੇ ਵਿੱਚ ਜਿਵੇਂ ਕੋਈ ਹਨੇਰੀ ਆ ਜਾਏ ਬਹੁਤ ਤੇਜ਼ ਝੱਖੜ, ਉੱਡ ਜਾਂਦਾ ਇਹ ਜਾਂ ਕਿਵੇਂ, ਕਿਸ ਤਰੀਕੇ ਦਾ ਇਹਦਾ ਸੈਟਅਪ ਹੁੰਦਾ? ਇਹਦੇ ਵਿੱਚ ਕੀ ਹੈ, ਉੱਡ ਵੀ ਜਾਂਦਾ, ਜਿਹੜਾ ਆਪਾਂ ਐਮਾਜ਼ੋਨ ਤੋਂ ਲੈਂਦੇ ਹਾਂ ਇਹ ਤਾਂ ਕਾਮਯਾਬ ਹੈ ਨਹੀਂ ਗੇ, ਇਹ ਤਾਂ ਮਾੜੀ ਹਨੇਰੀ 'ਚ ਉੱਡ ਜਾਂਦਾ, ਅਤੇ ਡਿਕੈਥਲੋਨ ਵਾਲੇ ਨੇ ਦਾਅਵਾ ਤਾਂ ਕਰਦੇ ਨੇ ਕਿ ਉੱਡਦੇ ਨੇ ਇਹ, ਬਟ ਮੇਰਾ ਇੱਕ ਵਾਰ ਉੱਡਿਆ ਉਦੋਂ, ਇਹ ਹੁਣ ਇਹ ਸਰਪਸਤੀ ਹੋਇਆ ਸੀ ਉਦੋਂ, ਚੱਲ ਇਹ ਡਰ ਨਹੀਂ ਸੀ, ਉਦੋਂ ਗਾਈਡ ਸੀ ਨਾਲ, ਅਸੀਂ ਗਾਈਡ ਨਾਲ ਗਏ ਸੀਗੇ, ਉਦੋਂ ਕੀ ਹੋਇਆ ਬਰਫ਼ਬਾਰੀ ਖਾਸੀ ਆ ਗਈ, ਤੂਫਾਨ ਖਾਸਾ ਆ ਗਿਆ, ਉਹਦੇ ਕਾਰਨ ਬਰਫ਼ ਪਈ ਗਈ, ਕਿਹੜਾ ਤੰਬੂ ਸੀਗੇ ਉਹਦਾ ਡੰਡਿਆਂ ਨਾਲ ਗੱਡੇ ਹੁੰਦੇ ਨੇ, ਉੱਤੋਂ ਬਰਫ਼ ਦੀ ਭਾਰ ਨਾਲ ਉਹ ਟੁੱਟ ਗਿਆ ਸੀਗਾ। ਜੇ ਮੰਨ ਲਓ ਬੰਦਾ ਤਾਂ ਹੀ ਹੈ ਕਿ ਜੇ ਜ਼ਿਆਦਾ ਬੰਦਾ ਉੱਤੇ ਪਹਾੜੀ 'ਚ ਆ ਰਿਹਾ ਫਿਰ ਵਧੀਆ ਵਾਲਾ ਕੁਆਲਿਟੀ ਆ ਲੈ ਕੇ ਜਾਓ, ਜੇ ਹੁਣ ਤੁਸੀਂ ਗੱਲ ਕੀਤੀ ਸੀਗੀ ਕਿ ਲਵੇ ਤੇੜੇ ਨਦੀ ਦੇ ਕਿਨਾਰੇ ਕਰ ਰਿਹਾ, ਫਿਰ ਇੱਥੇ ਡਿਕੈਥਲੋਨ ਜਿਹੜੇ ਇਹ ਗਾਈਡ ਹੁੰਦੇ ਹੈਗੇ, ਇਹਨਾਂ ਦੀ ਕਿਸ ਤਰ੍ਹਾਂ ਦੀ ਸਪੋਰਟ ਰਹਿੰਦੀ ਹੈ ਕਲਾਇੰਟ ਨੂੰ, ਮਤਲਬ ਕਿ? ਬਹੁਤ ਵਧੀਆ, ਬਹੁਤ ਵਧੀਆ, ਇਹ ਵੀ ਐਂ ਲਾ ਲਓ ਇੱਕ ਤਰੀਕੇ ਨਾਲ ਟਰੈਵਲਰ ਹੀ ਹੁੰਦੇ ਨੇ, ਇਹ ਵੀ ਅਸਲ ਇਹ ਉੱਥੋਂ ਦੇ ਲੋਕਲ ਹੁੰਦੇ ਆ ਗਾਈਡ ਜਿਹੜੇ, ਮਤਲਬ ਜ਼ਿਆਦਾਤਰ ਲੋਕ ਪਹਾੜੀ ਹੁੰਦੇ ਨੇ ਜ਼ਿਆਦਾਤਰ, ਇਹਨਾਂ ਦਾ ਬਈ ਕੀ ਰਹਿੰਦਾ ਅਸਲ ਤਾਂ ਇਹਨਾਂ ਦੇ ਹੁੰਦੇ ਨੇ ਸੁਪਨੇ, ਮੈਂ ਮਾਊਂਟ ਐਵਰੈਸਟ ਚੜ੍ਹਨਾ, ਮੈਂ ਆਹ ਮਾਊਂਟੇਨ ਚੜ੍ਹਨੀ ਹੈ, ਅਤੇ ਇੱਕ ਤਰੀਕੇ ਨਾਲ ਪੈਸੇ ਇਕੱਠੇ ਕਰ ਰਹੇ ਹੁੰਦੇ ਨੇ ਇਹ। ਓਕੇ, ਹਾਂ, ਕੀ ਚਾਰਜਸ ਵਗੈਰਾ ਕੀ ਲੈਂਦੇ ਆ ਉਹ? ਚਾਰਜਸ ਬਾਈ ਕਿਵੇਂ, ਨੋਮੀਨਲ ਚਾਰਜਸ ਹੁੰਦੇ ਨੇ, ਕਿਵੇਂ ਮੈਂ ਸਰਪਾਸ ਦਾ ਦੱਸਦਾ ਨਾ, ਸਰਪਾਸ ਮੇਰਾ 5 ਦਿਨ ਦਾ ਸੀਗਾ, ਬ੍ਰੇਕਫਾਸਟ ਤੋਂ ਲੈ ਕੇ ਅਗਲੇ ਬ੍ਰੇਕਫਾਸਟ ਤੱਕ, ਪੂਰੇ 5 ਦਿਨ, ਬ੍ਰੇਕਫਾਸਟ, ਡਿਨਰ, ਲੰਚ, ਉਹਦੇ ਵਿੱਚ ਦੇਖੋ ਸਵੇਰੇ ਬ੍ਰੇਕਫਾਸਟ ਦਿੰਦੇ ਸੀਗੇ, ਨਹੀਂ ਉਹ ਆਪ ਦਿੰਦੇ ਆ ਗਾਈਡ, ਸਾਰਾ ਕੁਛ ਉਹਨਾਂ ਦਾ ਹੀ। ਠੀਕ ਹੈ, ਉਹਦੇ ਵਿੱਚ ਮੈਂ ਇੰਕਲੂਡ ਕੀ ਕੁਛ ਰਹਿੰਦਾ, ਸਵੇਰੇ ਸਭ ਤੋਂ ਪਹਿਲਾਂ ਤਾਂ ਉੱਠਦੇ ਨੂੰ ਚਾਹ, ਚਾਹ ਤੋਂ ਬਾਅਦ ਬ੍ਰੇਕਫਾਸਟ, ਬ੍ਰੇਕਫਾਸਟ ਤੋਂ ਬਾਅਦ ਲੰਚ ਪੈਕ ਕਰਕੇ ਦਿੰਦੇ ਸੀ ਕਿ ਰਸਤੇ ਦੇ ਵਿੱਚ ਕਿਤੇ ਵੀ ਪਹਾੜਾਂ 'ਚ ਬਹਿ ਕੇ ਖਾ ਲਿਓ, ਦੇ ਤਾ ਜੀ। ਫਿਰ ਉਸ ਤੋਂ ਬਾਅਦ ਕਦੋਂ ਵੀ ਬੰਦਾ ਲੋਕੇਸ਼ਨ 'ਤੇ ਪਹੁੰਚਿਆ, ਇਹਨਾਂ ਨੇ ਸੂਪ ਬਣਾ ਕੇ ਦੇ ਦੇਣਾ, ਸੂਪ ਤੋਂ ਬਾਅਦ ਫਿਰ ਘੰਟੇ ਤੋਂ ਬਾਅਦ ਚਾਹ ਨਾਲ ਸਨੈਕਸ ਕੋਈ ਦੇ ਦੇਣਾ, ਰਾਤ ਨੂੰ ਡਿਨਰ, ਮਤਲਬ ਬੰਦੇ ਦੀ ਫੁੱਲ ਖਤਰਦਾਰੀ। ਨਹੀਂ ਉਹ ਜਦੋਂ ਆਪਾਂ ਨਾਲ ਚੱਲਦੇ ਆਪਣੇ, ਹਾਂ, ਜਿੱਥੇ ਆਪਾਂ ਰੁਕਦੇ ਹਾਂ ਉੱਥੇ ਫਿਰ ਉਹ ਆਪ ਅਰੇਂਜ ਕਰਦੇ, ਉਹ ਆਪ ਹੀ ਤੰਬੂ ਗੱਡਦੇ। ਕਿੰਨੇ ਜਣਿਆਂ ਦੀ ਟੀਮ ਹੁੰਦੀ ਹੈ ਉਹ? ਲਗਭਗ ਐਂ ਲਾ ਲਓ 2 ਗਾਈਡ ਹੁੰਦੇ ਨੇ, 2 ਘੂੰਕੂ ਹੁੰਦੇ ਨੇ, 3-4 ਜਣਿਆਂ ਦੀ ਟੀਮ ਲਾ ਲਓ, 3-4 ਉਹੀ ਬਣਾਉਂਦੇ ਨੇ ਖਾਣਾ ਪੀਣਾ, ਉਹੀ ਤੰਬੂ ਗੱਡਦੇ ਨੇ, ਆਪਣੀ ਕੋਈ ਟੈਨਸ਼ਨ ਨਹੀਂ ਹੁੰਦੀ, ਆਪਾਂ ਸਿਰਫ ਘੁੰਮਣਾ ਹੈ, ਆਪਾਂ ਬਸ ਤੁਰਨਾ ਹੈ, ਆਪਣਾ ਬਸਤਾ ਲੈ ਕੇ ਆਪਾਂ ਪਹਾੜ ਚੜ੍ਹਨਾ। ਅਤੇ ਕੀ ਚਾਰਜਸ ਵਾਲੀ ਗੱਲ ਫਿਰ ਰਹੇਗੀ ਆਪਣੀ? ਇਹ 5 ਦਿਨ ਦਾ ਸੀਗਾ, ਇਹ ਚੀਜ਼ਾਂ ਇੰਕਲੂਡਿਡ ਸੀਗਾ, 5,500 ਰੁਪਇਆ ਸੀ ਜਸਟ ਇੱਕ ਜਣੇ ਤੋਂ, ਮਤਲਬ ਜਿੰਨੇ ਜ਼ਿਆਦਾ ਜਣੇ ਜਾਵਾਂਗੇ ਆਪਾਂ। ਜਿਹੜੇ ਫਿਰ ਸੋਲੋ ਹੁੰਦੇ ਆ, ਮਤਲਬ ਜਿਹੜੇ ਗਾਈਡ ਨੇ,
ਉਹ ਕਿਹੜੇ ਲੋਕਾਂ ਨਾਲ ਜ਼ਿਆਦਾ ਪ੍ਰੈਫਰ ਕਰਦੇ ਆ ਜਾਣਾ, ਜਿਵੇਂ ਟੀਮ ਨਾਲ ਜਾਣਗੇ ਤਾਂ ਉਹਨਾਂ ਨੂੰ ਜ਼ਿਆਦਾ ਪੈਸਾ ਬਣਦਾ, ਜਿਹੜੇ ਸੋਲੋ 'ਚ ਟਰੈਵਲ ਕਰਦੇ ਆ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੇ ਉਹਨਾਂ ਨੂੰ ਮਿਲ ਜਾਂਦਾ ਗਾਈਡ ਈਜ਼ੀਲੀ, ਉਹਦਾ ਕਿਹੜੇ ਬਿਲਕੁਲ ਸੋਲੋ ਕਰਦੇ ਨੇ ਬਈ, ਕਿਹੜੇ ਬਿਲਕੁਲ ਸੋਲੋ ਟਰੈਕਿੰਗ ਕਰਦੇ ਨੇ ਉਹ ਤਾਂ ਹੁੰਦੇ ਨੇ ਜਮਾਂ ਪ੍ਰੋਫੈਸ਼ਨਲ ਬਈ। ਅਬ ਤੋਂ ਇਤਨੀ ਜ਼ਿਆਦਾ ਸਨੋਫਾਲ ਔਰ ਬਾਰਿਸ਼ ਹੋਣੀ ਲੱਗੀ ਕਿ ਰੇਨਕੋਟ ਵਗੈਰਾ ਡਾਲਨੇ ਪੜ ਗਏ। ਅਬ ਮੇਰੇ ਕੋਲ ਐਸੇ ਬਸ ਬੈਗ ਹੈ ਨਾ, ਉਹ ਵਾਟਰ ਪਰੂਫ ਨਹੀਂ ਹੈ, ਬੈਗ ਨਾ ਗਿੱਲਾ ਹੋ ਜਾਵੇ, ਸਾਰੇ ਕੱਪੜੇ ਵਗੈਰਾ ਗਿੱਲੇ ਹੋ ਜਾਣਗੇ, ਔਖਾ ਹੋ ਜਾਏਗਾ ਕੰਮ। ਬਸ ਫਟਾਫਟ ਬਾਰਿਸ਼ ਸੀ ਇਹ ਫਟ ਜਾਏ ਯਾਰ। ਪ੍ਰੋਫੈਸ਼ਨਲ ਓਕੇ, ਆਪਣੇ ਇੰਡੀਅਨ ਤਾਂ ਘੱਟ ਹੀ ਕਰਦੇ ਨੇ, ਜ਼ਿਆਦਾਤਰ ਕਰਦੇ ਨੇ ਉਹ ਗੋਰੇ ਜਾਂ ਕਿਹੜਾ ਗਾਈਡ ਗੂਈਡ ਬੰਦੇ ਨੇ ਉਹ ਕਰਦੇ ਨੇ, ਜਾਂ ਜਿਹੜੇ ਗਾਈਡ ਨੇ ਉਹ ਖੁਦ ਕਰਦੇ ਆ ਸੋਲੋ, ਉਹ ਖੁਦ ਸੋਲੋ ਉਹ ਵੀ ਕੋਸ਼ਿਸ਼ ਕਰਦੇ ਨੇ ਇੱਕ ਨਾ ਇੱਕ ਬੰਦਾ ਚੱਕਦੇ ਨੇ, ਕਿਉਂਕਿ ਸਮਾਨ ਬਈ ਇਹ 'ਚ ਬਹੁਤ ਜ਼ਿਆਦਾ ਹੀ ਪੈਂਦਾ। ਜੇ ਆਪਾਂ ਗੱਲ ਕੀਤੀ ਜਾਵੇ ਲਗਭਗ 2.5-3 ਕਿਲੋ ਦਾ ਟੈਂਟ ਹੋ ਗਿਆ, ਸਲੀਪਿੰਗ ਬੈਗ ਹੋ ਗਿਆ 1.5-2 ਕਿਲੋ ਦਾ, ਮੈਟਰਸ ਹੋ ਗਿਆ, ਸਟੋਵ ਹੋ ਗਿਆ, ਉਹਦੀ ਗੈਸ ਹੋ ਗਈ। ਲਓ ਜੀ ਬਈ, ਦਿਨ ਕੀ ਸ਼ੁਰੂਆਤ ਚਾਏ ਬਣਾ ਕਰ ਕਰਤੇ ਹੈ, ਦੂਧ ਚਾਏ ਪੱਤੀ ਮਿੱਠਾ ਸਾਰਾ ਸਮਾਨ ਸਾਥ ਮੇਂ ਉਠਾਇਆ ਹੋਇਆ। ਅਬ ਮਜ਼ਾ ਆਏਗਾ ਸੁਬਹ ਚਾਏ ਪੀ ਕਰ, ਪੂਰੀ ਐਨਰਜੀ ਆ ਜਾਏਗੀ, ਫਿਰ ਖਾਣੇ ਕੇ ਲਈ ਵੀ ਕੁਛ ਬਣਾਤੇ ਹੈ, ਐਸੀ ਸਰਵਾਈਵਲ ਹੋਤਾ ਹੈ। ਕਮ ਟੂ ਕੁਸ਼ਮ ਕਿਚਨ, ਆਜ ਬਣਾ ਰਿਹਾ ਚਾਵਲ, ਅਭੀ ਤੋ ਪਿਆਜ ਪਿਊਜ ਕਾਟ ਲਿਆ, ਟੋਫੂ ਪਨੀਰ ਵੀ ਉਠਾ ਲਿਆ, ਚਾਵਲ ਚੁਵਲ ਵੀ ਉਠਾ ਲਈ, ਮੈਂ ਕਿਹਾ ਬਸ ਪੂਰਾ ਮਸਤ, ਖਾਣੇ ਮੇਂ ਕੋਈ ਕਮੀ ਨਹੀਂ ਰਹਿਣੀ ਚਾਹੀਏ। ਅਭੀ ਯੇ ਸਟੋਵ ਤੋਂ ਵੀ ਬੜਾ ਕੰਮ ਕਾ ਚੀਜ਼ ਹੋਵੇ, ਸਟੋਵ ਮੇਰੇ ਕੋ ਐਸੇ ਨਹੀਂ ਲਗਾ ਥਾ ਕਿ ਇਤਨਾ ਕੰਮ ਆਏਗਾ, ਸਟੋਵ ਇਤਨਾ ਕੁਛ ਬਣੇਗਾ, ਕਾਫੀ ਸਹੀ ਬਣ ਰਿਹਾ। ਅਭੀ ਖਾਤੇ ਹਾਂ ਔਰ ਆਪਕੋ ਦਿਖਾਤੇ ਹਾਂ ਔਰ ਆਪਕੋ ਮਚਾਤੇ ਹੈਂ ਕੈਸਾ ਬਣੇਗਾ ਟੇਸਟ, ਕੈਂਪਿੰਗ ਨੈਟ ਮੇਂ ਇਤਨਾ ਅੱਛਾ ਟੇਸਟ ਬਣ ਰਿਹਾ। ਖਾਣ ਪੀਣ ਦਾ ਕਿੰਨਾ ਸਮਾਨ ਹੋ ਗਿਆ, 4-5 ਦਿਨ ਦਾ ਖਾਂਦੇ, ਕੱਪੜੇ ਹੋ ਗਏ ਸਰਦੀਆਂ ਵਾਲੇ, ਕਿੰਨਾ ਟੋਟਲ ਸਮਾਨ ਹੋ ਗਿਆ, ਉਹ ਸਾਰਾ ਇਕੱਲੇ ਬੰਦੇ ਨੂੰ ਚੱਕਣਾ ਔਖਾ। ਹਾਂ ਵੀ ਉਹ ਵੀ ਮੰਨ ਲਓ 4-5 ਜਣੇ ਤਾਂ ਘੱਟੋ ਘੱਟ ਚਾਹੀਦੇ ਆਪਾਂ ਨੂੰ ਟਰੈਕ ਕਰਨਾ। ਕਿਵੇਂ ਹਮਤਾਬਾਦ ਸੀਗਾ, 2 ਬੰਦੇ ਸੀਗੇ, 5 ਦਿਨ ਦਾ ਖਾਣ ਪੀਣ ਦਾ ਸਮਾਨ 35 ਕਿਲੋ ਹੋ ਗਿਆ ਸੀ, 35 ਕਿਲੋ 2 ਬੰਦੇ ਡਿਵਾਈਡ ਕੀਤਾ। ਜਿਹੜਾ ਉੱਥੇ ਤੁਸੀਂ ਗੱਲ ਕੀਤੀ ਵੀ ਨੈਟਵਰਕ ਨਹੀਂ ਹੁੰਦਾ ਫੋਨ ਦਾ, ਤਾਂ ਜਿਹੜਾ ਉਹ ਨੈਟਵਰਕ ਹੈ ਉਹ ਜਦੋਂ ਆਪਾਂ ਜਾਂਦੇ ਹਾਂ ਇੱਧਰੋਂ ਆਪਣੇ ਫੋਨਾਂ ਦਾ ਨਹੀਂ ਹੁੰਦਾ, ਜਾਂ ਜਿਹੜੇ ਗਾਈਡ ਹੁੰਦੇ ਆ ਉਹਨਾਂ ਦਾ ਲੋਕਲ ਕੋਈ ਨਹੀਂ ਬਾਈ, ਉਹਨਾਂ ਦਾ ਕਿਸੇ ਦਾ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੈ। ਜੇ ਮੰਨ ਲਓ ਆਪਾਂ ਨੂੰ ਐਮਰਜੈਂਸੀ ਕੋਈ ਸਪੋਰਟ ਦੀ ਲੋੜ ਹੈ, ਕਿਸੇ ਕੋਈ ਐਮਰਜੈਂਸੀ ਆ ਗਈ, ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਆ ਬਈ? ਅਹੀ ਆਪਾਂ ਗੱਲ ਕੀਤੀ ਸੀ ਕਿ ਗਵਰਨਮੈਂਟ ਆਪਣੀ ਬਹੁਤ ਸਟ੍ਰਿਕਟ ਹੈ ਇਹ ਮਾਮਲੇ ਦੇ ਵਿੱਚ, ਕਿਹੜੇ ਕੋਰਸ ਕੀਤੇ ਹੋਏ ਨੇ ਉਹਨਾਂ ਨੂੰ ਗਾਈਡ ਬਣਾ ਦਿੰਦੇ ਨੇ। ਹੁਣ ਮੰਨ ਲਓ ਕੋਈ ਦਿੱਕਤ ਆ ਗਈ, ਉਹਨਾਂ ਨੇ ਮਾਊਂਟਰਿੰਗ ਦਾ ਕੋਰਸ ਕੀਤਾ ਹੋਇਆ, ਮਨਾਲੀ ਹੁੰਦਾ ਅਤੇ ਕਾਫੀ ਜਗ੍ਹਾ 'ਤੇ ਹੁੰਦਾ, ਕਿਵੇਂ ਗੁਲਮਰਗ ਵੀ ਹੁੰਦਾ, ਉਹਨਾਂ ਨੂੰ ਪ੍ਰੋਫੈਸ਼ਨਲੀ ਟ੍ਰੇਨਡ ਕੀਤਾ ਜਾਂਦਾ ਜੇ ਮੰਨ ਲਓ ਕੋਈ ਦਿੱਕਤ ਆਉਂਦੀ ਆ ਬੰਦੇ ਨੂੰ ਕਿਵੇਂ ਬਣ ਕੇ ਪਿੱਠ 'ਤੇ ਲੈ ਕੇ ਕੁਛ ਟਾਈਮ ਦੇ ਵਿੱਚ ਸਭ ਤੋਂ ਨੀਅਰੈਸਟ ਸਪੋਰਟ 'ਤੇ ਪਹੁੰਚ। ਕਈ ਥਾਵਾਂ ਤੇ ਬਈ ਮਿਲਟਰੀ ਵੀ ਹੈਗੀ ਆ, ਕਿਵੇਂ ਕਸ਼ਮੀਰ ਦੇ ਵਿੱਚ ਟਰੈਕ ਹੈ ਜਾਂ ਲੇਹ ਲਦਾਖ ਸਾਈਡ ਟਰੈਕ ਨੇ, ਉੱਥੇ ਮਿਲਟਰੀ ਹੈਗੀ ਹੈ, ਉਹ ਮਿਲਟਰੀ ਰੈਸਕਿਊ ਕਰਦੀ ਹੈ। ਅਤੇ ਹਾਂ ਬਈ, ਜਿਵੇਂ ਕਈ ਲੋਕ ਜਿਵੇਂ ਹੁਣ ਜਿਹੜੇ ਟਰੈਕਰ ਨੇ ਜਾਂ ਆਪਾਂ ਜੇ ਉਸ ਚੀਜ਼ 'ਚ ਇੰਟਰਸਟ ਰੱਖਦੇ ਹਾਂ, ਆਪਾਂ ਨੂੰ ਇਹ ਚੀਜ਼ਾਂ ਲੱਗਦੀਆਂ ਸੁਣਨ ਨੂੰ ਵੀ ਵਧੀਆ। ਹਾਂ, ਪਰ ਕਈ ਲੋਕ ਸੋਚਦੇ ਆ ਵੀ ਕੀ ਹੈ ਯਾਰ ਇਹ ਪਹਾੜਾਂ 'ਚ ਜਾਈ ਆ ਉਹ ਤੁਰ ਕੇ, ਜਾਂ ਮਤਲਬ ਬਾਅਦ 'ਚ ਕੋਈ ਪ੍ਰੋਬਲਮ ਵੀ ਆ ਗਈ ਵੀ ਉੱਥੇ ਕੀ ਲੈਣ ਗਏ ਸੀ, ਐਵੇਂ ਦਾ ਹੈ ਨਾ ਜੇ ਸਮਾਜ ਲੋਕਾਂ ਦੇ ਹੈਗੇ ਬਈ ਹੈਗੇ। ਇਹ ਵਿਚਾਰਾ ਬਈ ਕਿੰਨਾ 'ਚ ਹੈ ਉਹਨਾਂ 'ਚ ਹੈ, ਕਿਹੜੇ ਕਰਦੇ ਨੇ ਲਗਜ਼ਰੀ ਟਰੈਵਲਿੰਗ, 3 ਦਿਨ ਗਏ ਇੱਧਰ ਮਨਾਲੀ ਲੰਘ ਗਏ, ਉਹ ਵੀ ਜਾਣਗੇ ਜੂਨ ਜੁਲਾਈ 'ਚ ਕਦੋਂ ਫੁੱਲ ਭੀੜ ਹੈ, ਠੀਕ ਹੈ, ਗਏ ਉੱਥੇ 2 ਦਿਨ ਲਗਜ਼ਰੀ ਟੌਪ ਦੇ ਹੋਟਲ 'ਚ ਰਹੇ, ਖਾਧਾ ਪੀਤਾ ਵਧੀਆ, ਆ ਗਏ। ਉਹ ਬੰਦੇ ਕਹਿਣਗੇ ਕੀ ਸੀ ਪਹਾੜਾਂ 'ਚ। ਲੋ ਬਈ, ਜਾਤੇ ਜਾਤੇ ਅਭੀ ਚਾਏ ਕਾ ਮੂਡ ਕਰ ਗਿਆ, ਪਹਾੜੋਂ ਮੈਂ ਕਿਸਕਾ ਨਹੀਂ ਮੂਡ ਕਰਤਾ ਚਾਏ ਕਾ, ਅਭੀ ਨਿਕਾਲ ਲਿਆ ਆਪਣਾ ਸਟੋਵ ਔਰ ਆਪਣਾ ਚਾਏ ਵਗੈਰਾ ਜੋ ਆਪਣਾ ਸਾਰਾ ਸਮਾਨ ਹੈ ਦੂਧ ਵਗੈਰਾ, ਅਭੀ ਬਸ ਚਾਏ ਵਗੈਰਾ ਬਣਾਤੇ ਹਾਂ ਸਟੋਵ 'ਤੇ ਔਰ ਆਗੇ ਨਿਕਲਦੇ ਹਾਂ। ਮੇਰੇ ਹਿਸਾਬ ਸੇ ਰੋਡ ਤੱਕ ਪਹੁੰਚ ਹੀ ਜਾਏਂਗੇ ਲੱਗ ਰਿਹਾ, ਜਿਸ ਹਿਸਾਬ ਸੇ ਮੈਂ ਜਾ ਰਹਾ ਹੂੰ। ਬਾਕੀ ਦੇਖੋ, ਨਗਰ ਨਹੀਂ ਪਹੁੰਚਿਆ ਗਿਆ, ਕਰ ਲਏਂਗੇ ਕਹੀਂ ਤੋਂ ਕਹੀਂ ਕੈਂਪਿੰਗ, ਫਕੀਰ ਆਦਮੀ ਹਮ ਤੋ ਜੀ। ਅਸਲ ਤਾਂ ਉਹਨਾਂ ਨੇ ਪਹਾੜ ਦੇਖੀ ਨਹੀਂ, ਕਿਹੜਾ ਬੰਦਾ ਪੀਸ ਦੇਖਦਾ ਅੱਲਾ, ਇਹ ਅਸਲ ਨਾ ਆਪਣੇ ਪੰਜਾਬੀਆਂ ਨੂੰ ਪਤਾ ਨਹੀਂ ਹੈਗਾ ਆਹ ਸਿਸਟਮ ਬਾਰੇ, ਹੌਲੀ ਹੌਲੀ ਇਹ ਜਾਗਰੂਕਤਾ ਬਣ ਰਹੀ ਹੈ। ਉਹ ਬੰਦੇ ਨੇ ਕਿਹੜੇ, ਉਹ ਬੰਦੇ ਕਰ ਰਹੇ ਨੇ ਇੱਧਰ, ਉਹ ਬੰਦੇ ਕਹਿਣਗੇ ਨਹੀਂ ਯਾਰ ਸੱਚੋਂ ਹੈਗੀ ਹੈ। ਅਤੇ ਬਈ ਇੱਕ ਹੋਰ, ਚਲੋ ਮੈਂ ਗੱਲ ਕੱਟਣ ਲੱਗ ਗਿਆ, ਲੇਹ ਸ਼ਹਿਰ ਹੈ, ਤੁਹਾਨੂੰ ਕਿਵੇਂ ਲੱਗਦਾ ਡਿਵੈਲਪਡ ਹੈ ਕਿ ਡਿਵੈਲਪਡ ਨਹੀਂ ਹੈਗਾ? ਮੈਂ ਗਿਆ ਨਹੀਂ ਕਦੇ ਉੱਥੇ, ਲੋਕਾਂ ਦੀ ਡਰੈਸਿੰਗ ਸੈਂਸ ਤੇ ਲੋਕ ਪੜ੍ਹੇ ਲਿਖੇ ਇੰਨੇ ਜ਼ਿਆਦਾ ਨੇ, ਬੰਦਾ ਜਾ ਕੇ ਦੇਖਦਾ ਉਸਦਾ ਪਿੰਡ ਹੋਣਾ ਕੁਛ ਵੀ ਨਾ ਹੋਣਾ, ਪਰ ਉੱਥੇ ਜਾਂਦੇ ਆ ਬਈ। ਉੱਥੇ ਇੱਕ ਲੇਬਰ ਹੈ, ਉਹਦੀ ਦਿਹਾੜੀ ਕਿੰਨੀ ਹੋਣੀ? 1200 ਰੁਪਏ ਦਿਹਾੜੀ ਆ ਬਈ, ਆਪਣੇ ਕਿਹੜੀ 450 ਦੇ ਅਬਾਊਟ ਹੋ ਗਈ ਇੱਕ ਦਿਹਾੜੀ ਦੀ, ਉੱਥੇ 1200 ਹੈ, ਇੰਨਾ ਡਿਵੈਲਪਡ ਹੈ ਉਹ ਲੇ ਆਪਾਂ। ਅਤੇ ਉੱਥੇ ਮਿਲਟਰੀ ਵੀ ਬੜਾ ਸਾਥ ਦਿੰਦੀ ਆ ਉਹਨਾਂ ਦੇ ਲੋਕਾਂ ਦਾ। ਮੈਂ ਤੁਹਾਨੂੰ ਦੱਸਦਾ, ਅਸੀਂ ਉੱਥੇ ਚੱਲ ਗਏ ਸੀ ਬਈ,
ਨੁਬਰਾ ਵੈਲੀ ਹੈ, ਲੇਹ ਤੋਂ ਥੋੜ੍ਹਾ ਅੱਗੇ ਜਮ੍ਹਾਂ ਪਾਕਿਸਤਾਨ ਦੇ ਬਾਰਡਰ 'ਤੇ ਹੈ, ਉੱਥੇ ਦੇ ਪਿੰਡਾਂ ਦੀ ਜ਼ਮੀਨ ਲੈ ਕੇ ਮਿਲਟਰੀ ਵਾਲੇ ਨੇ ਮਿਲਟਰੀ ਸਟੇਸ਼ਨ ਬਣਾ ਤਾ, ਪਰ ਉਹਦੇ ਬਦਲੇ 'ਚ ਪਿੰਡ ਵਾਲੇ ਨੇ ਪਿੰਡਾਂ ਮਿਲਟਰੀ ਵਾਲੇ ਨੇ ਪਿੰਡਾਂ ਨੂੰ ਪਤਾ ਕੀ ਦਿੱਤਾ, ਪਹਿਲਾਂ ਤਾਂ ਰਾਸ਼ਨ ਆਉਂਦਾ ਸੀਗਾ, ਅਤੇ ਉਸ ਤੋਂ ਬਾਅਦ ਕਿਹਨੇ ਬੰਦੇ ਨੇ ਟਰੈਵਲ ਕਰਨਾ, ਮਿਲਟਰੀ ਦੇ ਜਹਾਜ਼ ਜਾਂਦੇ ਨੇ ਚੰਡੀਗੜ੍ਹ ਦਿੱਲੀ, ਸਿਰਫ ਟਿਕਟ ਪਤਾ ਕਿੰਨੀ, 800 ਰੁਪਇਆ 1000 ਰੁਪਇਆ, ਇੰਨੇ ਦੇ ਵਿੱਚ ਜਹਾਜ਼ 'ਚ ਲੈ ਕੇ ਜਾਂਦੇ ਨੇ, ਕੋਈ ਵੀ ਦਿੱਕਤ ਆਉਂਦੀ ਹੈ, ਜੇ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਪਹਿਲਾਂ ਤਾਂ ਉੱਥੇ ਘੱਟ ਨੇ ਹਸਪਤਾਲ, ਹੈਲੀਕਾਪਟਰ 'ਤੇ ਲੈ ਜਾਂਦੇ ਨੇ, ਇੰਨੀ ਮਿਲਟਰੀ ਸਪੋਰਟ ਕਰਦੀ ਆ ਉੱਧਰ ਦੇ ਪਿੰਡਾਂ ਦੀ। ਬਿਲਕੁਲ ਕੁਸਮ ਵੀਰੇ, ਜਿੱਦਾਂ ਹੁਣ ਆਪਾਂ ਤੁਹਾਡੀ ਡਾਕਟਰ ਵਾਲੀ ਜਰਨੀ ਦੀ ਵੀ ਗੱਲ ਕੀਤੀ, ਟਰੈਵਲਿੰਗ ਦੀਆਂ ਵੀ ਗੱਲਾਂ ਕੀਤੀਆਂ, ਹੈ ਨਾ, ਟਰੈਵਲਿੰਗ ਇੱਕ ਇੱਦਾਂ ਦਾ ਵਿਸ਼ਾ ਹੈ ਜਾਂ ਤੁਹਾਡੇ ਐਕਸਪੀਰੀਅੰਸ ਇੰਨੇ ਹੈ ਵੀ ਇਹ ਸ਼ਾਇਦ ਖਤਮ ਨਾ ਹੋਣ, ਭਾਵੇਂ ਆਪਾਂ ਸ਼ਾਮ ਤੱਕ ਇਹਨਾਂ ਨੂੰ ਡਿਸਕਸ ਕਰ ਸਕਦੇ ਹਾਂ, ਗੱਲਾਂ ਹੀ ਇੰਨੀਆਂ ਹੁੰਦੀਆਂ ਨੇ। ਹਾਂ, ਅਤੇ ਬਾਕੀ ਤੁਸੀਂ ਹੁਣ ਤੁਹਾਡੇ ਅੱਗੇ ਫਿਊਚਰ ਪਲੈਨਸ ਕੀ ਨੇ, ਬੇਸ਼ੱਕ ਉਹ ਟਰੈਵਲਿੰਗ ਨੂੰ ਲੈ ਕੇ ਹੋਣ, ਬੇਸ਼ੱਕ ਤੁਹਾਡੇ ਕੈਰੀਅਰ ਨੂੰ ਲੈ ਕੇ, ਉਹਦੇ ਬਾਰੇ ਆਪਾਂ ਨੂੰ ਦੱਸੋ ਜੀ। ਬਈ ਫਿਊਚਰ ਪਲੈਨ ਤਾਂ ਹਜੇ ਇਹ ਹੈ, ਦੇਖੋ ਬਈ ਟਰੈਵਲਿੰਗ ਨਾਲ ਪੈਸਾ ਤਾਂ ਨਹੀਂ ਆਉਂਦਾ, ਕਰੀਅਰ ਤਾਂ ਨਹੀਂ ਬਣਦਾ ਜੀ। ਪਹਿਲਾਂ ਸੋਚਿਆ ਸੀਗਾ ਕਿ ਯੂਟਿਊਬ 'ਤੇ ਆਪਾਂ ਟਰੈਵਲ ਵਲੌਗ ਪਾਵਾਂਗੇ, ਪਰ ਉਹ ਕੰਪੀਟੀਸ਼ਨ ਬਹੁਤ ਜ਼ਿਆਦਾ ਆ, ਕੁਛ ਖਾਸ ਚੱਲੇ ਨਹੀਂ, ਥੋੜ੍ਹੇ ਮੋਟੇ ਚੱਲੇ ਨੇ, ਅਤੇ ਨਾਲ ਇਹ ਹੈ ਚਲੋ ਪ੍ਰੋਫੈਸ਼ਨਲ ਤਾਂ ਜ਼ਿੰਦਗੀ 'ਚ ਕੁਛ ਕਰਨਾ ਹੀ ਹੈ, ਨਾਲ ਐਂ ਕਿ ਪੈਸੇ ਇੰਨਾ ਵੀ ਨਹੀਂ ਬਣਦਾ ਟਰੈਵਲਿੰਗ ਤੋਂ, ਕੁਛ ਤਗੜਾ ਕਰਨਾ। ਕਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਮੈਡਸਾਫਿਰ ਕਰਕੇ ਨਾਮ ਹੈ, ਨਾਮ ਵੀ ਮੈਂ ਰੱਖ ਰੱਖਿਆ medsafir.com, ਉਹ 'ਤੇ ਮੈਂ ਕੰਮ ਕਰ ਰਿਹਾ, ਪਹਿਲਾਂ ਤਾਂ ਉਹ 'ਤੇ ਕੰਟੀਨਿਊ ਕਰੀ ਜਾਣਾ, ਜੇ ਮੈਨੂੰ ਐਂ ਲੱਗਿਆ ਬਈ ਸੱਚੋਂ ਹੈਗੇ ਪ੍ਰੋਫਿਟੇਬਲ ਕੰਮ ਵਧੀਆ, ਫਿਰ ਤਾਂ ਇੱਧਰਲੀ ਮੂਵ ਔਨ ਹੋ ਜਾਣਾ, ਨਹੀਂ ਤਾਂ ਫਿਰ ਉਹੀ ਆਪਾਂ ਨੇ ਟ੍ਰੈਡੀਸ਼ਨਲ ਕੀ MD ਦੀ ਤਿਆਰੀ ਕਰਨੀ ਹੈ, 3 ਸਾਲ ਦੀ MD ਕੀਤੀ, ਉਸ ਤੋਂ ਬਾਅਦ ਸਾਲ ਦੀ ਜੋਬ ਕਰਨੀ ਕੰਪਲਸਰੀ ਹੁੰਦੀ ਹੈ, 4 ਸਾਲ ਦੀ ਇਹ ਹੋ ਗਈ, ਫਿਰ ਉਸ ਤੋਂ ਬਾਅਦ ਅੱਗੇ ਕੋਈ ਹੋਰ ਸੁਪਰ ਸਪੈਸ਼ਲਿਸਟ ਕੀਤੀ, 10 ਸਾਲ ਦੀ ਪੜ੍ਹਾਈ, ਨਹੀਂ ਤਾਂ ਉਹੀ ਕਰਨੀ ਹੈ। ਮਤਲਬ ਬਈ ਕਿਹੜੇ ਹੋਰ ਨੇ, ਮਤਲਬ ਮੇਰੇ ਜੂਨੀਅਰ ਲਾ ਲਓ ਜਾਂ ਕੋਈ ਵੀ ਆਉਣ ਵਾਲੀ ਜਨਰੇਸ਼ਨ, ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗਾ ਬਈ ਟਾਈਮ ਮੈਨੇਜਮੈਂਟ ਦਾ ਖਿਆਲ ਰੱਖੋ, ਕੀ ਤੁਹਾਡੇ ਲਵੇ ਦਿਨ 'ਚ 24 ਘੰਟੇ ਨੇ, ਕੀ ਐਂ ਨਹੀਂ ਹੈਗਾ ਤੁਸੀਂ ਚਲੋ ਕੋਈ ਕੋਚਿੰਗ ਤਿਆਰੀ ਕਰ ਲਓ, ਸਾਰਾ ਦਿਨ ਉਹ ਦਿਨ ਰਹਿਣਾ, ਉਸ ਟਾਈਮ ਫਿਜ਼ੀਕਲ ਐਕਟੀਵਿਟੀ ਕਰ ਲਓ, ਜੇ 2 ਦਿਨ ਦੀ ਕਿਤੇ ਛੁੱਟੀ ਮਿਲਦੀ ਆ ਲਵੇ ਤੇੜੇ ਘੁੰਮਣ ਚੱਲ ਜਾਓ, ਕਿਤੇ ਕੋਈ ਕਿਤਾਬ ਪੜ੍ਹ ਲਓ, ਬਿਲਕੁਲ ਕੋਈ ਨਾ ਕੁਛ ਤਾਂ ਕਰਦੇ ਰਹੋ, ਕੁਛ ਨਾ ਕੁਛ ਕ੍ਰੀਏਟੀਵਿਟੀ, ਵੱਧ ਤੋਂ ਵੱਧ ਲੋਕਾਂ ਨੂੰ ਮਿਲੋ, ਉਹਨਾਂ ਬਾਰੇ ਜਾਣੋ, ਵੀ ਮਤਲਬ ਤਾਂ ਉਹਨਾਂ ਨੂੰ ਆਪਣਾ ਜਿਹੜਾ ਇਹ ਨਾ ਲੱਗੇ ਵੀ ਟਾਈਮ ਆਪਾਂ ਕਿੰਨਾ ਵੇਸਟ, ਕਿਉਂਕਿ ਸਭ ਤੋਂ ਪ੍ਰੀਸ਼ੀਅਸ ਤਾਂ ਆਪਣਾ ਟਾਈਮ ਹੈ, ਪੈਸਾ ਹੋਰ ਸਾਰੀਆਂ ਚੀਜ਼ਾਂ ਬਾਅਦ 'ਚ ਆ ਜਾਂਦੀਆਂ, ਕਿਉਂਕਿ ਜਿਹੜੇ ਬੱਚੇ ਨੇ ਇੱਕ ਵਾਰ ਟਾਈਮ ਲੰਘਾਤਾ 5-6 ਸਾਲ, ਉਹ ਮੁੜ ਕੇ ਉਹਦੇ ਕੋਲ ਕੋਈ ਬੈਟਰ ਆਪਸ਼ਨ ਨਹੀਂ ਬਚਦੀ। ਇਹ ਗੱਲ ਹੈ, ਉਹੀ ਹੈ ਟਾਈਮ ਦੀ ਗੱਲ ਹੈ, ਨੌਲੇਜ ਦੀ ਗੱਲ ਹੈ, ਜੇ ਨੌਲੇਜ ਹੈ ਪੈਸਾ ਤਾਂ ਆ ਜਾਊਗਾ, ਬਿਲਕੁਲ, ਜੇ ਬੰਦੇ ਨੇ ਸਕਿੱਲ ਕਰ ਲਏ ਗੈਦਰ, ਇਹ ਚੀਜ਼ ਹੈ। ਤਾਂ ਦੋਸਤੋ, ਉਮੀਦ ਹੈ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਪਸੰਦ ਆਈਆਂ ਹੋਣਗੀਆਂ। ਡਾਕਟਰ ਸਾਹਿਬ ਨਾਲ ਆਪਾਂ ਉਹਨਾਂ ਨੇ ਡਾਕਟਰ ਦੀ ਕਿੱਤੇ ਨਾਲ ਸੰਬੰਧਿਤ ਗੱਲਾਂ ਬਾਤਾਂ ਕੀਤੀਆਂ, ਅਤੇ ਉਹਨਾਂ ਦੇ ਟਰੈਵਲਿੰਗ ਹਿਸਟਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਘੁੰਮ ਰਹੇ ਹੈ, ਅਤੇ ਹਾਲੇ ਉਹਨਾਂ ਦੀ ਏਜ ਵੀ ਬਹੁਤ ਛੋਟੀ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਹੋਰ ਵੀ ਦੁਨੀਆ ਨੂੰ ਘੁੰਮਣਗੇ। ਤਾਂ ਨੌਜਵਾਨਾਂ ਨੂੰ ਵੀ ਉਹਨਾਂ ਨੇ ਇੱਕ ਵਧੀਆ ਸੰਦੇਸ਼ ਦਿੱਤਾ, ਉਹਨਾਂ ਨੇ ਆਪਣੇ ਪ੍ਰੋਗਰਾਮ 'ਤੇ ਆਉਣ ਵਾਸਤੇ ਟਾਈਮ ਦਿੱਤਾ, ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ।